ਉਹ ਕਹਾਣੀ ਕੀ ਸੀ ਅਸਲ ਵਿੱਚ ਕੋਈ ਤਾਂ ਕਾਰਨ ਹੋਵੇਗਾ ਜਿਹਦੇ ਜੇ ਤੁਹਾਡੀ ਤਾਰ ਜੁੜਦੀ ਹੋਵੇਗੀ ਉਸ ਨੂੰ ਲੈ ਕੇ ਗ੍ਰਿਫਤਾਰੀ ਹੁੰਦੀ ਹੋ ਪੁਲਿਸ ਵਾਲਿਆਂ ਨੇ ਉਹਨਾਂ ਦਾ ਜਾਣੀ ਦੀ ਜਿਹੜਾ ਪੇਟ 'ਚ ਬੱਚਾ ਸੀਗਾ ਬੇਟਾ ਸੀਗਾ ਮੁੱਕੀਆਂ ਮੱਕੀਆਂ ਮੇਰੇ ਸਾਹਮਣੇ ਮਾਰੀਆਂ ਉਹਨਾਂ ਨੇ ਉਹਦੀ ਰੀੜ ਦੀ ਹੱਡੀ ਟੁੱਟ ਗਈ ਸੀ ਜਦੋਂ ਉਹਨੇ ਜਨਮ ਲਿਆ ਉਹ ਉੱਠ ਨਹੀਂ ਸਕਦਾ ਹੈਗਾ ਸੀ ਏ ਸਟਾਫ ਕਿੱਥੋਂ ਦੀ ਗੱਲ ਕਰਦੇ ਹੋ ਸੀ ਏ ਸਟਾਫ ਲੁਧਿਆਣੇ ਦੀ ਗੱਲ ਇੰਚਾਰਜ ਕੌਣ ਸੀ ਇੰਚਾਰਜ ਉਹ ਐਸਐਸਪੀ ਸਮਿਤ ਸਿੰਘ ਸੈਣੀ ਸੀ ਸਮਿਤ ਸਿੰਘ ਸੈਣੀ ਗ੍ਰਿਫਤਾਰੀ ਕਰਦਾ ਹੈ ਉਹਦੇ ਵਿੱਚ ਤੁਹਾਨੂੰ ਅਰੈਸਟ ਕੀਤਾ ਸੀ ਏ ਸਟਾਫ ਦਾ ਮਤਲਬ ਵੀ ਇਹ ਤਸ਼ੱਦਦ ਤਾਂ ਹੋਣਾ ਹੀ ਸੀਗਾ ਤਸ਼ੱਦਦ ਹੋਇਆ ਕਿਸ ਤਰ੍ਹਾਂ ਦਾ ਸੀ ਚੱਡੇ ਪਾੜ ਨੇ ਇੱਕ ਘੋਟਾ ਲਾਉਣਾ ਕਹਿ ਦਿੰਦੇ ਆ ਫਿਰ ਇੱਕ ਮਗਰੋਂ ਲੱਤਾਂ ਦੇ ਮਾਸ ਪਾੜ ਕੇ ਇੱਕ ਜਗ੍ਹਾ ਤੋਂ ਨੂਣ ਪਾਉਣਾ ਪੈਟਰੋਲ ਪਾਉਣਾ ਇਹੋ ਜਿਹਾ ਕੁਛ ਕਰਦੇ ਇਹ ਸਭ ਕੁਛ ਤੁਹਾਡੇ ਨਾਲ ਹੋਇਆ ਹਾਂ ਸਾਰਾ ਕੁਛ ਹੋਇਆ ਕਰੰਟ ਲਾਉਣਾ ਮੈਂ ਉਹਨੂੰ ਇੱਕ ਗੱਲ ਕਹੀ ਸੀ ਸਮੇਤ ਸਿੰਘ ਸੈਣੀ ਨੂੰ ਮੈਂ ਕਿਹਾ ਚਲੋ ਮੈਂ ਬੰਦਾ ਤੁਹਾਨੂੰ ਫੜਾ ਦਿੰਦਾ ਫਿਰ ਤੁਸੀਂ ਉਹਨੂੰ ਮਾਰ ਦੋਗੇ ਕਹਿੰਦਾ ਹਾਂ ਅਸੀਂ ਮਾਰ ਦਿਆਂਗੇ ਸੀ ਸਟਾਫ ਦੀ ਰੀਅਲਟੀ ਗੱਲ ਹੈ ਇਹ ਉੱਥੇ ਵੀ ਜੇ ਜਾਤੀ ਹੋ ਗਈ ਮੈਂ ਮੇਰੀ ਮਾਂ ਹੀ ਕਿਰਨੇ ਪਾਲੂ ਚਾਹ ਨਹੀਂ ਬਹੁਤ ਦੇਖ ਲਿਆ ਧੀਆਂ ਭੈਣਾਂ ਨਾਲ ਬਹੁਤ ਮਾੜੀ ਹੋਈ ਆ ਚਾਹੇ ਉਹ ਸਿੰਘੜੀ ਨੇ ਮੈਨੂੰ ਖੜਾਈ ਆ ਪਰ ਉਹਦੇ ਨਾਲ ਬਹੁਤ ਮਾੜੀ ਕਰੀ ਜਦ ਦੇਖਦੇ ਹਾਂ ਯਾਦ ਕਰਦੇ ਹਾਂ ਅੱਖਾਂ 'ਚੋਂ ਪਾਣੀ ਤਾਂ ਆਟੋਮੈਟਿਕਲੀ ਆ ਜਾਂਦਾ ਇਸ ਕਰਕੇ ਡੀ ਜੀ ਪੀ ਮੂਹਰੇ ਆ ਗਏ ਫਿਰ ਡੀ ਜੀ ਪੀ 'ਤੇ ਬਲਾਸਟ ਕਰ ਦਿੱਤਾ ਬਚ ਗਿਆ ਸੀ ਉਹ ਤਾਂ ਹਾਂ ਬਚ ਗਿਆ ਸੀਗਾ ਫੱਟੜ ਹੋ ਗਏ ਸਾਹਮਣੇ 200 ਗਜ 'ਤੇ ਜਾਂਦਾ ਸੀ ਮੈਂ ਉਹਨੂੰ ਕਿਹਾ ਉਹ ਜੀਪ ਦੇ ਨਾਲ ਲੱਗ ਗਈ ਬਸ ਉੱਥੇ ਉਹਦਾ ਕੰਮ ਕਰਦਾ ਸੋਡਾ ਉਹਨੂੰ ਇਸ ਕਰਕੇ ਕਹਿੰਦੇ ਇੱਥੇ ਨੇ ਕਈ ਮੁੰਡੇ ਨਾ ਜਾਣੇ ਦੀ ਲੈਟਰਿਨ ਵਾਲੀ ਜਗ੍ਹਾ 'ਚ ਸੋਡੇ ਵਾਲੀ ਬੋਤਲ ਚਾੜ ਕੇ ਮਾਰਦੇ ਸੀ ਅਤੇ ਫਿਰ ਮੰਗਲ ਹੱਥ ਕੜੀ ਲਾ ਕੇ ਦਿੱਤਾ ਨਾਲੇ ਨੇ ਚਾਰ AK ਵੀ ਦਿੱਤੀ ਵੀ ਬੁਰਾ ਵਿਹਾਰ ਕੇ ਤਾਂ ਉਹਨੂੰ ਟੋਕੇ ਨਾਲ ਵੜਤਾ ਸੀਗਾ ਮੰਗਲ ਵੀਡੀਓ ਬਣੀ ਹੋਈ ਸੀ ਜਿਵੇਂ ਡਕੈਤੀ ਬਾਰੇ ਗੱਲ ਕਰਦਾ ਬਾਬਾ ਬਖਸ਼ੀਸ਼ ਅਤੇ ਇੱਕ ਉਹ ਹੈਗਾ ਦਲਜੀਤ ਸਿੰਘ ਦੋਹਾਂ ਨੂੰ ਕੱਖ ਨਹੀਂ ਪਤਾ ਖੱਟਣਾ ਗਵਾਉਣਾ ਤਾਂ ਬਿਜ਼ਨਸ 'ਚ ਹੁੰਦਾ ਗਾ ਸੰਘਰਸ਼ਾਂ 'ਚ ਤਾਂ ਆਜ਼ਾਦੀ ਮਿਲਦੀ ਆ ਜਾਂ ਨਹੀਂ ਮਿਲਦੀ ਸਿਰਫ ਇਹੀ ਹੁੰਦਾ ਸਤਿ ਸ਼੍ਰੀ ਅਕਾਲ ਜੀ ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਮੀਤ ਸਿੰਘ ਖੱਪਿਆਂ ਲਈ ਜਿਵੇਂ ਤੁਹਾਨੂੰ ਪਤਾ ਹੈ ਕਿ 1984 ਦੀ ਗੱਲ ਕਰੀਏ ਅਤੇ ਉਹ ਕਾਫੀ ਨਾਮੀ ਚਿਹਰੇ ਜਿਹੜੇ ਆ ਉਹ ਸਾਹਮਣੇ ਆ ਜਾਂਦੇ ਨੇ ਅਤੇ ਉਹਨਾਂ ਤੱਕ ਪਹੁੰਚਣਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਸੇ ਤਹਿਤ ਬੜੇ ਖਾੜਕੂ ਸੰਘਰਸ਼ੀ ਯੋਧੇ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਏ ਉਹਨਾਂ ਦੇ ਪਰਿਵਾਰਾਂ ਤੱਕ ਵੀ ਪਹੁੰਚ ਕਰਨ ਦੀ ਸਾਡੀ ਕੋਸ਼ਿਸ਼ ਰਹਿੰਦੀ ਹੈ ਅਤੇ ਜਾਂ ਜਿਹੜੇ ਉਹ ਸੰਘਰਸ਼ ਦੇ ਹਿੱਸਾ ਬਣੇ ਜੇਲ੍ਹਾਂ ਕੱਟੀਆਂ ਕੋਈ 2 ਸਾਲ ਕੋਈ 5 ਸਾਲ ਜਾਂ 10 ਸਾਲ ਪਹਿਲਾਂ ਰਿਹਾ ਹੋ ਕੇ ਆਪਦੀ ਜਿਹੜੀ ਉਹ ਜ਼ਿੰਦਗੀ ਜਿਉਂ ਰਹੇ ਨੇ ਉਹਨਾਂ ਤੱਕ ਵੀ ਪਹੁੰਚਣਾ ਸਾਡੀ ਜ਼ਿੰਮੇਵਾਰੀ ਸਮਝ ਕੇ ਅਸੀਂ ਉਹਨਾਂ ਪਰਿਵਾਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸੇ ਤਹਿਤ ਇੱਕ ਨਾਮ ਆਉਂਦਾ ਮਨਜਿੰਦਰ ਸਿੰਘ ਈਸੀ ਉਰਫ ਭੂਸ਼ਣ ਭੂਸ਼ਣ ਨਾਮ ਤਾਂ ਦੱਸ ਰਹੇ ਕਿ ਜਦੋਂ ਐਕਸ਼ਨ ਹੁੰਦੇ ਸੀ ਤਾਂ ਭੂਸ਼ਣ ਨਾਮ ਦੇ ਨਾਂ 'ਤੇ ਜ਼ਿਆਦਾ ਨਾਮ ਮਸ਼ਹੂਰ ਹੁੰਦਾ ਸੀਗਾ ਉਸ ਤੋਂ ਬਾਅਦ ਜਦੋਂ ਸ਼ਨਾਖਤ ਹੁੰਦੀ ਤਾਂ ਪਤਾ ਲੱਗਦਾ ਕਿ ਮਨਜਿੰਦਰ ਸਿੰਘ ਈਸੀ ਨੇ ਜਿਹੜੇ ਐਡੇ ਐਡੇ ਵੱਡੇ ਜਿਹੜੇ ਐਕਸ਼ਨ ਉਹ ਕੀਤੇ ਸੀ ਇਹਦੇ ਵਿੱਚ ਗੱਲ ਕਰਦੇ ਹਾਂ ਰਮਾਨੀਆ ਦਾ ਰਾਜਪੂਤ ਰਾਦੂ ਨਾਮ ਦਾ ਸੀ ਜਿਹੜਾ ਉਹ ਅਗਵਾਹ ਕੀਤਾ ਸੀਗਾ ਹਰਜਿੰਦਰ ਸਿੰਘ ਜਿੰਦਾ ਸੁਖਦੇਵ ਸਿੰਘ ਸੁੱਖਾ ਜਿਹੜਾ ਉਹਨਾਂ ਨੂੰ ਰਿਹਾਅ ਕਰਵਾਉਣ ਲਈ ਜਾਂ ਹੋਰ ਵੀ ਬੜੇ ਐਕਸ਼ਨ ਆਉਂਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕਦੋਂ ਸ਼ੁਰੂ ਤੋਂ ਇਸੇ ਗੱਲ ਤੋਂ ਹੀ ਕਰ ਲੈਂਦੇ ਹਾਂ ਕਿ ਕਦੋਂ ਇਸ ਸੰਘਰਸ਼ ਦੀ ਲਾਈਨ ਦੇ ਵਿੱਚ ਤੁਸੀਂ ਹਾਜ਼ਰ ਹੁੰਦੇ ਹੋ ਪਹਿਲਾਂ ਤਾਂ ਮੈਂ ਸਾਨੂੰ 85 'ਚ ਫੜਿਆ ਗਿਆ ਸੀਗਾ ਦਰਬਾਰ ਸਾਹਿਬ ਗਿਆ ਉਦੋਂ ਮੁੜ ਕੇ ਫਿਰ ਮੈਂ ਦੁਬਾਰਾ 87 'ਚ ਫੜਿਆ ਗਿਆ ਜੀ ਪਹਿਲੇ ਕੇਸ ਮੇਰੇ ਬਰੀ ਹੋ ਗਏ ਸੀਗੇ ਜਦੋਂ ਮੈਂ 87 'ਚ ਫੜਿਆ ਗਿਆ ਮੈਂ ਉਦੋਂ ਮਿਲਟਰੀ ਦੇ ਵਿੱਚ ਚਲਿਆ ਗਿਆ ਸੀਗਾ ਅਤੇ ਆਪਣੇ ਫਿਰੋਜ਼ਪੁਰ ਦੇ ਵਿੱਚ 9 ਬਟਾਲੀਅਨ ਦੇ ਵਿੱਚ 9 ਬਟਾਲੀਅਨ ਤੋਂ ਮੈਂ ਕਿਸੇ ਉੱਥੇ ਕੋਈ ਮੈਡਲ ਮੈਨੂੰ ਦਿੱਤਾ ਸੀਗਾ ਆਪਣਾ ਚਾਂਦੀ ਦਾ 9 ਬਟਾਲੀਅਨ ਦਾ ਅਤੇ ਹਫ਼ਤੇ ਦੀ ਛੁੱਟੀ ਦੀ ਮੈਂ ਘਰ ਆ ਗਿਆ ਮੈਨੂੰ ਕਿਸੇ ਨੇ ਫੜਾਇਆ ਗਿਆ ਜੋ ਕਿ ਇੱਕ ਔਰਤ ਸੀ ਜਰਨੈਲ ਸਿੰਘ ਵੱਦੀ ਦੇ ਵਾਈਫ ਨੇ ਉਹਨੇ ਮੈਨੂੰ ਫੜਾਇਆ ਫੜਾਉਣ ਤੋਂ ਬਾਅਦ 'ਚ ਮੈਂ ਸੀ ਸਟਾਫ ਰਿਹਾ ਉਦੋਂ ਮੁੜ ਕੇ ਮੈਂ PO ਹੋ ਗਿਆ ਉਹ ਕਹਾਣੀ ਕੀ ਸੀ ਅਸਲ ਵਿੱਚ ਕੋਈ ਤਾਂ ਕਾਰਨ ਹੋਵੇਗਾ ਜਿਹਦੇ ਜੇ ਤੁਹਾਡੀ ਤਾਰ ਜੁੜਦੀ ਹੋਵੇਗੀ ਉਸ ਨੂੰ ਲੈ ਕੇ ਗ੍ਰਿਫਤਾਰੀ ਹੁੰਦੀ ਹੋ ਹਾਂ ਉਹ ਪੁਰਾਣੀ ਸੀਗੀ ਵੀ ਇਹਦੇ ਗੁਰਜੰਟ ਸਿੰਘ ਬੁੱਸਿੰਗ ਵਾਲੇ ਨਾਲ ਰਿਲੇਸ਼ਨ ਨੇਗੇ ਉਹਨਾਂ ਲਈ ਇਹ ਸਮਾਨ
ਪ੍ਰੋਵਾਈਡ ਕਰਵਾਉਂਦਾ ਗਾ। ਇਹ ਕਹਾਣੀ ਸੀਗੀ, ਉਹ ਔਰਤ ਨੇ ਦੱਸੀ। ਪਰ ਉਹ ਸੀ ਏ ਸਟਾਫ ਚਲੇ ਗਏ। ਸੀ ਏ ਸਟਾਫ ਦੇ ਵਿੱਚ ਉਹ ਜਿਹੜੀ ਔਰਤ ਸੀਗੀ ਜਰਨੈਲ ਸਿੰਘ ਵੱਦੀ ਦੀ ਘਰਵਾਲੀ ਸਿੰਘਣੀ, ਉਹ ਪ੍ਰੈਗਨੈਂਟ ਸੀਗੀ। ਪੁਲਿਸ ਵਾਲਿਆਂ ਨੇ ਉਹਨਾਂ ਦਾ ਯਾਨੀ ਦੀ ਜਿਹੜਾ ਪੇਟ 'ਚ ਬੱਚਾ ਸੀਗਾ, ਬੇਟਾ ਸੀਗਾ, ਮੁੱਕੀਆਂ ਮੱਕੀਆਂ ਮੇਰੇ ਸਾਹਮਣੇ ਮਾਰੀਆਂ ਉਹਨਾਂ ਨੇ। ਉਹਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ। ਜਦੋਂ ਉਹਨੇ ਜਨਮ ਲਿਆ ਉਹ ਉੱਠ ਨਹੀਂ ਸੀ ਸਕਦਾ ਹੈਗਾ। 2.5 ਸਾਲ ਦਾ ਹੋ ਕੇ ਉਹਦੀ ਡੈਥ ਹੋ ਗਈ। ਪਰ ਉਹ ਕਦੇ ਵੀ ਆਪਣੀ ਗਰਦਨ ਉੱਪਰ ਨਹੀਂ ਸੀ ਚੱਕ ਸਕਿਆ, ਰੀੜ੍ਹ ਦੀ ਹੱਡੀ ਫ੍ਰੈਕਚਰ ਹੋਣ ਦੇ ਨਾਲ। ਸੀ ਏ ਸਟਾਫ ਕਿੱਥੋਂ ਦੀ ਗੱਲ ਕਰਦੇ ਹੋ? ਸੀ ਏ ਸਟਾਫ ਲੁਧਿਆਣੇ ਦੀ ਗੱਲ। ਇੰਚਾਰਜ ਕੌਣ ਸੀ? ਇੰਚਾਰਜ ਉਦੋਂ SSP ਸਮੇਤ ਸਿੰਘ ਸੈਣੀ ਸੀ। ਤੁਹਾਡੀ ਗ੍ਰਿਫਤਾਰੀ ਵੀ ਸਮੇਤ ਸਿੰਘ ਸੈਣੀ ਕਰਦਾ? ਸਮੇਤ ਸਿੰਘ ਸੈਣੀ ਤੇ ਉੱਥੋਂ SP ਉਦੋਂ ਸ਼ਿਵ ਕੁਮਾਰ ਸੀਗਾ, DSP ਉਦੋਂ ਬਲਦੇਵ ਸਿੰਘ ਸੀਗਾ, ਇਸ ਤਰ੍ਹਾਂ ਸੀਗਾ। ਉੱਥੇ ਸਮੇਤ ਸਿੰਘ ਸੈਣੀ ਗ੍ਰਿਫਤਾਰੀ ਕਰਦਾ, ਉਹਦੇ ਵਿੱਚ ਤੁਹਾਨੂੰ ਅਰੈਸਟ ਕੀਤਾ। CA ਸਟਾਫ ਦਾ ਮਤਲਬ ਵੀ ਇਹ ਤਸ਼ੱਦਦ ਤਾਂ ਹੋਣਾ ਹੀ ਸੀਗਾ। ਤਸ਼ੱਦਦ ਹੋਇਆ ਕਿਸ ਤਰ੍ਹਾਂ ਦਾ ਸੀ? ਤਸ਼ੱਦਦ ਬਹੁਤ ਹੋਇਆ ਜਿਹੜਾ ਉਹ ਕਰਦੇ ਆ, ਜਿਵੇਂ ਚੱਡੇ ਪਾੜਨੇ, ਇੱਕ ਘੋਟਾ ਲਾਉਣਾ ਕਹਿ ਦਿੰਦੇ ਆ, ਲੱਤਾਂ ਪਾੜਨੀਆਂ, ਅਤੇ ਫਿਰ ਇੱਕ ਮਗਰੋਂ ਲੱਤਾਂ 'ਚੋਂ ਮਾਸ ਪਾੜ ਕੇ ਇੱਕ ਜਗ੍ਹਾ ਤੋਂ ਲੂਣ ਪਾਉਣਾ, ਪੈਟਰੋਲ ਪਾਉਣਾ, ਇਹੋ ਜਿਹਾ ਕੁਛ ਕਰਦੇ। ਸਭ ਕੁਛ ਤੁਹਾਡੇ ਨਾਲ ਹੋਇਆ? ਹਾਂ, ਸਾਰਾ ਕੁਛ ਹੋਇਆ। ਕਰੰਟ ਲਾਉਣਾ, ਇੰਦਰੀ ਨੂੰ ਕਰੰਟ ਲਾਉਣਾ, ਇਹੋ ਜਿਹਾ ਕੁਛ ਸਾਰਾ ਕੁਛ ਹੋਇਆ। ਮਤਲਬ ਇਹ ਸਭ ਕੁਛ ਹੋਇਆ? ਸਮੇਤ ਸਿੰਘ ਸੈਣੀ ਹਾਜ਼ਰ ਹੁੰਦਾ ਸੀ ਉਸ? ਨਹੀਂ, ਹਾਜ਼ਰ ਤਾਂ ਉਹ ਇੱਕ ਦਿਨ ਹੀ ਸੀਗਾ, ਬਾਕੀ ਤਾਂ ਬਾਕੀ ਸਾਰੇ ਕਰਦੇ ਸੀ। ਇੱਕ ਦਿਨ ਹੀ ਉਹਦੀ ਹਾਜ਼ਰੀ 'ਚ ਤਸ਼ੱਦਦ ਹੋਇਆ, ਬਾਕੀ ਤਾਂ ਜਿਹੜੇ ਉਹ ਥੱਲੇ ਵਾਲੇ ਮੁਲਾਜ਼ਮ ਸੀ ਉਹੀ ਕਰਦੇ ਸੀ। ਦੋ ਗੱਲਾਂ ਹੁੰਦੀਆਂ, ਜਦੋਂ ਤਸ਼ੱਦਦ ਕਰਦੇ ਉਦੋਂ ਲਾਲਚ ਵੀ ਦਿੰਦੇ ਆ, ਲਾਲਚ ਨਹੀਂ ਦਿੱਤਾ? ਨਹੀਂ, ਲਾਲਚ ਤਾਂ ਉਹ ਦਿੰਦੇ ਸੀਗੇ ਵੀ ਤੂੰ ਸਾਡੇ ਨਾਲ ਚੱਲ, ਤੂੰ ਸਾਡੇ ਨਾਲ ਤੁਰ, ਕੁਰਸੀ 'ਤੇ ਬੈਠ ਆ ਜਾ, ਸੋਫਿਆਂ 'ਤੇ ਬੈਠ। ਪਰ ਨਹੀਂ, ਸਾਨੂੰ ਕੌਮ ਨਾਲ ਹੀ ਚੱਲਣ ਦਾ ਸ਼ੌਂਕ ਸੀਗਾ, ਦਿਲੋਂ ਤਮੰਨਾ ਸੀ। ਕੀ ਉਹਨਾਂ ਕਿਹਾ ਸੀ? ਕੁਰਸੀ 'ਤੇ ਬੈਠ, ਸੋਫੇ 'ਤੇ ਬੈਠ, ਜਾਂ ਸਾਡੇ ਨਾਲ ਬੈਠ, ਸਾਡੇ ਨਾਲ ਚੱਲ, ਬੰਦੇ ਸ਼ਹੀਦ ਕਰਵਾ। ਉੱਥੇ ਇੱਕ ਗੱਲ ਹੋਈ ਸੀਗੀ, ਮੈਨੂੰ ਕਹਿੰਦਾ ਸੀਗਾ ਵੀ ਤੂੰ ਬੰਦੇ ਫੜਾ ਦੇ, ਸ਼ਹੀਦ ਕਰਾ ਦੇ। ਮੈਂ ਉਹਨੂੰ ਇੱਕ ਗੱਲ ਕਹੀ ਸੀ ਸਮੇਤ ਸਿੰਘ ਸੈਣੀ ਨੂੰ, ਮੈਂ ਕਿਹਾ ਚਲੋ ਮੈਂ ਬੰਦਾ ਤੁਹਾਨੂੰ ਫੜਾ ਦਿੰਦਾ ਤੁਹਾਨੂੰ, ਫਿਰ ਤੁਸੀਂ ਉਹਨੂੰ ਮਾਰ ਦੋਗੇ? ਕਹਿੰਦਾ ਹਾਂ ਅਸੀਂ ਮਾਰ ਦਿਆਂਗੇ। ਮੈਂ ਫਿਰ ਉਹਦੀ ਮਾਂ ਕੀਰ ਨੇ ਵੀ ਪਾਊਗੀ ਵੀ ਮੇਰੇ ਕਿਹੜੇ ਨੇ ਮੇਰੇ ਮੁੰਡਾ ਮਰਵਾਤਾ। ਕਹਿੰਦਾ ਹਾਂ। ਮੈਂ ਫਿਰ ਮੈਂ ਉਹਨੂੰ ਇਹ ਗੱਲ ਕਹੀ ਸੀ ਵੀ ਮੇਰੀ ਮਾਂ ਹੀ ਕੀਰ ਨੇ ਪਾਲੂ। ਮਤਲਬ ਕਿਸੇ ਦੀ ਮਾਂ ਕਿਉਂ ਕੀਰ? ਹਾਂ, ਕਿਸੇ ਦੀ ਮਾਂ ਜਵਾਤੀ ਹੋ ਗਏ ਲੱਗਦਾ। ਜਵਾਤੀ ਹੋ ਗਈ, ਉੱਥੇ ਵੀ ਜਵਾਤੀ ਹੋ ਗਏ ਸੀ ਆਪਾਂ। ਹਾਂ, ਸੀ ਸਟਾਫ ਦੀ ਰੀਅਲਟੀ ਗੱਲ ਹੈ, ਉੱਥੇ ਵੀ ਜਵਾਤੀ ਹੋ ਗਈ। ਮੈਂ ਮੇਰੀ ਮਾਂ ਹੀ ਕੀਰ ਨੇ ਪਾਲੂ ਚਾਹ। ਕਾਫੀ ਦਰਦ ਲੱਗਦਾ ਹੈ ਸੁਣਵੇਂ, ਸ਼ੁਰੂ ਦੇ ਵਿੱਚ ਹੀ ਅੱਖਾਂ 'ਚ ਪਾਣੀ ਆ ਜਾਣਾ, ਇਹਦਾ ਮਤਲਬ ਕਾਫੀ ਅੰਦਰ ਤੁਸੀਂ ਲੁਕੋ ਕੇ ਰੱਖਿਆ ਹੋਊਗਾ ਜਿਹੜਾ ਜਗ ਜ਼ਾਹਰ ਨਹੀਂ ਕਰਦਾ। ਹਾਂ, ਬਹੁਤ ਕੁਛ ਲੁਕੋ ਕੇ ਰੱਖਿਆ, ਬਹੁਤ ਕੁਛ। ਇਹੋ ਜਿਹੀਆਂ ਕੀ ਗੱਲਾਂ ਵੈਸੇ ਕਿ ਬਾਲਾ ਕੁਛ ਦੇਖ ਲਿਆ ਅੰਦਰ ਦਾ ਸਿਸਟਮ, ਤਸ਼ੱਦਦ ਜ਼ਿਆਦਾ ਹੁੰਦੇ ਸੀ ਧੀਆਂ ਭੈਣਾਂ ਨਾਲ ਜਾਂ ਕੁਛ ਕੀ? ਨਹੀਂ, ਬਹੁਤ ਦੇਖ ਲਿਆ, ਧੀਆਂ ਭੈਣਾਂ ਨਾਲ ਬਹੁਤ ਮਾੜੀ ਹੋਈ ਆ। ਚਾਹੇ ਉਹ ਸਿੰਘਣੀ ਨੇ ਮੈਨੂੰ ਫੜਾਈ ਆ, ਪਰ ਉਹਦੇ ਨਾਲ ਬਹੁਤ ਮਾੜੀ ਕਰੀ। ਜਦੋਂ ਦੇਖਦੇ ਹਾਂ, ਯਾਦ ਕਰਦੇ ਹਾਂ, ਅੱਖਾਂ 'ਚੋਂ ਪਾਣੀ ਤਾਂ ਆਟੋਮੈਟਿਕਲੀ ਆ ਜਾਂਦਾ। ਸੁਭਾਵਿਕ ਗੱਲ ਹੈ। ਜਦੋਂ ਤੁਸੀਂ ਫੌਜ ਦੇ ਵਿੱਚ ਬਟਾਲੀਅਨ ਦੇ 9 ਦੀ ਤੁਸੀਂ ਗੱਲ ਕੀਤੀ, ਉਹਦੇ ਟ੍ਰੇਨਿੰਗ ਲੈ ਰਹੇ ਸੀ ਜਾਂ ਟ੍ਰੇਨਿੰਗ ਕਰ ਰਹੇ ਸੀ, ਹੈ ਨਾ, ਉੱਥੋਂ ਤੁਸੀਂ ਉਹਦੇ ਵਿੱਚ ਤੁਹਾਨੂੰ ਤਗਮਾ ਮਿਲਦਾ ਕਿ ਕੁਛ ਚੰਗਾ ਕਾਰਜ ਕੀਤਾ ਹੋਵੇਗਾ। ਉਸ ਤੋਂ ਬਾਅਦ ਤੁਸੀਂ ਜਦੋਂ ਘਰੇ ਆਉਂਦੇ, ਛੁੱਟੀ ਆਉਂਦੇ, ਇਸ ਚੀਜ਼ 'ਚ ਰਾਹ 'ਚ ਜੋੜ ਦਿੰਦਾ, ਲੈਣ ਤੁਹਾਡੀ ਉੱਧਰਲੀ ਸੀ, ਫਿਰ ਇੱਧਰਲੀ ਲਾਈਨ 'ਚ ਜਦੋਂ ਚੱਕ ਕੇ ਲੈ ਜਾਂਦੇ, ਫਿਰ ਇੱਧਰਲੀ ਲਾਈਨ ਮਜਬੂਰ ਕਰ ਦਿੰਦੇ ਆ ਜਾਂ ਫਿਰ ਇੱਧਰ ਸ਼ੌਂਕ ਬਣ ਗਿਆ ਸੀ ਫਿਰ ਇਸੇ ਲਾਈਨ 'ਚ ਹੀ ਰਹਿਣ? ਨਹੀਂ, ਕੁਛ ਤਾਂ ਇਹਨਾਂ ਨੇ ਮਜਬੂਰ ਕਰਤਾ, ਕੁਛ ਜੋ ਉੱਥੋਂ ਦੇ ਹਾਲਾਤ ਦੇਖ ਲਏ ਆ, ਅਤੇ ਫਿਰ ਤਾਂ ਬੰਦੇ ਦਾ ਹਰੇਕ ਦਾ ਹੀ ਮਨ ਕਰਦਾ ਵੀ ਆਪਾਂ ਇੱਧਰ ਨੂੰ ਤੁਰਿਆ ਜਾਵੇ। ਕਿੰਨਾ ਟਾਈਮ ਸੀ ਏ ਸਟਾਫ 'ਚ ਰੱਖਿਆ ਫਿਰ? 2 ਮਹੀਨੇ ਰੱਖਿਆ। ਉਸ ਤੋਂ ਬਾਅਦ ਕਿਹੜਾ ਕੇਸ ਪਾ ਕੇ ਜੇਲ੍ਹ 'ਚ ਭੇਜ? ਉੱਥੋਂ 2549 ਲਾ ਦਿੱਤੀ, 399 ਲਾ ਕੇ ਭਾ ਕੇ ਜੇਲ੍ਹ 'ਚ ਭੇਜ ਦਿੱਤਾ। ਕਿੰਨੇ ਚਿਰ ਲਈ? ਅਤੇ ਤਕਰੀਬਨ 2 ਕੁ ਮਹੀਨੇ ਰਿਹਾ ਹੁਣ ਜੇਲ੍ਹ 85 ਦੀ ਗੱਲ ਕਰਦੇ? ਨਹੀਂ, 87 ਦੀ ਗੱਲ ਕਰਦਾ। 87 ਹਾਂ, ਡਕੈਤੀ ਵੇਲੇ ਜਦੋਂ ਇਹ ਡਕੈਤੀ ਆ, ਮੈਂ ਜੇਲ੍ਹ ਸੀਗਾ ਉਸ ਟਾਈਮ ਦੇ ਜਦੋਂ ਲੁਧਿਆਣੇ ਦੇ ਵਿੱਚ ਜਿਹੜੀ 5 ਕਰੋੜ 7 ਲੱਖ, ਹਾਂ ਉਦੋਂ ਮੈਂ ਜੇਲ੍ਹ ਸੀਗਾ।
उस तो बाद जो घर आ फिर सोचा नहीं भी उधरले पास ना बोलता फौज उधरले पास चल जाए नहीं नहीं फिर तो बस सीधा इधर नहीं चले गए ਬੰਟੀ ਹੁੰਦਾ ਸੀ ਇੱਕ ਮੁੰਡਾ ਇੱਕ ਜੱਸੀ ਹੁੰਦਾ ਸੀ ਬੱਬਰਾਂ ਦਾ ਤੇ ਹੋਰ ਵੀ ਬਹੁਤ ਸੀਗੇ ਜਿਹੜੇ ਬੰਦੇ ਮਿਲਦੇ ਰਹਿੰਦੇ ਸੀਗੇ ਅਸੀਂ ਬੱਬਰਾਂ ਦਾ ਜਿਵੇਂ ਚੰਨਾ ਵੀ ਹੁੰਦਾ ਸੀਗਾ ਚਰਨਜੀਤ ਚੰਨਾ ਇਹ ਸਾਰੇ ਮਿਲਦੇ ਰਹੇ ਸੀ ਪਰ ਮੇਰੇ ਰਿਲੇਸ਼ਨ ਜ਼ਿਆਦਾ KLF ਨਾਲ ਸੀਗੇ ਗੁਰਜੰਟ ਸਿੰਘ ਨਾਲ ਹੀ ਸੀਗੇ ਜਦੋਂ ਸੰਘਰਸ਼ ਦੇ ਦੋਹਾਂ ਕੰਮ ਕਰਦੇ ਹਾਂ ਹੈ ਨਾ ਐਕਸ਼ਨ ਕਰਨੇ ਹੁੰਦੇ ਸੀ ਐਕਸ਼ਨ ਕਈ ਤਰ੍ਹਾਂ ਦੇ ਹੁੰਦੇ ਸੀ ਕਿਸੇ ਨੂੰ ਮਤਲਬ ਕਿ ਦੋਸ਼ੀ ਲੱਗਦਾ ਸੀਗਾ ਸਿੰਘ ਉਹਨੂੰ ਗੱਡੀ ਝਾੜ ਦਿੰਦੇ ਸੀਗੇ ਜਾਂ ਫਿਰ ਉਹਨੂੰ ਫੜ ਲੈਂਦੇ ਸੀਗੇ ਤੁਸੀਂ ਇੱਕ ਵੱਖਰੀ ਕਹਿੰਦੇ ਪਿਰਤ ਪਾਈ ਸੀਗੀ ਕਿ ਕਿਸੇ ਸਿੰਘ ਨੂੰ ਛੁਡਾਉਣ ਦੇ ਲਈ ਕਿਸੇ ਨਾ ਕਿਸੇ ਨੂੰ ਅਗਵਾਹ ਕਰ ਲੈਂਦੇ ਸੀਗੇ ਉਹ ਤੋਂ ਬਾਅਦ 'ਚ ਉਹਨੂੰ ਛੁਡਵਾ ਲੈਂਦੇ ਸੀਗੇ ਦੋਵੇਂ ਕਾਰਜ ਹੋ ਜਾਂਦੇ ਸੀ ਨਾਲੇ ਬੰਦਾ ਮੋੜ ਦਿੰਦੇ ਸੀ ਅਤੇ ਨਾਲੇ ਤੁਸੀਂ ਕਹਿੰਦੇ ਇੱਕ ਸਿੰਘ ਛੁਡਵਾ ਲੈਂਦੇ ਸੀ ਉਹ ਜਿੰਦੇ ਸੁੱਖੇ ਵਾਲਾ ਕੇਸ ਆਉਂਦਾ ਰੋਮਾਨੀਆ ਦੇ ਰਾਜਦੂਤ ਦੀ ਗੱਲ ਆਉਂਦੀ ਉਹ ਕਹਾਣੀ ਕੀ ਸੀ ਐਂ ਸੀ ਨਾ ਪਹਿਲਾਂ ਸਭ ਤੋਂ ਨਾ ਸਾਡੇ ਮਨੋਹਰ ਸਿੰਘ ਧੀਰਾ ਫੜਿਆ ਗਿਆ ਸੀਗਾ ਅੱਛਾ ਮਨੋਹਰ ਸਿੰਘ ਧੀਰੇ ਨੂੰ ਛੁਡਾਉਣ ਲਈ ਸਾਡੀ ਗੱਲ ਚੱਲੀ ਵੀ ਆਪਾਂ ਕਿਵੇਂ ਛੁਡਾਇਆ ਜਾਵੇ ਤੇ ਫਿਰ ਮੈਂ ਗੁਰਜੰਟ ਨੂੰ ਕਿਹਾ ਵੀ ਆਪਾਂ ਉੱਥੋਂ ਬੰਦਾ ਚੱਕਦੇ ਹਾਂ ਫਿਰ ਉੱਥੇ ਜਿਹੜਾ ਸੀਗਾ ਐਸ ਪੀ ਦੇਸ ਰਾਜ ਉਹਦਾ ਬੇਟਾ ਲੈ ਕੇ ਆਇਆ ਸੀ ਚੱਕ ਕੇ ਧੀਰਾ ਸਾਡਾ ਛੱਡ ਦਿੱਤਾ ਸੀ ਉਦੋਂ ਮੁੜ ਕੇ ਫਿਰ ਕਈ ਸਿੰਘ ਛੁਡਾਏ ਇਸ ਤਰ੍ਹਾਂ ਸਭ ਤੋਂ ਪਹਿਲਾਂ ਐਕਸ਼ਨ ਧੀਰੇ ਲਈ ਹੁੰਦਾ ਹਾਂ ਪਹਿਲਾਂ ਧੀਰੇ ਲਈ ਹੁੰਦਾ ਦੇਸ ਰਾਜ ਦਾ ਮੁੰਡਾ ਫਿਰ ਹੌਲੀ ਹੌਲੀ ਇਹ ਪਿਰ ਤੇ ਚੱਲਦੀ ਚੱਲਦੀ ਤੇ ਜਿੰਦਾ ਸੁੱਖਾ ਛੁਡਾਉਣ ਨੂੰ ਰੋਮਾਨੀਆ ਦਾ ਰਾਜਦੂਤ ਜਦੋਂ ਇਹ ਐਕਸ਼ਨ ਕੀਤਾ ਗਿਆ ਹੋਣਾ ਪਹਿਲੇ ਦਿਨ ਗੱਲ ਤਾਂ ਹੋਈ ਹੋਣੀ ਆ ਸਮੇਂ 5-10 ਜਥੇਬੰਦੀ ਦੇ ਆਗੂ ਬੈਠੇ ਹੋ ਕੇ ਤੁਸੀਂ ਗੱਲਬਾਤ ਕਰਦੇ ਹੋਣਗੇ ਕਹਿੰਦੇ ਨੇ ਆ ਇਹਦੇ ਨਾਲ ਜਿਹੜੀ ਤੁਹਾਡੀ ਲਿਬਰੇਸ਼ਨ ਸੀਗੀ ਜਥੇਬੰਦੀ ਚਲਾ ਰਹੇ ਸੀ ਤੁਸੀਂ KLF ਉਹਦੇ ਨਾਲ ਕਿਤੇ ਹਾਨੀ ਨਾ ਹੋ ਜਾਏ ਨੁਕਸਾਨ ਨਾ ਹੋ ਜਾਏ ਬਦਨਾਮ ਹੀ ਨਾ ਹੋ ਜਾਏ ਸੰਘਰਸ਼ ਬਦਨਾਮ ਨਾ ਹੋ ਜਾਏ ਇਹੋ ਜਿਹੀਆਂ ਗੱਲਾਂ ਵੀ ਹੋਈਆਂ ਹੋਣ ਹਾਂ ਇਹੋ ਜਿਹੀਆਂ ਹੁੰਦੀਆਂ ਰਹਿੰਦੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਗੱਲਾਂ ਦਾ ਸਾਰਾ ਖਿਆਲ ਰੱਖ ਕੇ ਹੀ ਐਕਸ਼ਨ ਕੀਤਾ ਜਾਂਦਾ ਹੈ ਪਹਿਲਾਂ ਪੂਰਾ ਵਿਚਾਰਿਆ ਜਾਂਦਾ ਵੀ ਸਾਡਾ ਕੀ ਨੁਕਸਾਨ ਹੋਣਾ ਕੀ ਫਾਇਦਾ ਹੋਣਾ ਹਾਂ ਵਿਚਾਰ ਕੇ ਹੀ ਕੀਤਾ ਜਾਂਦਾ ਸੀਗਾ ਕਿਉਂਕਿ ਅਸੀਂ ਜ਼ਿਆਦਾ ਲੰਬਾ ਸਮਾਂ ਜਿਵੇਂ ਗੁਰਜੰਟ ਸਿੰਘ ਬੋਸ ਸਿੰਘ ਵਾਲਾ ਭਾਈ ਦਲਜੀਤ ਸਿੰਘ ਬਿੱਟੂ ਲੰਬਾ ਸਮਾਂ ਪਹਿਲਾਂ ਇਕੱਠੇ ਵਿਚਾਰਦੇ ਸੀ ਇਹ ਗੱਲਾਂ ਉਦੋਂ ਬਾਅਦ ਹੀ ਐਕਸ਼ਨ ਨੂੰ ਫਾਈਨਲੀ ਤੋਂ ਰੂਪ ਦਿੱਤਾ ਜਾਂਦਾ ਹੈ ਜਿਹੜਾ ਰਾਦੂ ਵਾਲਾ ਕੇਸ ਆਉਂਦਾ ਉਹ ਕਿਵੇਂ ਗਵਾਹ ਹੁੰਦਾ ਅਤੇ ਕਿੱਥੋਂ ਕਰਦੇ ਹੋ ਉਹ ਜੌਹਰ ਬਾਗ ਦੇ ਵਿੱਚੋਂ ਕਰਦੇ ਹਾਂ ਨਹੀਂ ਦਿੱਲੀ ਦੇ ਵਿੱਚ ਹਾਂ ਜੌਹਰ ਬਾਗ ਦੇ ਵਿੱਚ ਜੌਹਰ ਬਾਗ 'ਚੋਂ ਕਰਦੇ ਹਾਂ ਮੈਂ ਸੀਗਾ ਆਪਣਾ ਡਾਕਟਰ ਪ੍ਰੀਤਮ ਸਿੰਘ ਸੇਖੋਂ ਦਿਆ ਸਿੰਘ ਲਾਹੌਰੀਆ ਅਮਰਪਾਲ ਮੁੰਡਾ ਵਿਦੇਸ਼ੀ ਦੇਵਪਾਲ ਸਿੰਘ ਅਤੇ ਇਸ ਤਰ੍ਹਾਂ ਸੀਗੇ ਬੰਦੇ ਹਾਂ ਇੱਕ ਮਨਜੀਤ ਸਿੰਘ ਹੁੰਦਾ ਸੀ ਉਹ ਵੀ ਸੀ ਕਹਿੰਦਾ ਤਸਵੀਰ ਵਾਇਰਲ ਹੁੰਦੀ ਆ ਅਖਬਾਰਾਂ ਦੇ ਵਿੱਚ ਛਪੀ ਸੀਗੀ ਵਿੱਚ ਰਾਦੂ ਬੈਠਾ ਦੋ ਪਾਸੇ ਖੜਕੂ ਬੈਠਿਆ ਕਿਹੜੇ ਹੱਥ ਤੁਸੀਂ ਬੈਠੇ ਅਤੇ ਦੂਜੇ ਹੱਥ ਕਿਹੜਾ ਸਿੰਘ ਸੀ ਉਹਦੇ ਵਿੱਚ ਇੱਕ ਸਾਈਡ 'ਤੇ ਮੈਂ ਬੈਠਾ ਦੂਜੇ ਪਾਸੇ ਭਾਈ ਦਿਆ ਸਿੰਘ ਲਾਹੌਰੀਆ ਜੀ ਜ਼ਿੰਮੇਵਾਰੀ ਲਈ ਹਾਂ ਜ਼ਿੰਮੇਵਾਰੀ ਤਾਂ ਗੁਰਜੰਟ ਦੇ ਨਾਂ 'ਤੇ ਲਈ ਮੇਰਾ ਤਾਂ ਕਦੇ ਨਾਂ ਨਹੀਂ ਆਇਆ ਕਿਸੇ ਚੀਜ਼ ਦੇ ਵਿੱਚ ਨਾਂ ਪੁੱਛ ਨਹੀਂ ਚੱਲ ਰਿਹਾ ਸੀ ਕਿ ਮਨਜਿੰਦਰ ਸਿੰਘ ਚੱਲ ਰਿਹਾ ਨਹੀਂ ਨਹੀਂ ਪੁੱਛ ਨਹੀਂ ਚੱਲ ਰਿਹਾ ਸੀ ਅੱਛਾ ਪੁੱਛ ਨਹੀਂ ਚੱਲ ਰਿਹਾ ਸੀ ਕੀ ਹੁੰਦਾ ਫਿਰ ਉਹਨਾਂ ਸਿੰਘਾਂ ਨੂੰ ਰਿਹਾਈ ਮਿਲਦੀ ਹੈ ਉਸ ਚੀਜ਼ ਨਾਲ ਰਿਹਾਈ ਮਿਲਦੀ ਨਹੀਂ ਹੈਗੀ ਉਹ 48 ਦਿਨ ਕਰੀਬ ਰੱਖਿਆ ਸੀਗਾ ਅਸੀਂ ਜਦੋਂ ਉਹ ਸਾਡਾ ਕੰਮ ਆ ਉਹਨਾਂ ਨੇ ਰਿਹਾਈ ਨਹੀਂ ਕੀਤੀ ਫਿਰ ਅਸੀਂ ਰੱਡ ਉਹਨੂੰ ਛੱਡ ਦਿੱਤਾ ਸੀਗਾ ਕਿਉਂਕਿ ਜੇ ਅਸੀਂ ਉਹਨੂੰ ਕੁਛ ਕਰਦੇ ਤਾਂ ਉਹ ਸਾਡੀ ਮੂਵਮੈਂਟ ਦੀ ਸੰਘਰਸ਼ ਦੀ ਬਹੁਤ ਲੰਬੀ ਹੋ ਗਈ ਸੀ ਰਾਦੂ ਨਾਲ ਕਿੱਦਾਂ ਦਾ ਵਿਹਾਰ ਹੋਇਆ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰੀ ਵੀ ਉਹਦੇ ਨਾਲ ਵਧੀਆ ਵਿਹਾਰ ਕੀਤਾ ਜਾਵੇ ਉਹਨੂੰ ਕਿਸੇ ਚੀਜ਼ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਹੋਰਨਾਂ ਦੇਸ਼ਾਂ ਦਾ ਸੀਗਾ ਨਾ ਉਹਦੇ ਖਾਣ ਪੀਣ ਪਹਿਨਣ ਦੇ ਸ਼ੌਂਕ ਵੀ ਹੋਰ ਹੋਣਗੇ 48 ਦਿਨਾਂ 'ਚ ਹੁੰਦੀਆਂ ਜਿਹੜੀਆਂ ਖੁਆਇਸ਼ਾਂ ਪੂਰੀਆਂ ਹੁੰਦੀਆਂ ਰਹੀਆਂ ਹਾਂ ਪੂਰੀਆਂ ਕਰਦੇ ਆ ਜਿਵੇਂ ਉਹ ਸਿਗਰਟ ਵੀ ਪੀਂਦਾ ਸੀਗਾ ਦਾਰੂ ਵੀ ਪੀਂਦਾ ਸੀ ਸਾਰਾ ਕੁਛ ਉਹ ਵੀ ਦਿੰਦੇ ਰਹੇ ਨਾ ਤੰਗੀ ਨਹੀਂ ਕਰਨ ਦਿੱਤੀ ਭਾਈ ਦਿਆ ਸਿੰਘ ਲਾਹੌਰੀਆ ਲਿਆ ਕੇ ਦਿੰਦੇ ਰਹੇ ਹਰੇਕ ਚੀਜ਼ ਇਹਦੀ ਡਿਊਟੀ ਸੀਗੀ ਹਾਂ ਲਿਆ ਕੇ ਦਿੰਦੇ ਹਾਂ ਜੋ ਮਿਲਣਾ ਜੋ ਮੀਟ ਖਾਂਦਾ ਸੀ ਮੀਟ ਵੀ ਲਿਆ ਕੇ ਦਿੰਦਾ ਸੀ ਸਾਰਾ ਕੁਛ ਲਿਆ ਕੇ ਦਿੰਦੇ ਸੀ ਉਹਦਾ ਛੱਡਦੇ ਹੋ ਆਖਰਲੇ ਦਿਨ ਕੀ ਕਹਿ ਕੇ ਗਿਆ ਉਹ ਕੁਛ ਕਿਹਾ ਤਾਂ ਹੋਣਾ ਹੀ ਆ ਯਾਦ ਤਾਂ ਕਰਦਾ ਉਹਨੇ ਤਾਂ ਬਹੁਤ ਵਧੀਆ ਕਿਹਾ ਉਹ ਤਾਂ ਮੇਰੇ ਕੋਲ ਹੁਣ ਚਲਾਨ ਹੋਣਾ ਨਹੀਂ ਹੈਗਾ ਜਿਹੜਾ ਚਲਾਨ ਬਣਾਇਆ ਪੁਲਿਸ ਨੇ ਉਹਦੇ ਵਿੱਚ ਵੀ ਸਾਡੇ ਲਈ ਉਹਨੇ ਬਹੁਤ ਚੰਗਾ ਕਿਹਾ
ਪੁਲਿਸ ਨੂੰ ਵੀ ਜਿਹੜੇ ਬਿਆਨ ਦਿੱਤੇ ਉਹ 'ਚ ਵੀ ਸਾਨੂੰ ਚੰਗਾ ਕਿਹਾ, ਪ੍ਰੈਸ 'ਚ ਤਾਂ ਉਹਨੇ ਚੰਗਾ ਕਹਿਣਾ ਹੀ ਸੀਗਾ, ਹਾਂ ਤਾਰੀਫ ਕਰੀ ਉਹ ਤਾਂ ਮੇਰਾ ਤਾਂ ਉਹਨੇ ਬਹੁਤ ਜ਼ਿਆਦਾ ਭੂਸ਼ਣ ਦੇ ਨਾਂ 'ਤੇ ਵੀ ਬਹੁਤ ਵਧੀਆ ਬੰਦਾ ਸੀ, ਉਹ ਲਿਖਦਾ ਗਾ ਉਹ ਚਲਾਣ ਦੇ ਵਿੱਚ ਵੀ ਜਿਹੜਾ ਭੂਸ਼ਣ ਸੀਗਾ ਵੀ ਗੁੱਡ ਮੈਨ ਸੀਗਾ, ਗੁੱਡ ਡਰਾਈਵਰ ਸੀਗਾ, ਗੁੱਡ ਫਾਈਟਰ ਸੀ, ਇਸ ਤਰ੍ਹਾਂ ਕਰਕੇ ਉਹ ਕਾਫੀ ਕੁਛ ਲਿਖਦਾ ਵੀ ਚਲਾਣ 'ਚ ਵੀ ਲਿਖਿਆ ਹੋਇਆ ਮੇਰੇ ਜਿਹੜਾ। ਉਹਦੀ ਉਮਰ ਕਿੰਨੀ ਕੁ ਸੀ? ਉਹਦੀ ਉਮਰ ਮੇਰਾ ਖਿਆਲ ਉਸ ਟਾਈਮ 50 ਸਾਲ ਦੇ ਕਰੀਬ ਹੋ ਮੇਰੀ ਸੇਵਾ ਕਰੀਏ, ਮੈਂ ਵੀ ਤੁਹਾਡੀ ਉੱਥੇ ਰਮਾਨੀ ਸੇਵਾ ਕਰੂੰ, ਸਵਾਬ ਨੀ ਬਣਿਆ ਆਪਣਾ। ਹੋਰ ਵੀ ਕੇਸਾਂ 'ਚ ਨਾਮ ਆਉਂਦਾ, ਇੱਕ DGP DS ਮਾਂਗਟ ਦੇ ਨਾਮ ਤੇ ਜਿਹੜਾ ਬਲਾਸਟ ਹੁੰਦਾ ਉਹਨੂੰ ਮਾਰਨ ਦੇ ਨਾਂ ਨੂੰ ਲੈ ਕੇ ਹੀ ਬਲਾਸਟ ਹੁੰਦਾ, ਉਹਦੇ ਵਿੱਚ ਵੀ ਤੁਹਾਡਾ ਨਾਮ ਆਉਂਦਾ, ਉਹ ਕੀ ਕੇਸ ਸੀ? ਉਹ ਕੇਸ ਐਂ ਸੀਗਾ ਅਸਲ ਦੇ ਵਿੱਚ ਨਾ, ਅਸੀਂ ਉਦੋਂ ਗਵਰਨਰ ਹੁੰਦਾ ਸੀ OP ਮਲਹੋਤਰਾ, OP ਮਲਹੋਤਰਾ 'ਤੇ ਬੰਬ ਲਾਇਆ ਸੀਗਾ, ਚੂੜ ਚੱਕ ਤੋਂ ਪਹਿਲਾਂ ਬੰਦੇ ਚੱਕੇ ਸੀਗੇ, ਬੰਦੇ ਚੱਕ ਕੇ ਵੀ ਇਕੱਠੇ 17-18 ਬੰਦੇ ਚੱਕ ਕੇ, ਅਤੇ ਵੀ ਉਹ ਲੁਧਿਆਣੇ ਆਊਗਾ, ਉਹਨੂੰ ਗਵਰਨਰ ਨੂੰ ਸੱਦਿਆ ਸੀਗਾ ਆਪਦੇ ਆਪ, ਇਹ ਗਵਰਨਰ ਅਤੇ DGP ਦੋਨੋਂ ਆ ਗਏ। ਜਦ ਇੱਥੋਂ DGP ਔਰ ਗਵਰਨਰ ਜਾਣ ਲੱਗੇ ਅੱਗੇ ਪਿੱਛੇ ਹੋ ਗਏ ਬਸੇ, ਇਸ ਕਰਕੇ DGP ਮੂਹਰੇ ਆ ਗਏ, ਫਿਰ DGP 'ਤੇ ਬਲਾਸਟ ਕਰ ਦਿੱਤਾ। ਬਚ ਗਿਆ ਸੀ ਉਹ ਤਾਂ? ਹਾਂ ਬਚ ਗਿਆ ਸੀਗਾ, ਫੱਟੜ ਹੋ ਗਏ, ਕੇਸ ਚੱਲਿਆ ਸੀ 2008 'ਚ, ਮੈਂ ਬਰੀ ਹੋ ਗਿਆ ਸੀ ਉਸ 2008 'ਚ। ਉਸ ਕੇਸ 'ਤੇ ਬਰੀ ਹੁੰਦੀ, ਸਜ਼ਾ ਕਦੋਂ ਕੱਟ ਕੇ ਆਉਂਦੇ ਵਾਪਸ? 2003 'ਚ ਮੈਂ ਜੀ 2003 'ਚ ਜਵਾਨਤ 'ਤੇ ਆ ਜਾਂਦਾ, 2008 'ਚ ਮੇਰੇ ਸਾਰੇ ਕੇਸ ਆਖਰੀ ਕੇਸ DGP ਵਾਲਾ ਬਰੀ ਹੋ ਜਾਂਦੇ ਆ। ਇੰਸਪੈਕਟਰ ਸੋਢਾ ਨਾਮ ਦਾ ਸੀਗਾ, ਉਹਨੂੰ ਹੱਤਿਆ ਦਾ ਵੀ ਇਲਜ਼ਾਮ ਤੁਹਾਡੇ 'ਤੇ? ਹਾਂ ਉਹਦੇ ਵੀ ਆਉਂਦਾ ਗਾ, ਕਿਉਂਕਿ ਉਹਨੇ ਇੱਥੇ ਸਾਡੇ ਧੂਰੀ ਦੇ ਵਿੱਚ ਬਹੁਤ ਜ਼ਿਆਦਾ ਤਸ਼ੱਦਦੀ ਅਤੇ ਮੁੰਡੇ ਸ਼ਹੀਦ ਕਰੇ ਸੀਗੇ, ਉਹ ਇੱਥੋਂ ਬਦਲੀ ਹੋ ਕੇ ਲੁਧਿਆਣੇ ਚਲਿਆ ਗਿਆ, ਲੁਧਿਆਣੇ ਚਲੇ ਗਿਆ, ਮੈਨੂੰ ਗੁਰਜੰਟ ਨੇ ਦੱਸਿਆ ਵੀ ਉਹ ਸੋਢਾ ਉਰੇ ਆ ਗਿਆ, ਮੈਂ ਕਿਹਾ ਵੀ ਚੱਲ ਚੱਲਦੇ ਹਾਂ, ਮੈਂ ਅਤੇ ਗੁਰਜੰਟ ਅਤੇ ਇੱਕ ਮੁੰਡਾ ਹੁੰਦਾ ਸੀ ਟਹਿਲਾ, ਸਾਨੂੰ ਉਹਦੇ 'ਤੇ ਸ਼ੱਕ ਸੀ ਵੀ ਇਹ ਪੁਲਿਸ ਵਾਲਿਆਂ ਦਾ ਬੰਦਾ, ਅਸੀਂ ਉਹਨੂੰ ਬਗੈਰ ਦੱਸੇ ਤੋਂ ਲੈ ਗਏ ਸੀ, ਅਸੀਂ ਉਹਨੂੰ ਬਗੈਰ ਦੱਸੇ ਤੋਂ ਲੈ ਗਏ ਸੀਗੇ, ਲਿਜਾ ਕੇ ਸੀ ਪਹਿਲਾਂ ਥਾਣੇ ਮੂਹਰੇ ਗਿਆ, 6 ਨੰਬਰ ਸੀਗਾ ਉਹ, ਉੱਥੇ ਜਿਹੜਾ ਵੀ ਸੰਤਰੀ ਖੜਾ ਸੀ ਮੈਂ ਉਹਨੂੰ ਪੁੱਛਿਆ ਵੀ ਸਾਹਿਬ, ਕਹਿੰਦੇ ਉਹ ਸ਼ੇਰਪੁਰ ਚੌਂਕ ਨੂੰ ਚਲੇ ਗਏ, ਸ਼ੇਰਪੁਰ CRP ਦਾ ਨਾਕਾ ਹੁੰਦਾ ਜੀ ਉੱਥੇ, ਫਿਰ ਮੈਂ ਉਤਰ ਕੇ ਪੁੱਛਿਆ CRP ਨੂੰ, ਮੈਂ ਸਾਹਿਬ ਆਏ ਸੀ ਉਰੇ, ਕਹਿੰਦੇ ਉਹ ਉਸਵਾਲ ਚੌਂਕ ਨੂੰ ਚਲੇ ਗਏ, ਉਸਵਾਲ ਚੌਂਕ 'ਚ ਫਿਰ ਚਲੇ ਗਏ ਸੀ, ਉਸਵਾਲ ਚੌਂਕ 'ਚ ਹੋਮ ਗਾਰਡੀਆ ਖੜ੍ਹੇ ਸੀ, ਮੈਂ ਉਹਨਾਂ ਨੂੰ ਕਿਹਾ ਵੀ ਸਾਹਿਬ, ਕਹਿੰਦੇ ਉਹ ਜਾਂਦਾ ਜੀਪ 'ਤੇ ਸਾਹਮਣੇ 200 ਗਜ 'ਤੇ ਜਾਂਦਾ ਸੀ, ਮੈਂ ਉਹਨੂੰ ਕਿਹਾ ਉਹ ਜੀਪ ਦੇ ਨਾਲ ਲਾ ਗੱਡੀ, ਬਸ ਉੱਥੇ ਉਹਦਾ ਕੰਮ ਕਰਦਾ। ਦੋ ਜਣੇ ਸੀ ਤੁਸੀਂ ਐਕਸ਼ਨ 'ਚ? ਹਾਂ ਮੈਂ ਅਤੇ ਗੁਰਜੰਟ ਅਤੇ ਉਹ ਤੀਜਾ ਡਰਾਈਵਰ ਸੀ ਸਾਡੇ ਨਾਲ ਟਹਿਲਾ, 3 ਜਣੇ ਸੀ। ਦੋਸ਼ ਕੀ ਸੀਗੇ ਉਹਨੇ, ਇੰਨੇ ਕਿੰਨੇ ਕੁ ਮੁੰਡੇ ਮਾਰਦੇ ਸੀ? ਇੱਥੇ ਉਹਨੇ ਬਹੁਤ ਮਾਰੇ ਸੀਗੇ, ਉਹਨੂੰ ਸੋਢਾ ਤਾਂ ਕਹਿੰਦੇ ਸੀਗੇ, ਇੱਥੇ ਨਾਂ ਤਾਂ ਪੂਰਾ ਸ਼ਾਇਦ ਹਰਜਿੰਦਰ ਸੀ, ਕੀ ਸੀ? ਹਰਜਿੰਦਰ ਸੀਗਾ ਉਹਦਾ, ਮੇਰਾ ਨਾਂ ਉਹਦਾ ਹਰਜਿੰਦਰ ਸੀਗਾ, ਸੋਢਾ ਉਹਨੂੰ ਇਸ ਕਰਕੇ ਕਹਿੰਦੇ, ਇੱਥੇ ਨੇ ਕਈ ਮੁੰਡੇ ਨਾ ਜਾਣੇ ਦੀ ਲੈਟਰਿਨ ਵਾਲੀ ਜਗ੍ਹਾ 'ਚ ਸੋਢੇ ਵਾਲੀ ਬੋਤਲ ਚਾੜ ਕੇ ਮਾਰਤੀ ਸੀ, ਤਾਂ ਉਹਦਾ ਨਾਂ ਸੋਢਾ ਪਿਆ ਸੀ, ਤਾਂ ਪਿਆ ਸੀ ਉਹਨੇ ਇਸ ਤਰ੍ਹਾਂ ਕਰਕੇ, ਬਹੁਤ ਘਰਾਉਣੀਆਂ ਉਹ ਕਰੀਆਂ ਸੀ। ਉਹ ਐਕਸ਼ਨ ਹੁੰਦਾ ਉਹਦੇ ਵਿੱਚ ਹੋਰ ਵੀ ਮੁਲਾਜ਼ਮ ਮਾਰੇ ਜਾਂਦੇ ਜਾਂ ਇਕੱਲਾ? ਹਾਂ ਨਹੀਂ ਮਾਰੇ ਜਾਂਦੇ, ਜਿੰਨੇ ਸਾਰੇ ਸੀ ਉਹ ਮਾਰੇ ਜਾਂਦੇ ਆ, ਪਤਾ ਨਹੀਂ 3-4 ਬੰਦੇ ਸੀ ਜੋ ਜਿੰਨੇ ਵੀ ਹੈਗੇ ਸੀਗੇ, ਤਾਂ ਮੈਨੂੰ ਨਹੀਂ ਹੁਣ ਮੇਰੇ ਦਿਮਾਗ 'ਚ ਨਹੀਂ ਹੈਗਾ ਵੀ ਕਿੰਨੇ ਬੰਦੇ ਸੀ, ਕਿਉਂਕਿ ਤੁਸੀਂ ਖਬਰ ਦੇਖ ਕੇ ਦਿਆ। ਇੱਕ ਸ਼ਿਵ ਸੈਨਾ ਦਾ ਸ਼ੀਨਾ ਨਾਮ ਦਾ ਸੀਗਾ ਕਿ ਫੀਨਾ ਨਾਮ ਦਾ ਸੀਗਾ, ਕੋਈ ਫੀਨਾ ਸੀਗਾ ਕੋਈ, ਇੱਥੇ ਤੁਸੀਂ ਉਹਦੇ ਤੋਂ ਹਥਿਆਰ ਵੀ ਖੋਏ ਸੀ ਸ਼ਾਇਦ, ਇੱਦਾਂ ਦਾ ਕੁਛ, ਉਹਨੂੰ ਕਤਲ ਵੀ ਕੀਤਾ ਸੀ? ਹਾਂ ਉਹ ਅਹਿਮਦਗੜ ਸੀਗਾ, ਅਹਿਮਦਗੜ ਸੀ, ਕਿਉਂਕਿ ਉਹ ਬਾ ਜ਼ਿਆਦਾ ਆਪਣੇ ਸਿੱਖਾਂ ਵਿਰੁੱਧ ਪ੍ਰਚਾਰ ਕਰਦਾ ਰਹਿੰਦਾ ਸੀਗਾ, ਅਤੇ ਮੈਨੂੰ ਜਗਰੂਪ ਸਿੰਘ ਕਾਲਕ ਨੇ ਕਿਹਾ ਵੀ ਉਹ ਯਾਰ ਜ਼ਿਆਦਾ ਪ੍ਰਚਾਰ ਕਰੀ ਜਾਂਦਾ, ਹਿੰਦੂ ਵੀ ਉਹ ਤੋਂ ਔਖੇ ਨੇ ਆਪਣੇ ਖਿਲਾਫ਼, ਊਈ ਆਵਾ ਤਾਂ ਉਹ ਬੋਲੀ ਜਾਂਦਾ, ਫਿਰ ਮੈਂ ਜਗਰੂਪ ਕਾਲਕ ਜਸਪਾਲ ਫੌਜੀ ਹੁਣੇ ਇਹਨਾਂ ਨੂੰ ਹਥਿਆਰ ਵੀ ਸੀ ਕੋਈ? ਹਾਂ ਹਥਿਆਰ ਸੀ,
ਹਥਿਆਰ ਤਾਂ ਬਹੁਤ ਆ ਜਾਂਦੇ ਸੀ, ਹਥਿਆਰਾਂ ਦਾ ਕੋਈ ਗੱਲ ਨਹੀਂ ਛੱਡਿਆ। ਵੈਸੇ ਆਉਂਦੇ ਕਿਵੇਂ ਸੀਗੇ, ਕਿਵੇਂ ਪਤਾ ਲੱਗਦਾ ਸੀ ਕੁਛ, ਜਾਂ ਫਿਰ ਵਿੱਚੋਂ ਹੀ ਰਾਹ ਬਣ ਜਾਂਦੇ ਸੀਗੇ? ਨਹੀਂ, ਵਿੱਚੋਂ ਹੀ ਰਾਹ ਬਣ ਜਾਂਦੇ ਸੀਗੇ। ਵਿੱਚੋਂ ਰਾਹ ਦਾ ਤਾਂ ਇਹ ਹੈ ਨਾ, ਜਿਵੇਂ ਹੁਣ ਆਪਾਂ ਕੋਈ ਕੰਮ ਕਰਦੇ ਹਾਂ, ਉਹਦੇ ਗਾਹਾਂ ਦੀ ਗਾਹਾਂ ਆਪਾਂ ਉਹਦੇ ਹੱਲ ਕੱਢੀ ਜਾਂਦੇ ਹਾਂ, ਠੀਕ ਹੈ ਨਾ। ਜਿਉਂ ਜਿਉਂ ਰਾਹ ਬਣੀ ਜਾਂਦੇ ਹੈਗੇ, ਰਿਲੇਸ਼ਨ ਬਣੀ ਜਾਂਦੇ ਆ, ਉਹ ਇੱਕ ਸਿਸਟਮ ਚੱਲੀ ਜਾਂਦਾ। ਉਸ ਟਾਈਮ ਸਾਰੇ ਬਣਦੇ ਸੀ, ਸਾਰਾ ਸਿਸਟਮ ਸੀਗਾ, ਪਾਰ ਵੀ ਪਾਕਿਸਤਾਨ ਵੀ ਸਿਸਟਮ ਸੀ, ਸਾਰਾ ਸਿਸਟਮ ਸੀ। ਸਿਸਟਮ ਦੇ ਦੀ ਨਹੀਂ ਸਾਰਾ ਕੁਝ ਚੱਲਦਾ ਹੈਗਾ। ਹਾਂ, ਸਭ ਬੈਠੇ ਸੀ। ਕਾਫੀ ਪੜ੍ਹੇ ਸੀ ਤੁਸੀਂ ਗੌਰਮੈਂਟ ਕਾਲਜ ਮਲੇਰਕੋਟਲਾ ਤੋਂ, ਕਹਿੰਦੇ ਬੀ ਏ ਕੀਤੀ ਸੀਗੀ ਮਨਜਿੰਦਰ ਸਿੰਘ ਈਸੀ ਨੇ। ਬੀ ਏ ਕਰਕੇ ਉਸ ਤੋਂ ਬਾਅਦ ਇਸ ਸੰਘਰਸ਼ ਦੇ ਰਾਹ 'ਤੇ ਤੁਰਦੇ ਕੀ ਲੱਗਿਆ, ਕੀ ਹੈ ਕਿ ਇੰਨਾ ਮਜਬੂਰ ਕਿਉਂ ਹੋਣਾ ਪਿਆ? ਨਹੀਂ, ਮਜਬੂਰ ਤਾਂ ਹੈ ਨਾ, ਮੈਂ ਪਹਿਲਾਂ ਸ਼ੁਰੂ 'ਚ ਦੇਖੋ 84 ਦਾ ਅਟੈਕ ਹੋਇਆ, ਜਦੋਂ ਮੈਂ 85 'ਚ ਫੜਿਆ ਗਿਆ, 84 ਦੇ ਅਟੈਕ ਤੋਂ ਬਾਅਦ ਅਸੀਂ ਇਸ ਚੀਜ਼ ਤੋਂ ਬੜਾ ਪ੍ਰਭਾਵਿਤ ਹੋਏ ਵੀ ਸਾਡੇ ਦਰਬਾਰ ਸਾਹਿਬ 'ਤੇ ਅਕਾਲ ਤਖਤ ਸਾਹਿਬ ਦਾ ਟ੍ਰੈਜਡੀ। 85 'ਚ ਮੈਂ ਫੜਿਆ ਗਿਆ, ਸਾਡੀ ਸਹਿਮਤੀ ਸੀਗੀ ਇਹਨਾਂ ਨਾਲ, ਪਰ ਕੁਛ ਪਰਿਵਾਰਕ ਮਜਬੂਰੀਆਂ ਵੀ ਸੀ, ਦੋਏ ਨਾਲੋਂ ਨਾਲ ਹੀ ਚੱਲਦੀਆਂ ਨੇ। ਸਹਿਮਤੀ ਪੂਰੀ ਸੀ, ਪਰਿਵਾਰਕ ਦਾ ਮੈਂ ਮੋਢੀ ਹੋਣ ਕਰਕੇ, ਸਾਰਾ ਕੁਛ ਹੋਣ ਕਰਕੇ, ਫਿਰ ਪੜ੍ਹਾਈ ਕਰਕੇ ਵੀ ਮੈਂ ਮਿਲਟਰੀ 'ਚ ਵੀ ਚਲਿਆ ਗਿਆ, ਕਿਉਂਕਿ ਮੈਨੂੰ ਉਹ ਵੀ ਮਜਬੂਰੀ ਸੀ, ਪਰਿਵਾਰ ਵੀ ਮੇਰੀ ਜ਼ਿੰਮੇਵਾਰੀ ਸੀਗੀ। ਇਹ ਜਿਹੜਾ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਫਿਰ ਮੈਨੂੰ ਜਦ ਦੁਬਾਰਾ ਤਸ਼ੱਦਦ ਕੀਤਾ, ਹਾਲਾਂਕਿ ਉਦੋਂ ਮੈਂ ਇੱਕ ਪਾਸੇ ਸੀ, ਮੈਂ ਬਹੁਤ ਸੈਣੀ ਨੂੰ ਵੀ ਬਹੁਤ ਕਿਹਾ, ਸੁਮੇਧ ਸਿੰਘ ਸੈਣੀ ਨੂੰ ਮੈਂ ਬਹੁਤ ਵਾਰੀ ਕਿਹਾ ਵੀ ਨਹੀਂ ਤੁਸੀਂ ਐਂ ਨਾ ਕਰੋ, ਵੀ ਚਲੋ ਠੀਕ ਆ, ਮੈਂ ਕਾਲਜ ਪੜ੍ਹਦਾ ਸੀ, ਮੇਰੇ ਰਿਲੇਸ਼ਨ ਸੀਗੇ, ਮੇਰੀ ਸਹਿਮਤੀ ਅੱਜ ਵੀ ਸਹਿਮਤੀ ਹੈਗੀ ਆ, ਉਦੋਂ ਵੀ ਸਹਿਮਤੀ ਸੀ, ਰਹੂ ਵੀ, ਐਂਡ ਤੱਕ ਹੀ ਸਹਿਮਤੀ ਰਹੂਗੀ, ਕਿਉਂਕਿ ਮੈਂ ਵੀ ਇੱਕ ਸਿੱਖ ਹਾਂ, ਸੰਘਰਸ਼ ਨਾਲ ਸਹਿਮਤੀ ਰੱਖਣਾ ਕੋਈ ਕਾਨੂੰਨੀ ਜੁਰਮ ਨਹੀਂ ਹੈ। ਜਦੋਂ ਪਹਿਲੇ ਦਿਨ ਤੁਸੀਂ ਉਹ ਗੱਲ ਕਰਦੇ 87 ਦੀ, ਸੁਮੇਧ ਸਿੰਘ ਸੈਣੀ ਦੇ ਟੀਮ ਵੱਲੋਂ ਤਸ਼ੱਦਦ ਹੁੰਦਾ ਤੁਹਾਡੇ 'ਤੇ, ਇਸ ਰਾਹ 'ਤੇ ਤੁਰਦੇ ਹੋ, ਉਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਆਹਮੋ ਸਾਹਮਣੇ ਹੋਏ ਕਦੇ? ਹਾਂ, ਹੋਏ ਅੱਗੇ ਹੋਏ ਆਹਮੋ ਸਾਹਮਣੇ, ਹੁਣ ਤਾਂ ਉਹ ਵੀ ਬਾਅਦ 'ਚ ਪਛਤਾਉਂਦੇ ਆ, ਕਹਿੰਦੇ ਆ ਵੀ ਅਸੀਂ ਤੁਹਾਨੂੰ ਧੱਕਾ ਕੀਤਾ, ਜਿਹੜੇ ਵੀ ਹਾਂ ਮੰਨਦੇ ਆ, ਕਿਉਂ ਮੈਂ ਬਿਰਕ ਨਾਲ ਵੀ ਬੈਠਿਆ ਗਾ, ਸਰਬਜੀਤ ਸਿੰਘ ਬਿਰਕ ਆ ਜਿਹੜਾ ਮਾਂਗਟ ਡੀ ਜੀ ਪੀ, ਉਹਦੇ ਨਾਲ ਵੀ ਬੈਠਿਆ, ਉਹ ਵੀ ਸੋਚਦੇ ਆ, ਕਿਉਂਕਿ ਜਦ ਮੈਂ ਪੇਸ ਹੋਇਆ ਗਾ, ਇਹ ਸਾਰੀ ਟੀਮ ਹੀ ਉੱਥੇ ਬੈਠੀ, ਸਾਰੀ ਮੰਨਦੇ ਸੀ, ਬਾਕੀ ਤੇਰੇ ਨਾਲ ਧੱਕਾ ਹੋ ਜਾਂਦਾ ਸੀ। ਕਹਿੰਦੇ ਜਦੋਂ ਤੁਸੀਂ ਸੰਘਰਸ਼ ਸੀ ਘੱਟ ਆਇਆ ਸੀ, ਉਹ ਕੀ ਕਹਾਣੀ ਸੀ? ਉਹ ਤਾਂ ਐਂ ਸੀਗਾ, ਜੇ ਪਹਿਲਾਂ ਮੇਰਾ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਭੂਸ਼ਣ ਨਾਂ 'ਤੇ ਕਿਹੜਾ ਬੰਦਾ ਕੰਮ ਕਰਦਾ, ਇਹ 91 ਦੇ ਵਿੱਚ ਜਾ ਕੇ ਇਹਨਾਂ ਨੂੰ ਪਤਾ ਲੱਗ ਗਿਆ, 90 ਦੇ ਵਿੱਚ ਤਕਰੀਬਨ, 90 ਜਾਂ 91 'ਚ ਇਹਨਾਂ ਨੂੰ ਪਤਾ ਲੱਗ ਗਿਆ, ਜਦ ਇਹਨਾਂ ਨੂੰ ਪਤਾ ਲੱਗ ਗਿਆ ਵੀ ਮਨਜਿੰਦਰ ਹੀ ਭੂਸ਼ਣ ਆ, ਭੂਸ਼ਣ ਹੀ ਮਨਜਿੰਦਰ ਹੈ, ਅਤੇ ਉਦੋਂ ਫਿਰ ਇਹ ਮੇਰਾ ਇਹਨਾਂ ਨੇ ਘੱਟ ਆਇਆ, ਕਿਉਂਕਿ ਇਹ ਗੱਲਾਂ ਤਾਂ ਕਈ ਨੇਗੀਆਂ, ਜਿਵੇਂ ਹੁਣ ਅਸੀਂ ਸੁਰਜੀਤ ਗਰੇਵਾਲ ਦਾ ਭਾਣਜਾ ਚੱਕ ਲਿਆ ਸੀ, ਜਗਰੂਪ ਸਿੰਘ ਕਾਲਖੋੜੀਆ ਨੇ ਮੰਗਲ ਸਿੰਘ ਨੂੰ ਛਡਾਉਣ ਲਈ, ਕਿਉਂ ਮੰਗਲ ਸਿੰਘ ਨੇ ਰੇਡ ਕਰਾਤੀ ਸੀ, ਗੁਰਨਾਮ ਭਲਵਾਨ ਮੁੰਡਾ ਸ਼ਹੀਦ ਕਰਵਾਤਾ ਸੀਗਾ, ਅਸੀਂ ਮੰਗਲ ਜਗਰਾਜ ਸਿੰਘ ਨਾਲ ਹੁੰਦਾ ਸੀ, ਤੂਫਾਨ ਸਿੰਘ ਨਾਲ, ਉਹਦੀ ਜਗ੍ਹਾ ਲੈਫਟੀਨੈਂਟ ਵੀ ਚੁਣਤਾ ਸੀ, ਪਰ ਉਹ ਹੈਗਾ ਸਰਕਾਰੀ ਬੰਦਾ ਸੀ, ਉਹ ਸਰਕਾਰੀ ਬੰਦਾ ਸੀ, ਜਦ ਸਾਨੂੰ ਉਹਦਾ ਪਤਾ ਲੱਗਿਆ, ਫਿਰ ਜਗਰੂਪ ਸਿੰਘ ਕਾਲਖ ਤੋਂ ਇਹਦਾ ਭਾਣਜਾ ਚੁਕਵਾਇਆ, ਜਗਰੂਪ ਸਿੰਘ ਕਾਲਖ ਜਸਪਾਲ ਸਿੰਘ ਫੌਜੀ ਨੇ ਚੱਕਿਆ, ਉਹਨੂੰ ਛੱਡ ਨਹੀਂ ਸੀ ਰਹੇ, 15 ਦਿਨ ਚੱਕੇ ਨੂੰ ਹੋ ਗਿਆ ਸੀ, ਛੱਡ ਨਹੀਂ ਸੀ ਰਹੇ, ਫਿਰ ਮੈਂ ਜਗਰੂਪ ਨੂੰ ਮੈਂ ਯਾਰ ਤੁਸੀਂ ਬੰਦਾ ਲਓ, ਆਪਾਂ ਇੰਨਾ ਕਿੰਨਾ ਕੁ ਚਿਰ ਜਵਾਕ ਨੂੰ ਲੈ ਕੇ ਫਿਰੀ ਜਾਵਾਂਗੇ, ਜਗਰੂ ਕਹਿੰਦਾ ਤੂੰ ਹੀ ਗੱਲ ਕਰ ਬਈ, ਸਾਨੂੰ ਤਾਂ ਉਹ ਛੱਡਦੇ ਨਹੀਂ। ਜਦੋਂ ਮੈਂ ਆ ਕੇ ਗੱਲ ਕਰੀ, ਮੈਂ ਆ ਕੇ ਉਸ ਵੱਲ ਚੌਂਕ 'ਚ STD ਤੋਂ ਗੱਲ ਕਰੀ, ਸੁਰਜੀਤ ਸਿੰਘ ਗਰੇਵਾਲ ਨਾਲ ਕਰੀ, ਮੈਂ ਕਿਹਾ ਬਾਈ ਜੀ ਕੌਣ? ਸੁਰਜੀਤ ਸਿੰਘ ਕਹਿੰਦਾ ਹਾਂ ਬਾਈ, ਤੁਸੀਂ ਕੌਣ ਬੋਲਦੇ ਹੋ? ਮੈਂ ਕਿਹਾ ਭੂਸ਼ਣ ਬੋਲਦਾ। ਕਹਿੰਦਾ ਹੋਰ ਮਨਜਿੰਦਰ ਕੀ ਹਾਲ ਆ? ਉਹਨੇ ਮੈਨੂੰ ਇਹ ਗੱਲ, ਹਾਂ ਹੋਰ ਮਨਜਿੰਦਰ ਕੀ ਹਾਲ ਆ? ਮੈਂ ਕਿਹਾ ਵੀ ਠੀਕ ਹੈ। ਮੈਂ ਕਿਹਾ ਜੀ ਉਹ ਛੱਡ ਦਿੰਦੇ ਇਹਨੇ ਮੈਨੂੰ ਅੱਗੇ, ਸੁਰਜੀਤ ਨੇ ਇਹ ਜਵਾਬ ਦਿੱਤਾ, ਕਹਿੰਦਾ ਦੇਖ ਲੈ ਫਿਰ ਤੇਰਾ ਭਾਈ ਮੇਰੇ ਕੋਲ ਆ, ਮੇਰਾ ਬ੍ਰਦਰ ਛੋਟਾ ਇਹਦੇ ਕੋਲ ਸੀਗਾ। ਮੈਂ ਇਹਨੂੰ ਅੱਗੇ ਜਵਾਬ ਦਿੱਤਾ, ਮੈਂ ਹੁਣ ਤੂੰ ਐਂਦਾ ਸੀ ਤੂੰ ਸ਼ੁਰੂ ਕਰੇਗਾ ਕਿ ਮੈਂ ਕਰਾਂ?
ਇਹ ਕਹਿੰਦਾ ਨਹੀਂ ਨਹੀਂ ਬਾਈ ਇਹ ਕੀ ਗੱਲ ਕਰਦਾ, ਤੈਨੂੰ ਤੇਰਾ ਭਰਾ ਪਿਆਰਾ ਨਹੀਂ? ਮੈਂ ਉਹ ਤਾਂ ਤੇਰਾ ਭਾਣਜਾ ਵੀ ਮੈਨੂੰ ਨਹੀਂ ਪਿਆਰਾ ਗਾ, ਉਹ ਵੀ ਸਿੱਖ ਹੈ ਇੱਕ। ਦੁੱਖ ਤਾਂ ਜਿੰਨਾ ਮੇਰੇ ਭਰਾ ਮਰਨ 'ਤੇ ਲੱਗੂ, ਉਨਾ ਤੇਰਾ ਭਾਣਜਾ ਮਰਨ 'ਤੇ ਵੀ ਲੱਗੂ। ਇਹ ਰੋ ਪਿਆ ਸੀ ਫੋਨ ਦੇ ਉੱਤੇ। ਮੈਨੂੰ ਕਹਿੰਦਾ ਬਾਈ ਜੀ ਅਸੀਂ ਤੇਰੇ 'ਤੇ ਕਹਿ ਲਾ, ਤੈਨੂੰ ਬੰਦਾ ਦੇ ਦਿਆਂ, ਕੱਲ੍ਹ ਨੂੰ ਮਿਲ ਜੂ ਤੈਨੂੰ ਸਾਹਮਣੇ, ਹੱਥ ਕੜੀ ਲਾ ਕੇ ਮਿਲੂ, ਮੇਰੀ ਹੱਥ ਕੜੀ ਮੋੜ ਦੀ। ਮੈਂ ਕਿਹਾ ਵੀ ਮੋੜ ਦਿਆਂਗੇ। ਇਹ ਫਿਰ ਮੰਗਲ ਹੱਥ ਕੜੀ ਲਾ ਕੇ ਦਿੱਤਾ, ਨਾਲ ਇਹਨੇ ਚਾਰ ਏ ਕੇ ਵੀ ਦਿੱਤੀਆਂ। ਮੈਂ ਹਾਲਾਂਕਿ ਮੰਗ ਹੀ ਨਹੀਂ ਸੀ ਸਾਡੀ ਕੋਈ ਇਸ ਚੀਜ਼ ਦੀ। ਉਹਨਾਂ ਫਿਰ ਸ਼ੋਅ ਕੀਤਾ, ਉਹਨਾਂ ਵੀ ਖੋ ਕੇ ਲੈ ਗਏ ਅਤੇ ਭਜਾ ਕੇ ਲੈ ਗਏ। ਕੋਈ ਕੁਛ ਨਹੀਂ ਕੀਤਾ ਭਜਾ ਕੇ, ਸੋ ਕੋਈ ਸੋਅ ਹੀ ਨਹੀਂ ਕੀਤਾ ਉਹਨਾਂ ਨੇ, ਕੋਈ ਸੋਅ ਨਹੀਂ ਕੀਤਾ। ਮੰਗਲ ਕੈਟ ਲੈ ਲਿਆ। ਮੈਂ ਇਹਨਾਂ ਨੂੰ ਬਾਅਦ 'ਚ ਫੋਨ ਵੀ ਕੀਤਾ, ਬਾਈ ਜੀ ਇਹ ਤਾਂ ਸਾਡੀ ਮੰਗ ਨਹੀਂ, ਸਾਡੇ ਕੋਲ ਬਥੇਰੀਆਂ ਨੇ। ਕਹਿੰਦਾ ਬਾਈ ਜੀ ਤੇਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਗਿਫਟ ਹੀ ਦੇਤੀ। ਹਾਲਾਂਕਿ ਸਾਡੀ ਕੋਈ ਮੰਗ ਨਹੀਂ ਸੀਗੀ। ਜੁਗਰਾਜ ਸਿੰਘ ਤੂਫਾਨ ਨਾਲ ਵੀ ਤੁਹਾਡੀ ਮੁਲਾਕਾਤ ਹੁੰਦੀ ਹੈ, ਕਿਹੜੇ ਐਕਸ਼ਨ ਨੂੰ ਲੈ ਕੇ ਹੁੰਦੀ ਹੈ? ਨਹੀਂ ਐਕਸ਼ਨ ਨੂੰ ਲੈ ਕੇ ਨਹੀਂ, ਵੈਸੇ ਉਹਨੂੰ ਮਿਲਣ ਦੀ ਐਕਸ਼ਨ ਸੀਗੀ। ਜਦੋਂ ਜੁਗਰਾਜ ਸਿੰਘ ਤੂਫਾਨ ਨੂੰ ਮੈਂ ਮਿਲਿਆਂਗਾ, ਵੈਸੇ ਮਿਲਿਆ ਸੀਗਾ। ਉਦੋਂ ਬਾਅਦ ਦੇ ਵਿੱਚ ਗੋਬਿੰਦ ਰਾਮ ਮਾਰਨ ਵਾਲੀ ਜਿਹੜੀ ਗੱਲ ਹੋਈ ਆ, ਜਿਹੜੀ ਉਹ ਠਹਿਰ 'ਤੇ ਮਿਲਿਆ ਸੀ, ਉਹ ਠਹਿਰ ਵਾਲੇ ਦੇ ਥਰੂ ਬੰਦੇ ਗਾਹਾਂ ਪੁਲਿਸ ਵਾਲੇ ਮਿਲੇ ਸੀਗੇ। ਫਿਰ ਉਹ ਗੋਬਿੰਦ ਰਾਮ ਵਾਲਾ ਐਕਸ਼ਨ ਆਉਂਦਾ। ਜੋ ਫਿਲਮ 'ਚ ਦਿਖਾਇਆ ਗਿਆ ਕਿ ਵਾਕਈ ਉਸੇ ਤਰ੍ਹਾਂ ਹੋਇਆ, ਜਾਂ ਫਿਰ ਉਸ ਤੋਂ ਅਲੱਗ ਸੀਗਾ, ਜਾਂ ਉਹ ਪੇਸ਼ ਕਰਨ ਦਾ ਤਰੀਕਾ ਉਹਨਾਂ ਦਾ ਹੋਰ ਸੀਗਾ? ਨਹੀਂ ਮੈਂ ਦੇਖੋ ਫਿਲਮ ਦੇਖੀ ਨਹੀਂ ਹੈਗੀ, ਮੈਂ ਫਿਲਮ ਦੇਖੀ ਨਹੀਂ, ਕਿਉਂਕਿ ਉਹ ਮੁਲਾਜ਼ਮ ਮਿਲੇ ਆ, ਮੁਲਾਜ਼ਮਾਂ ਨਾਲ ਗੱਲ ਕਰੀ ਆ। ਮੈਂ ਡਾਕਟਰ ਉਹਨੂੰ ਹਰੀ ਨੂੰ ਮਨਜੀਤ ਸਿੰਘ ਨੂੰ ਲੈ ਕੇ ਗਿਆ, ਅਤੇ ਉੱਥੇ ਮੈਂ ਛੱਡਿਆ ਆ ਉਹਨੂੰ ਚੁੰਗੀ ਦੇ ਉੱਤੇ। ਜਦੋਂ ਮੈਂ ਚੁੰਗੀ 'ਤੇ ਛੱਡਿਆ ਆਇਆਂਗਾ, ਅੱਗੇ ਗਾਹਾਂ ਮਨਜੀਤ ਸਿੰਘ ਗਾਹਾਂ ਲੈ ਗਿਆ, ਉਹਨਾਂ ਨੇ ਮੁਲਾਜ਼ਮਾਂ ਨੂੰ ਦਿੱਤਾ, ਮੁਲਾਜ਼ਮਾਂ ਨੇ ਜਾ ਅੱਗੇ ਜਾ ਕੇ ਰੱਖਤਾ। ਡਾਕਟਰ ਹਰੀ ਸਿੰਘ ਤੋਂ ਰਿਮੋਟ ਚੱਲਿਆ ਨਹੀਂ ਹੈਗਾ, ਉਹ ਮੇਰੇ ਕੋਲ ਆ ਕੇ ਕਹਿੰਦਾ ਚੱਲਿਆ ਨਹੀਂ। ਮੈਂ ਜਾਂ ਮੁਲਾਜ਼ਮਾਂ ਨਾਲ ਗੱਲ ਕਰੀ, ਉਹ ਕਹਿੰਦੇ ਯਾਰ ਅਸੀਂ ਤਾਂ ਰੱਖਦਾ, ਬੰਬ ਚੱਲ ਗਿਆ, ਕੰਮ ਹੋ ਗਿਆ। ਮੈਂ ਉਹਨੂੰ ਕਹਿੰਦੇ ਵੀ ਐਂ ਤੇਰਾ ਰਿਮੋਟ ਸਿੱਟ ਕੇ ਭੱਜ ਗਿਆ? ਉਹ ਮੈਂ ਫ੍ਰੀਕੁਐਂਸੀ ਮਿਲ ਗਈ, ਵਾਇਰਲੈਸ ਤੋਂ, ਜਿਹੜੀ ਉਹ ਵਾਇਰਲੈਸ ਹੁੰਦੀ ਆ ਉਹਦੇ ਨਾਲ ਫ੍ਰੀਕੁਐਂਸੀ ਮਿਲ ਗਈ। ਕਿਉਂਕਿ 9 ਵਜੇ ਉਹ ਬੈਠਾ, 9:02 'ਤੇ ਉਹਨੇ ਕਿਤੇ ਵਾਇਰਲੈਸ ਆਨ ਕਰੀ ਹੋਣੀ ਆ, ਫ੍ਰੀਕੁਐਂਸੀ ਮਿਲ ਗਈ, ਚੱਲ ਗਈ, ਉਹ ਆਪਦੇ ਆਪ ਹੀ ਚੱਲ ਗਿਆ। ਜ਼ਿੰਮੇਵਾਰੀ ਫਿਰ ਜੁਗਰਾਜ ਸਿੰਘ ਤੂਫਾਨ ਦੇ ਨਾਂ 'ਤੇ? ਹਾਂ, ਉਹਦੇ ਨਾਂ 'ਤੇ ਲਈ ਸੀਗੇ, ਇਸੇ ਨਾਂ ਦੇ ਜ਼ਿੰਮੇਵਾਰੀ ਲੈਣ ਕਰਕੇ। ਜਿਹੜਾ ਮੰਗਲ ਸੀਗਾ, ਮੰਗਲ ਉਦਣ ਮੈਨੂੰ ਨਾਲ ਮਿਲਿਆ ਗਾ, ਪੁਲਿਸ ਨੇ ਉਹਨੂੰ ਟਾਈਟ ਕੀਤਾ ਵੀ ਇਹਨੇ ਐਡਾ ਵੱਡਾ ਐਕਸ਼ਨ ਕਰਤਾ, ਤੈਨੂੰ ਪਤਾ ਹੀ ਨਹੀਂ। ਫਿਰ ਉਹਨੇ ਜੁਗਰਾਜ ਸਿੰਘ ਨੂੰ ਸ਼ਹੀਦ ਕਰਵਾਇਆ, ਜੁਗਰਾਜ ਸਿੰਘ ਨੂੰ ਉਹਨੇ ਸ਼ਹੀਦ ਕਰਵਾਇਆ। ਜੁਗਰਾਜ ਸਿੰਘ ਨੂੰ ਸ਼ਹੀਦ ਕਰਵਾਇਆ, ਸਾਡੇ ਨਾਲ ਟਾਈਮ ਰੱਖ ਲਿਆ। ਅਸੀਂ ਜਿੱਦਣੇ ਟਾਈਮ ਰੱਖਿਆ ਗਾ, ਉਦਣੇ ਸਾਰੀ ਪੰਥ ਕਮੇਟੀ, ਚਾਰੇ ਚੀਫਾਂ ਨੇ ਇਕੱਠੇ ਹੋਣਾ ਸੀ, ਜਿਹੜੀ ਅਸੀਂ ਕੋਠੀ ਸੀ, ਸਾਰਿਆਂ ਨੇ ਇਕੱਠੇ ਹੋਣਾ ਸੀ। ਰਾਤ ਨੂੰ ਆ ਕੇ ਜਲੰਧਰੋਂ ਪੁਲਿਸ ਬਹਿ ਗਈ ਉੱਥੇ ਕੋਠੀ 'ਚ, ਪਹਿਲਾਂ ਰਾਤ ਨੂੰ ਕਿਤੇ ਗੁਰਨਾਮ ਭਲਵਾਨ ਗਿਆ, ਉਹਨਾਂ ਨੇ ਜਾਂਦਿਆਂ ਨੇ ਫੜ ਲਿਆ ਉੱਥੇ ਗੁਰਨਾਮ ਭਲਵਾਨ। ਉਦੋਂ ਮੁੜ ਕੇ ਸਵੇਰੇ ਮੈਨੂੰ ਗਰਜੈਂਟ ਨੇ ਕਿਹਾ ਵੀ ਤੂੰ ਜਾ, ਮੈਂ ਗਿਆਂਗਾ ਉੱਥੇ। ਮੈਂ ਜਦੋਂ ਜਾਂਦਾ ਸੀ ਨਾ, ਰਸਤੇ 'ਚ ਇੱਕ ਗੁਰਸਿੱਖ ਪਰਿਵਾਰ ਰਹਿੰਦਾ ਸੀਗਾ, ਉਹਨਾਂ ਦੇ 2 ਬੇਟੀਆਂ ਸੀਗੀਆਂ, 12-12, 13-13 ਸਾਲ ਦੀਆਂ। ਉਹ ਮੱਝਾਂ ਦਾ ਕੰਮ ਕਰਦੇ ਸੀ, ਦੁੱਧ ਦਾ ਕੰਮ, ਡੈਰੀ ਦਾ ਫਾਰਮ ਦਾ। ਉਹ ਮੱਝਾਂ ਨਮਾਉਂਦੀਆਂ ਸੀ ਵਿਚਾਰੀਆਂ। ਉਹ ਮੈਨੂੰ ਜਾਣੇ ਦੀ ਕਹਿੰਦੀਆਂ ਬਈ ਆ ਵੀਰੇ ਹੋਣੀਆਂ, ਅਤੇ ਤਾਂ ਰਾਤ ਪੁਲਿਸ ਆ ਗਈ। ਮੈਂ ਉੱਥੋਂ ਹੀ ਵਾਪਸ ਮੁੜਿਆ। ਉਹ ਤੁਹਾਨੂੰ ਜਾਣਦੀਆਂ ਸੀ ਨਾ? ਉਹ ਹੀ ਜਾਣ, ਉਹ ਆਪਸ ਵਿੱਚ ਹੀ ਗੱਲਾਂ ਕਰਦੀਆਂ ਸੀ ਮੈਨੂੰ, ਕੰਨਾਂ ਨੇ ਗੱਲ ਸੁਣ ਲਈ, ਮੇਰੇ ਗੱਲਾਂ ਸੁਣ ਲਈ, ਉਹ ਆਪਸ ਵਿੱਚ ਹੀ 2 ਗੱਲਾਂ ਕਰਦੀਆਂ ਸੀ। ਉਹਨਾਂ ਨੇ ਜਾਣੀ ਮੈਨੂੰ ਸੁਣਾ ਕੇ ਹੀ ਗੱਲ ਕਰੀ, ਊਂ ਤਾਂ ਮੈਨੂੰ, ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਸੀਗਾ, ਉਹ ਮੈਨੂੰ ਨਹੀਂ ਸੀ ਜਾਣਦੀਆਂ। ਉਹਨਾਂ ਨੇ ਤਾਂ ਬਸ ਸਿਰਫ ਊਂ ਆਪਦੇ ਆਪ ਸੀ, ਭੈਣੇ ਆ ਕੋਠੀ ਵਾਲੇ ਤਾਂ ਰਾਤ ਪੁਲਿਸ ਆ ਗਈ, ਕੋਠੀ ਸਾਡੀ ਸੀ ਉੱਥੇ। ਮੈਂ ਉੱਥੋਂ ਵਾਪਸ ਮੁੜਿਆ, ਜਦੋਂ ਮੈਂ ਵਾਪਸ ਮੁੜਿਆ, ਮੈਂ ਵਾਪਸ ਮੁੜ ਕੇ ਗਰਜੈਂਟ ਜਾ ਰਿਹਾ ਸੀ, ਮੈਂ ਗਰਜੈਂਟ ਨੂੰ ਰੋਕਿਆ, ਫਿਰ ਡਾਕਟਰ ਸੋਹਣ ਸਿੰਘ ਜਾ ਰਿਹਾ ਸੀ ਉਹਨੂੰ ਰੋਕਿਆ, ਫਿਰ ਪੰਜਾਬ ਖਾਲਸੇ ਨੂੰ ਰੋਕਿਆ, ਫਿਰ ਪੰਜਵੜ ਨੂੰ ਰੋਕਿਆ, ਫਿਰ ਮਹਿਲ ਸਿੰਘ ਨੂੰ ਰੋਕਿਆ, ਫਿਰ ਰੋਕ ਕੇ ਫਿਰ ਇਹਨਾਂ ਦੀ ਮੀਟਿੰਗ ਅਸੀਂ ਹੋਰ ਕਰੀ, ਢੰਡਾਰੀ ਕਰੀ, ਫਿਰ ਅਸੀਂ ਥਾਂ ਚੇਂਜ ਕਰਕੇ ਪਤਾ ਲੱਗ ਗਿਆ ਸੀਗਾ ਕਿ ਉਹ ਮੰਗਲ ਸਿੰਘ ਜਿਹੜਾ ਉਹ ਕਰ ਰਿਹਾ ਸੀ। ਮੰਗਲ ਦਾ ਸਾਨੂੰ ਲੱਗ ਗਿਆ ਸੀ ਪਤਾ, ਵੀ ਜਾਂ ਮੰਗਲ ਨੂੰ ਸੱਦਿਆ ਸੀ ਅਸੀਂ ਉੱਥੇ।
ਲੀਕ ਨਹੀਂ ਕਰਦੇ ਫਿਰ ਮੰਗਲ ਨੂੰ ਤਾਂ ਹੀ ਅਸੀਂ ਲਿਆ ਸੀਗਾ ਫਿਰ ਮੰਗਲ ਨੇ ਇਹ ਗੱਲਾਂ ਸਾਰੀਆਂ ਜਗਰਾਜ ਵਾਲੇ ਹੋਰ ਮੰਨ ਲਈ ਸੀ ਸਾਰੇ ਮੇਰੇ ਕੋਲ ਜਗਰੂਪ ਸਿੰਘ ਕਾਲਕ ਕੋਲ ਕਿਉਂਕਿ ਮੈਂ ਲੈ ਕੇ ਜਗਰੂਪ ਸਿੰਘ ਕਾਲਕ ਨੂੰ ਦਿੱਤਾ ਸੀ ਪਰ ਜਗਰੂਪ ਸਿੰਘ ਕਾਲਕ ਨੇ ਉਹਦੇ ਨਾਲ ਕਾਫੀ ਜਾਣੀ ਦੀ ਮੈਂ ਤਾਂ ਉਹਨੂੰ ਚੰਗਾ ਨਹੀਂ ਮੰਨਦਾ ਹੈਗਾ ਵੀ ਬੁਰਾ ਵਿਹਾਰ ਕੇ ਤਾਂ ਉਹਨੂੰ ਟੋਕੇ ਨਾਲ ਵੱਢਤਾ ਸੀਗਾ ਮੰਗਲ ਸਿੰਘ ਵੀਡੀਓ ਬਣੀ ਹੋਈ ਸੀ ਨਾਲ ਮੂਵੀ ਵੀ ਬਣਾਈ ਸੀ ਉਹਨੇ ਜਗਰੂਪ ਸਿੰਘ ਕਾਲਕ ਨੇ ਮੈਂ ਜਾਣੀ ਦੀ ਬਾਅਦ 'ਚ ਜਗਰੂਪ ਨੂੰ ਕਿਹਾ ਅੱਜ ਤੋਂ ਬਾਅਦ ਮੈਂ ਤੈਨੂੰ ਨਹੀਂ ਮਿਲਦਾ ਹੈਗਾ ਯਾਰ ਤੂੰ ਪੁਲਿਸ ਵਾਲਿਆਂ ਵਾਲਾ ਕੰਮ ਕੀਤਾ ਇਹ ਨਹੀਂ ਸੀ ਕਰਨਾ ਚਾਹੀਦਾ ਮੈਂ ਮਿਲਿਆ ਵੀ ਨਹੀਂ ਸੀ ਬਾਅਦ 'ਚ ਜਗਰੂਪ ਨੂੰ ਉੱਥੋਂ ਮੁੜ ਕੇ ਮਤਲਬ ਉਹਦਾ ਕਤਲ ਹੋ ਜਾਂਦਾ ਫਿਰ ਉੱਥੇ ਨਾ ਕਤਲ ਨਹੀਂ ਕਿਉਂ ਕੈਟ ਸੀਗਾ ਦਿੱਤਾ ਤਾਂ ਆਇਆ ਸੀਗਾ ਵੀ ਚੱਲ ਉਹਨੂੰ ਪੁੱਛ ਗਿੱਛ ਕੇ ਵੀ ਉਹਨੂੰ ਮਾਰ ਦਿੱਤਾ ਗੋਲੀ ਮਾਰ ਦਿੱਤਾ ਜਾਵੇ ਪਰ ਜਿਹੜਾ ਇਹਨਾਂ ਨੇ ਜਗਰੂਪ ਸਿੰਘ ਹੋਣੀਆਂ ਨੇ ਉਹਨੂੰ ਵੱਢਿਆ ਛੋਟਾ ਛੋਟਾ ਕਰਕੇ ਜਿਵੇਂ ਪੁਲਿਸ ਵਾਲੇ ਕਰਦੇ ਸੀ ਸ਼ੱਦਦ ਕੀਤਾ ਮੈਨੂੰ ਉਹ ਚੰਗਾ ਨਹੀਂ ਲੱਗਿਆ ਚਾਹੇ ਕੋਈ ਸਾਡਾ ਬੰਦਾ ਕਰੇ ਚਾਹੇ ਪੁਲਿਸ ਵਾਲਾ ਕਰੇ ਮੈਂ ਇਹਦੇ ਸਦੇ ਖਿਲਾਫ ਰਿਹਾ ਮੂਵਮੈਂਟ ਚ ਰਿਹਾ ਤਾਂ ਵੀ ਖਿਲਾਫ ਰਿਹਾ ਵੀ ਯਾਰ ਕਿਸੇ ਦੇ ਉੱਤੇ ਸਦਾ ਨਹੀਂ ਖੁੱਲਣਾ ਕਿਸੇ ਨੂੰ ਬੇਇੱਜ਼ਤ ਨਹੀਂ ਕਰਨਾ ਠੀਕ ਆ ਦੋਸ਼ੀ ਆ ਗੋਲੀ ਮਾਰ ਦੋ ਜਿਹੜਾ ਤੁਹਾਡਾ ਨਾਮ ਭੂਸ਼ਣ ਸੀਗਾ ਉਹ ਜਿਹੜੀ ਇਲਜ਼ਾਮ ਲੱਗਦੇ ਸੀ ਖਾੜਕੂ ਇੱਦਾਂ ਕਰ ਦਿੰਦੇ ਨੇ ਉਹਦੇ ਵਿੱਚ ਇੱਕ ਸਫਾਈ ਆਉਂਦੀ ਹੈ ਕਿ ਭੂਸ਼ਣ ਨਾਂ ਦਾ ਜਿਹੜਾ ਹਿੰਦੂਆਂ ਦਾ ਮੁੰਡਾ ਸੀ ਉਹ ਬਹੁਤ ਵਧੀਆ ਅਤੇ ਇਨਸਾਨ ਸੀਗਾ ਉਹ ਕੀ ਕਹਾਣੀ ਸੀ ਉਹ ਜੀ ਇੱਕ ਅਸੀਂ ਮੈਂ ਤੁਹਾਨੂੰ ਗੱਲ ਦੱਸਣਾ ਬਾਬਾ ਜੈਲਾ ਹੁੰਦਾ ਸੀਗਾ ਅਤੇ ਇੱਕ ਸੰਗਤ ਸਿੰਘ ਹੁੰਦਾ ਸੀ ਇਹ ਰੋਪੜ ਜ਼ਿਲ੍ਹੇ ਦੇ ਹੁੰਦੇ ਸੀ ਸਾਡੇ ਲੈਫਟੀਨੈਂਟ ਜਨਰਲ ਇਹਨਾਂ ਨਾਲ ਅਸੀਂ ਇੱਕ ਜ਼ਮੀਨ ਲਈ ਸੀ ਬਬਰਾਲੇ ਕੋਲ ਇੱਕ ਪਿੰਡ ਦੇ ਵਿੱਚ ਠੇਕੇ ਦੇ ਉੱਤੇ ਅਸੀਂ ਨਾਲ ਦੀ ਨਾਲ ਇੱਕ ਜੁਗਾੜ ਬਣਾ ਕੇ ਰੱਖਦੇ ਸੀ ਜਿਵੇਂ ਆਪਾਂ ਰਹਿਣ ਦੇ ਲਈ ਪੱਕਾ ਉੱਥੇ ਜਦ ਅਸੀਂ ਰਹਿੰਦੇ ਸੀ 5 ਸਾਲਾਂ ਲਈ ਜ਼ਮੀਨ ਠੇਕੇ 'ਤੇ ਲਈ ਸੀ ਉੱਥੇ ਸੰਗਤ ਦੇ ਘਰ ਵਾਲੀ ਸੰਗਤ ਦੇ ਬੱਚੇ ਪੜ੍ਹਦੇ ਸੀ ਬਾਬਾ ਜੈਲਾ ਰਹਿੰਦਾ ਸੀ ਬਾਬਾ ਜੈਲੇ ਦਾ ਇੱਕ ਭਤੀਜਾ ਹੁੰਦਾ ਸੀ ਉਹ ਰਹਿੰਦਾ ਸੀ ਇਹ ਬਾਬਾ ਜੈਲੇ ਦੇ ਭਤੀਜੇ ਨੂੰ ਵਿਆਹੁਣ ਚਲੇ ਗਏ ਉਹ ਕੁੜੀ ਨਾਲ ਬੀਰੀ ਬੀਰੀ ਕਰਕੇ ਕੁੜੀ ਸੀ ਬੀਰੀ ਕਹਿੰਦੇ ਇਹਨੂੰ ਸ਼ਾਰਟਕੱਟ ਪੱਕਾ ਨਾਂ ਮੇਰੇ ਨਹੀਂ ਯਾਦ ਹੈਗਾ ਤੇ ਉਹ ਜਿਹੜੀ ਬੀਰੀ ਸੀਗੀ ਉਹਨੂੰ ਉੱਥੇ ਵਿਆਹ ਕੇ ਲੈ ਕੇ ਆਇਆ ਉਹ ਵਿਆਹ ਕੇ ਲੈ ਕੇ ਆਇਆ ਚਲੋ ਉਹ ਜਿਹੜੀ ਮੈਟਰ ਹੋਇਆ ਉੱਥੇ ਰਹਿਣ ਲੱਗ ਗਏ ਮੈਂ ਉਦੋਂ ਦੂਜੇ ਤੀਜੇ ਦਿਨ ਬਾਅਦ ਆ ਗਿਆ ਉਹ ਮੈਨੂੰ ਕੁੜੀ ਵੀ ਪੁੱਛਦੀ ਹੈਗੀ ਬਹੁਤ ਅਨੁਭੋਲ ਕੁੜੀ ਸੀ ਵਿਚਾਰੀ ਉਹ ਬੀਰੀ ਜਦੋਂ ਮੈਂ ਨਾ ਨਵੀਂ ਨਵੀਂ ਉਹ ਵਿਆਹੀ ਆਈ ਆ ਸੰਗਤ ਦੇ ਘਰ ਵਾਲੀ ਨੂੰ ਤਾਂ ਮੈਂ ਪਹਿਲਾਂ ਤੋਂ ਜਾਣਦਾ ਸੀ ਮੈਂ ਉਹਨੂੰ ਕਿਹਾ ਝਾੜੂ ਲਾਉਂਦੀ ਸੀ ਮੈਂ ਕਿਹਾ ਵੀ ਭੈਣ ਮੈਨੂੰ ਰੋਟੀ ਦਿੰਦੇ ਮੈਂ ਚਲਿਆ ਜਾਣਾ ਅੱਜ ਮੈਨੂੰ ਕਹਿੰਦੀ ਵੀਰੇ ਵੀ ਤੂੰ ਉਹ ਤੋਂ ਹੀ ਲੈ ਲਾ ਰੋਟੀ ਉੱਥੇ ਬੈਠ ਕੇ ਖਾ ਲਾ ਚੁੱਲ੍ਹੇ ਮੂਹਰੇ ਹੀ ਬੈਠ ਕੇ ਖਾ ਲਾ ਮੈਂ ਚੁੱਲ੍ਹੇ ਮੂਹਰੇ ਪੀੜ੍ਹੀ ਡਾ ਕੇ ਬੈਠ ਗਿਆ ਉਹ ਕੁੜੀ ਮੈਨੂੰ ਭੋਲ ਬਣੇ 'ਚ ਹੀ ਪੁੱਛਦੀ ਆ ਵੀਰੇ ਤੂੰ ਹਿੰਦੂਆਂ ਦਾ ਮੁੰਡਾ ਮੈਂ ਕਿਹਾ ਹਾਂ ਭਾਈ ਕਹਿੰਦੀ ਮੈਂ ਕਲੀਨ ਸ਼ੇਵ ਸੀਗਾ ਅੱਛਾ ਉਹ ਕਹਿੰਦੀ ਵੀਰੇ ਅਸੀਂ ਤਾਂ ਹਿੰਦੂ ਮਾਰ ਦਿੰਦੇ ਮੈਂ ਕਿਹਾ ਚੱਲ ਭਾਈ ਐਂ ਲਾ ਲਓ ਤੁਸੀਂ ਠੀਕ ਉਹਨੂੰ ਵਿਚਾਰੀ ਨੂੰ ਪਤਾ ਨਹੀਂ ਮੈਂ ਹਿੰਦੂਆਂ ਦਾ ਮੁੰਡਾ ਕੌਣ ਹੈ ਕੀ ਨੇ ਮੈਂ ਉੱਥੋਂ ਆ ਗਿਆ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਕੀ ਹੋਇਆ ਮੈਨੂੰ ਨਹੀਂ ਪਤਾ ਹੈਗਾ ਬਾਅਦ 'ਚ ਮੈਂ ਤਾਂ ਇੰਡੀਆ ਟੂਡੇ ਦੇ ਵਿੱਚ ਉਹ ਕੁੜੀ ਦੀ ਇੰਟਰਵਿਊ ਫੜੀ ਆ ਬਾਬਾ ਜੈਲਾ ਵੀ ਪੁਲਿਸ ਨੇ ਸ਼ਹੀਦ ਕਰਤਾ ਸੰਗਤ ਵੀ ਸ਼ਹੀਦ ਕਰਤਾ ਉਹਦਾ ਘਰ ਵਾਲਾ ਵੀ ਮਾਰ ਦਿੱਤਾ ਉਹ ਜਿਹੜੇ ਸੰਗਤ ਦੇ ਦੋ ਬੱਚੇ ਸੀਗੇ ਬੇਟੇ ਉਹਨਾਂ ਨੂੰ ਲਈ ਬੈਠੀ ਇੰਡੀਆ ਟੂ ਦੇ ਵਿੱਚ ਉਹਦੇ ਵਿੱਚ ਉਹ ਗੱਲ ਕਹਿੰਦੀ ਆ ਵੀ ਸਾਰਿਆਂ ਦਾ ਸਾਡੇ ਬੰਦਿਆਂ ਦਾ ਨਾਂ ਲੈਂਦੀ ਆ ਵੀ ਸੰਗਤ ਸਿੰਘ ਵੀ ਗਲਤ ਸੀਗਾ ਬਾਬਾ ਵੀ ਗਲਤ ਸੀਗਾ ਸਾਰੇ ਗਲਤ ਸੀਗੇ ਪਰ ਇੱਕ ਮੁੰਡਾ ਸਾਡੇ ਕੋਲ ਭੂਸਣ ਆਉਂਦਾ ਸੀਗਾ ਹਿੰਦੂਆਂ ਦਾ ਮੁੰਡਾ ਉਹ ਹੀ ਚੰਗਾ ਸੀਗਾ ਇੰਡੀਆ ਟੂਡੇ ਦੇ 'ਚ ਉਹਦੀ ਇੰਟਰਵਿਊ ਹਾਂ ਪਈ ਹੋਊਗੀ ਹਲੇ ਉਦੋਂ ਦੀ 91-92 ਦੀ ਜਦੋਂ ਉਹ ਫੜੀ ਆ 91-92 ਦੇ ਵਿੱਚ ਉਦੋਂ ਦੀ ਉਹ ਇੰਡੀਆ ਟੂਡੇ 'ਤੇ ਹੋਣੀ ਆ ਉਹ ਤਾਂ ਚੱਕਰ ਹੀ ਨਹੀਂ ਵੀ ਉਹ ਬੰਦਾ ਸਹੀ ਸੀਗਾ ਪਰ ਮੈਨੂੰ ਇੱਕ ਗੱਲ ਜ਼ਰੂਰ ਗੱਲ ਆ ਵੀ ਉਹਦਾ ਨਾ ਜਿਹੜਾ ਸੰਦੇਸ਼ ਆ ਉਹ ਗਲਤ ਜਾ ਰਿਹਾ ਵੀ ਹਿੰਦੂ ਇਹਨਾਂ ਜਿਹੜੇ ਚੱਲੇ ਸੀ ਉਹ ਚੰਗੇ ਨੇ ਸਿੱਖ ਮਾੜੇ ਸੀਗੇ ਪੁਲਿਸ ਵਾਲਿਆਂ ਨੇ ਤਾਂ ਇੰਟਰਵਿਊ ਤਾਂ ਪੁਲਿਸ ਵਾਲਿਆਂ ਨੇ ਕਰਾਏ ਫੜਨ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਪਤਾ ਸੀ ਭੂਸ ਨਹੀਂ ਮਨਜਿੰਦਰ ਹੈ ਪਰ ਉਹਨਾਂ ਨੂੰ ਕਲੀਅਰ ਕਰਨੀ ਚਾਹੀਦੀ ਸੀ ਕੌਣ ਇੰਚਾਰਜ ਸੀ ਉਦੋਂ ਉਦੋਂ ਮੇਰਾ ਖਿਆਲ ਸਭਜੀਤ ਮਾਂਗੜ ਸੀਗੇ ਡੀ ਜੀ ਪੀ ਅੱਛਾ ਮੇਰਾ ਖਿਆਲ ਹੈ
ਉਹਨਾਂ ਨੂੰ ਕਲੀਅਰ ਕਰਨੀ ਚਾਹੀਦੀ ਸੀ। ਵੈਸੇ ਉਸ ਧੀ ਨੇ ਇਲਜ਼ਾਮ ਲਾਏ ਜਾਂ ਸੱਚੇ ਜਾਂ ਝੂਠੇ, ਕੀ ਹੋਇਆ? ਸੱਚ ਸੀਗਾ ਉਹਦੇ ਨਾਲ ਵਾਕਈ ਇੱਦਾਂ ਕੁਛ ਹੋਇਆ ਸੀ ਜਾਂ ਕਿੰਨਾ ਨੇ ਕੀਤਾ ਸੀ ਫਿਰ ਇਹ ਕੁਛ? ਨਹੀਂ, ਉਹ ਇੱਕ ਨਾ ਮੈਟਰ ਦੂਜਾ ਗਾ ਯਾਰ, ਆਪਾਂ ਬਾਅਦ ਚ ਕਰ ਲਾਂਗੇ। ਸੋਰੀ, ਰੀਅਲ ਸਟੋਰੀ ਵੀ ਦੱਸ ਦੂੰ। ਮੈਂ ਪੁਲਿਸ ਵਾਲਿਆਂ ਨਾਲ ਬੈਠ ਕੇ DGB ਮਾਂਗਟ ਨਾਲ ਵੀ ਕਰੀ ਸੀ ਵੀ ਅਸਲ ਸਟੋਰੀ ਆਹ ਸੀਗੀ। ਹਾਂ, ਉਹ 'ਚ ਕੁਛ ਹੋਰ ਸੀਗਾ, ਉਹ 'ਚ ਗੱਲ ਕੁਛ ਹੋਰ ਸੀਗੀ, ਕਿਉਂਕਿ ਇਹਨਾਂ ਨੇ ਉਹਨੂੰ ਬਲਾਤਕਾਰ ਦਾ ਰੂਪ ਦੇ ਦਿੱਤਾ। ਪਰ ਉਹ ਇਸ ਤਰ੍ਹਾਂ ਨਹੀਂ ਸੀਗਾ। ਉਹ ਕਿਵੇਂ ਕਰਦੇ ਆ? ਮੈਂ ਇਹਨਾਂ ਨੂੰ ਕਿਹਾ ਸੀਗਾ, DGB ਮਾਂਗਟ ਨਾਲ ਮੇਰੀ ਕਈ ਵਾਰੀ ਗੱਲ ਹੋਈ ਆ, ਬਈ ਤੁਸੀਂ ਮੇਰੇ ਨਾਲ ਓਪਨਲੀ ਪ੍ਰੈਸ 'ਤੇ ਬਹਿ ਜਾਓ, ਤੁਸੀਂ ਮੈਨੂੰ ਕਰੋ, ਮੈਂ ਸਹੀ ਗੱਲ ਦੱਸੂ ਲੋਕ ਕਰਨਗੇ ਕੀ ਵੀ ਅਸਲ ਗੱਲ ਆਹ ਸੀਗੀ। ਹਾਂ, ਲੋਕ ਕਰ ਲੈਣਗੇ ਫੈਸਲਾ। ਨਹੀਂ, ਇਹ ਭੱਜ ਜਾਂਦੇ ਸਾਰੇ, ਕਹਿੰਦੇ ਅਸੀਂ ਉਹ ਓਪਨ ਗੱਲ ਨਹੀਂ ਕਰਦੇ। ਮਤਲਬ ਲੱਗਦਾ ਕਿ ਉਹਦੇ ਵਿੱਚ ਇਹਨਾਂ ਨੂੰ, ਇਹਨਾਂ ਨੇ ਜਿਹੜੇ ਵੀ ਸਾਡੇ ਬੰਦਿਆਂ 'ਤੇ ਇਲਜ਼ਾਮ ਲਾਇਆ, ਕੁਲਦੀਪ ਸੇਖੂਪੁਰੀਏ 'ਤੇ ਵੀ ਲਾਇਆ ਸੀਗਾ, ਇੱਕ ਸੰਗਵਾਲ ਵੀ ਲਾਇਆ ਸੀ, ਜਿਹੜੇ ਬੰਦਿਆਂ 'ਤੇ ਇਲਜ਼ਾਮ ਲਾਏ ਹੈਗੇ, ਜਿਨ੍ਹਾਂ ਨੂੰ ਮੈਂ ਜਾਣਦਾ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ, ਦੇਖੋ ਉਹਨਾਂ ਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਹੈ, ਜਿਹੜੀ ਗੱਲ ਨੂੰ ਮੈਂ ਜਾਣਦਾ, ਜਦੋਂ ਮਰਜ਼ੀ ਓਪਨਲੀ ਬੈਠ ਕੇ ਮੇਰੇ ਨਾਲ ਜਦੋਂ ਮਰਜ਼ੀ ਡਿਬੇਟ, ਮੈਂ ਆਪਦੀ ਸਫਾਈ ਦੇ ਦੂੰਗਾ, ਉਹ ਆਪਦਾ ਦੱਸਣ। ਉਹ ਬੰਦੇ ਵੀ ਜਿਹੜੇ ਜਿਉਂਦੇ ਆ, ਕੁੜੀਆਂ ਜਿਉਂਦੀਆਂ ਨੇ ਹਲੇ, ਉਹਨਾਂ ਵੀ ਬਿਠਾ ਲੈਣ ਵਿੱਚ, ਦੱਸ ਦੇਣਗੀਆਂ, ਮੈਂ ਵੀ ਬੈਠਾਂਗਾ, ਮੈਂ ਸੱਚ ਬੋਲਦਾ ਕਿਹਾ, ਸੱਚ ਬੋਲਦਾ ਦੱਸ ਦੇਣਗੀਆਂ। ਉਹਨਾਂ ਕੁੜੀਆਂ ਨੂੰ ਮਿਲੇ, ਉਸ ਤੋਂ ਬਾਅਦ ਮੁਲਾਕਾਤ ਹੋਈ ਕਿਤੇ? ਨਾ, ਮੈਨੂੰ ਮਿਲੇ ਨਹੀਂ ਉਹ, ਮੈਨੂੰ ਉਹਦਾ ਪਿੰਡ ਨਹੀਂ ਪਤਾ ਹੈਗਾ। ਜੇ ਮੈਨੂੰ ਪਿੰਡ ਪਤਾ ਹੁੰਦਾ, ਮੈਂ ਜ਼ਰੂਰ ਜਾ ਕੇ ਆਉਂਦਾ ਉਹ ਬੇਟੀ ਕੋਲ। ਮੈਨੂੰ ਪਤਾ ਨਹੀਂ, ਮੈਂ ਉੱਥੇ ਰੋਪੜ ਕਈ ਵਾਰ ਗਿਆ ਆਪਣੇ ਬੰਦਿਆਂ 'ਚ ਕੋਲੇ, ਜਿਹੜੇ ਮੇਰੇ ਪੁਰਾਣੇ ਮਿੱਤਰ ਨੇ, ਮੈਂ ਉਹਨਾਂ ਨੂੰ ਕਿਹਾ ਵੀ ਸੀਗਾ ਵੀ ਤੁਸੀਂ ਮੈਨੂੰ ਉਹ ਕੁੜੀ ਨੂੰ ਮਿਲਾ ਦਿਓ, ਵੀ ਉਹਦਾ ਪਿੰਡ ਦੱਸ ਦਿਓ, ਮੈਂ ਖੁਦ ਜਾ ਕੇ ਮਿਲਿਆ। ਕੋਈ ਜਾਣਦੀ ਆ ਮੈਨੂੰ ਕਿਹੜਾ ਕੋਈ ਉਹ, ਬਈ ਭੈਣ ਤੂੰ ਇਹ ਕਿਵੇਂ ਇੰਟਰਵਿਊ ਦਿੱਤੀ? ਕਿਉਂਕਿ ਜਿਹੜਾ ਕੁਲਦੀਪ ਸੇਖੂਪੁਰੀਏ 'ਤੇ ਇਲਜ਼ਾਮ ਲੱਗਿਆ ਸੀ, ਉਹ ਬੇਟੀ ਨੂੰ, ਉਹਨੂੰ ਤਾਂ ਮੈਂ ਕੁੜੀ ਨੂੰ ਮਿਲਿਆਂਗਾ, ਹੁਣ ਤਾਂ ਮੈਂ ਹੁਣ ਵੀ ਮਿਲਿਆਂਗਾ, ਉਹ ਮੈਨੂੰ ਪਤਾ ਕਿੱਥੇ ਆ। ਜਿਹੜੇ ਇਹਨਾਂ ਨੇ ਲੱਗਿਆ ਵੀ ਖਾੜਕੂ ਐਂ ਕਰਦੇ ਆ, ਐਂ ਕਰਦੇ ਆ, ਹੈ ਉਹਨਾਂ ਦੇ ਸਾਰਾ ਮੇਰੇ ਕੋਲ ਹੈ ਪਿਆ ਮੈਟਰ, ਉਹਨਾਂ ਦੀ ਅਸਲੀਅਤ ਦੱਸੂ, ਸੱਚ ਕੀ ਸੀ, ਉਹਨੂੰ ਕਿਵੇਂ ਬਣਾਇਆ ਗਿਆ। ਇਹਦਾ ਮਤਲਬ ਫਿਰ ਹੁੰਦਾ ਕੁਛ ਸੀ, ਪੇਸ਼ ਹੋਰ ਕੁਛ ਕੀਤਾ ਜਾਂਦਾ ਸੀਗਾ, ਬਦਨਾਮ ਕਰਨ ਲਈ ਹੁੰਦਾ? ਬਦਨਾਮ ਕਰਨ ਲਈ ਹੋਇਆ, ਸਿਰਫ ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤਾ ਜਾਂਦਾ ਸੀ, ਅਸਲ ਗੱਲਾਂ ਕੁਛ ਹੋਰ ਸੀ। ਕਿਉਂਕਿ ਅਸਲ ਗੱਲਾਂ ਦਾ ਕਿਵੇਂ ਹੁੰਦੀਆਂ ਨੇ, ਜਿਵੇਂ ਹੁਣ ਤੁਹਾਨੂੰ ਮੈਂ ਉਦਾਹਰਣ ਹੀ ਦੇ ਦਿੰਦਾ, ਜਿਵੇਂ ਡਕੈਤੀ ਬਾਰੇ ਗੱਲ ਕਰਦਾ ਬਾਬਾ ਬਖਸ਼ੀਸ਼ ਅਤੇ ਇੱਕ ਉਹ ਹੈਗਾ ਦਲਜੀਤ ਸਿੰਘ, ਦੋਹਾਂ ਨੂੰ ਕੱਖ ਨਹੀਂ ਪਤਾ, ਨਾ ਬਾਬਾ ਬਖਸ਼ੀਸ਼ ਸਿੰਘ ਨੂੰ ਕੁਛ ਪਤਾ, ਕਿਉਂਕਿ ਉਹਨੇ ਵੀ ਜੇਲ੍ਹ 'ਚ ਗੱਲਾਂ ਸੁਣੀਆਂ ਸੁਣਾਈਆਂ ਨੇ, ਗੱਲਾਂ ਸੁਣੀਆਂ ਸੁਣਾਈਆਂ ਉਹਨੇ ਵੀ ਨੇ। ਜਦੋਂ ਇੰਟਰਵਿਊ ਆਉਂਦੀ ਆ ਦਲਜੀਤ ਦੀ ਆਉਂਦੀ ਆ ਜਾਂ ਆਪਣੇ ਬਾਬਾ ਬਖਸ਼ੀਸ਼ ਦੀ ਆਉਂਦੀ ਆ, ਤਾਂ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਹੁੰਦੀਆਂ ਨੇ, ਉਹਦੇ ਵਿੱਚ ਸਭ ਕੁਛ ਕੀਤਾ ਜਾਂਦਾ, ਇੱਦਾਂ ਹੋਇਆ ਇੱਦਾਂ ਹੋਇਆ, ਫਿਰ ਐਂ ਕਿਉਂ ਹੁੰਦਾ? ਨਹੀਂ, ਜਦ ਤੁਹਾਨੂੰ ਪਤਾ ਹੀ ਨਹੀਂ, ਬਖਸ਼ੀਸ਼ ਨੂੰ ਇਸ ਗੱਲ ਬਾਰੇ ਕੋਈ ਨਹੀਂ ਪਤਾ ਹੈਗਾ, ਬਖਸ਼ੀਸ਼ ਸਾਡੇ ਨਾਲ ਹੈ ਹੀ ਨਹੀਂ ਸੀ। ਬਖਸ਼ੀਸ਼ ਜੇ ਗੱਲ ਕਰ ਸਕਦਾ, ਗੱਲ ਕਰੇ ਆਪਦੀ, ਉਹ ਰਿਹਾ ਜਰਨੈਲ ਸਿੰਘ ਸਤਰਾਣੇ ਨਾਲ, ਉਹਦੇ ਨਾਲ ਗੱਲ ਕਰ ਸਕਦਾ, ਉਹਦੇ ਐਕਸ਼ਨਾਂ ਬਾਰੇ ਗੱਲ ਕਰ ਸਕਦਾ, ਉਹਦੀ ਸੋਚ ਬਾਰੇ ਗੱਲ ਕਰ ਸਕਦਾ, ਉਹ ਭਾਈ ਦਲਜੀਤ ਸਿੰਘ ਬਿੱਟੂ ਦੀ ਸੋਚ ਬਾਰੇ ਗੱਲ ਨਹੀਂ ਕਰ ਸਕਦਾ, ਕਿਉਂਕਿ ਉਹਦੇ ਨਾਲ ਰਹੇ ਹੀ ਨਹੀਂ, ਉਹਦੇ ਨਾਲ ਤਾਂ ਜੇਲ੍ਹ 'ਚ ਰਿਹਾ। ਆਈ ਜਿਵੇਂ ਹੁਣ ਉਹ ਮੁੰਡਾ ਹੈਗਾ ਉਹ ਦਲਜੀਤ ਸਿੰਘ ਦੁੱਲੇਵਾਲ, ਉਹ ਠਹਿਰ ਰਹੀ ਆ ਜਗਰੂਪ ਸਿੰਘ ਜਗਜੀਤਪੁਰੇ ਦੀ। ਜਗਰੂਪ ਜਗਜੀਤਪੁਰੇ ਬਾਰੇ ਉਹ ਗੱਲ ਕਰ ਸਕਦਾ, ਕਿਉਂਕਿ ਉਹਦੇ ਕੋਲ ਜਾਂਦਾ, ਉਹ ਭਾਈ ਦਲਜੀਤ ਸਿੰਘ ਬਾਰੇ ਕਿਉਂ ਗੱਲ ਕਰਦਾ? ਨਹੀਂ ਕਰ ਸਕਦਾ ਨਾ, ਇਹ ਤਾਂ ਭਾਈ ਦੇਖੋ ਡਕੈਤੀ ਬਾਰੇ ਜੋ ਹੋਇਆ ਪੇਮੈਂਟ, ਉਹ ਹੀ ਗੱਲ ਮੰਨਦਾ, ਮੈਨੂੰ ਲੱਗਦਾ ਉਹਦੇ ਸਵਾਲ ਜਵਾਬ 'ਚ ਇਹ ਗੱਲ ਹੁੰਦੀ, ਉਹ ਕਹਿੰਦੇ ਕਿ ਤੈਨੂੰ ਇਸ ਬਾਰੇ ਗੱਲ ਕਿਉਂ ਕਰਦਾ ਜਾਂ ਕੁਛ, ਉਹ ਕਹਿੰਦਾ ਕਿ ਜੋ ਬਾਬਾ ਬਖਸ਼ੀਸ਼ ਕਹਿੰਦਾ ਉਹ ਸਭ ਝੂਠ, ਉਹਨੇ ਸਭ ਕੁਛ ਮੰਨਿਆ ਹੋਇਆ, ਉਹ ਕਹਿੰਦਾ ਬਾਬਾ ਬਖਸ਼ੀਸ਼ ਨੂੰ ਤਾਂ ਕੁਝ ਵੀ ਨਹੀਂ ਪਤਾ, ਇਹਦੀ ਉਮਰ ਹੀ ਬੜੀ ਛੋਟੀ ਸੀ, ਉਹ ਇੱਦਾਂ ਦੀਆਂ ਗੱਲਾਂ ਕਰਦਾ। ਹਾਂ, ਨਹੀਂ, ਬਖਸ਼ੀਸ਼ ਦੀ ਉਮਰ ਵਾਕਈ ਛੋਟੀ ਸੀ ਉਸ ਟਾਈਮ ਦੇ ਵਿੱਚ। ਬਖਸ਼ੀਸ਼ ਨੇ ਤਾਂ, ਜਦੋਂ ਮੈਂ ਤੁਹਾਨੂੰ ਗੱਲ ਦੱਸਾਂ, ਦੋ ਹਜ਼ਾਰ ਦੇ ਵਿੱਚ ਨਾਭਾ ਜੇਲ੍ਹ ਆਇਆ, ਉਦੋਂ ਮੁੜ ਕੇ ਮੈਂ ਵੀ ਦਲਜੀਤ ਸਿੰਘ, ਭਾਈ ਦਲਜੀਤ ਸਿੰਘ ਬਿੱਟੂ ਅਤੇ
ਬਖਸ਼ੀਸ਼ ਅਸੀਂ ਇਕੱਠੇ ਹੁੰਦੇ ਸੀ ਜਿਹੜੀਆਂ ਉੱਥੇ ਅਸੀਂ ਗੱਲਾਂ ਕਰਦੇ ਸੀਗੇ ਉਹ ਸੁਣੀਆਂ ਸੁਣਾਈਆਂ ਗੱਲਾਂ ਕਰਦਾ ਰਿਅਲਟੀ ਨਹੀਂ ਉਹਦੇ ਵਿੱਚ ਕੋਈ ਮਤਲਬ ਉਹਨੇ ਕੁਛ ਵੀ ਨਹੀਂ ਨੇੜਿਓ ਬਚਿਆ ਨਹੀਂ ਕੁਛ ਨਹੀਂ ਨੇੜਿਓ ਬਚਿਆ ਕਰਨੀਆਂ ਚਾਹੀਦੀਆਂ ਕਿ ਨਹੀਂ ਫਿਰ ਨਹੀਂ ਉਹਨੂੰ ਨਹੀਂ ਕਰਨੀਆਂ ਚਾਹੀਦੀਆਂ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਇਹ ਆਪਣੇ ਮਖੂ ਸਾਹਿਬ ਨੂੰ ਇਹਨੂੰ ਮੈਂ ਫੋਨ ਕੀਤਾ ਸੀ ਇਹਨੇ ਬਖਸ਼ੀਸ਼ ਨੂੰ ਆਨਲਾਈਨ 'ਤੇ ਲੈ ਲਏ ਮੈਂ ਉਹਨੂੰ ਉਦੋਂ ਵੀ ਕਿਹਾ ਸੀ ਮੈਂ ਕਿਹਾ ਬਖਸ਼ੀਸ਼ ਤੈਨੂੰ ਜਿਹੜੀਆਂ ਗੱਲਾਂ ਦੇ ਵਿੱਚ ਤੂੰ ਨਹੀਂ ਹੈਗਾ ਤੈਨੂੰ ਨਹੀਂ ਕਰਨੀਆਂ ਚਾਹੀਦੀਆਂ ਮੈਂ ਨਹੀਂ ਕਰਦਾ ਹੈਗਾ ਮੈਨੂੰ ਨਾਲੇ ਪਤਾ ਸਭ ਕੁਛ ਆ ਕਿਉਂਕਿ ਇਹ ਗੱਲਾਂ ਨੇ ਜਿਹੜੀਆਂ ਮੇਰੇ ਨੂੰ ਵੀ ਵਧੀਆ ਜਵਾਬ ਭਾਈ ਦਲਜੀਤ ਸਿੰਘ ਬਿੱਟੂ ਦੇ ਸਕਦੇ ਆ ਭਾਈ ਦਲਜੀਤ ਸਿੰਘ ਬਿੱਟੂ ਜੀ ਜਿਉਂਦੇ ਜਾਗਦੇ ਬੈਠੇ ਨੇ ਉਹਨਾਂ ਨੂੰ ਰੋਕਿਆ ਨਹੀਂ ਵੀ ਕਿਉਂ ਐਡੀਆਂ ਐਡੀਆਂ ਵੱਡੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਉਹਦੇ ਨਾਲ ਕੌਮ 'ਚ ਦੁਵਿਧਾ ਪੈ ਰਹੀ ਆ ਉਸ ਤੋਂ ਬਾਅਦ ਕਾਫੀ ਗੱਲਾਂ ਸਾਹਮਣੇ ਆਈਆਂ ਕਿਸੇ ਨੇ ਬਿੱਟੂ ਨੂੰ ਠੀਕ ਆਖਿਆ ਕੋਈ ਗਲਤ ਕਹਿ ਰਿਹਾ ਬੜੇ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਗਏ ਨਹੀਂ ਜਿਹੜਾ ਭਾਈ ਦਲਜੀਤ ਸਿੰਘ ਆ ਨਾ ਯਾਰ ਉਹ ਇਸ ਗੱਲੋਂ ਬਹੁਤ ਨਰਮ ਆ ਯਾਰ ਦੇਖੋ ਅਸੀਂ ਮੈਂ ਉਹਦੇ ਨਾਲ ਬਹੁਤ ਜੀਵਨ ਇਕੱਠੇ ਰਹੇ ਹਾਂ ਅਸੀਂ ਸੰਘਰਸ਼ ਦੇ ਤਕਰੀਬਨ 5 ਸਾਲ ਇਕੱਠੇ ਰਹੇ ਕਿਉਂਕਿ ਜਦੋਂ ਭਾਈ ਦਲਜੀਤ ਸਿੰਘ ਬਿੱਟੂ ਪਾਰੋਂ ਆਉਂਦਾ ਮੈਂ ਹੀ ਲੈ ਕੇ ਆਉਣ ਵਾਲਾ ਪੰਜਾਬ ਤੱਕ ਉਹਨੂੰ ਪਾਕਿਸਤਾਨ ਪੰਜਾਬ ਲਿਆ ਕੇ ਉਹਨੂੰ ਮੈਂ ਹੀ ਛੱਡਦਾ ਮੈਂ ਉਹਨੂੰ ਬਹੁਤ ਨੇੜਿਓਂ ਦੇਖਿਆ ਉਹ ਬਹੁਤ ਸਾਊ ਬੰਦਾ ਵਧੀਆ ਬੰਦਾ ਗਲਤੀ ਹੋਣੀ ਸੁਭਾਵਿਕ ਆ ਕਿਸੇ ਤੋਂ ਵੀ ਹੋ ਸਕਦੀ ਆ ਭਾਈ ਦਲਜੀਤ ਸਿੰਘ ਤੋਂ ਵੀ ਹੋ ਸਕਦੀ ਆ ਮੈਥੋਂ ਵੀ ਹੋ ਸਕਦੀ ਆ ਪਰ ਸਾਡੇ 'ਚ ਗਲਤ ਕੋਈ ਨਹੀਂ ਹੈਗਾ ਟੀਚਾ ਇੱਕ ਸਥਾਨ ਇੱਕ ਸੰਘਰਸ਼ ਇੱਕ ਕੌਮੀ ਘਰ ਇੱਕ ਬਣਾਉਣ ਦੀ ਗੱਲ ਕਰਦੇ ਆ ਫਿਰ ਇਹ ਦੁਵਿਧਾ ਜਥੇਬੰਦੀਆਂ ਅਲੱਗ ਅਲੱਗ ਜਾਂ ਇੱਦਾਂ ਦਾ ਕੋਈ ਉਹਦੀ ਟੀਮ ਦਾ ਬੰਦਾ ਉਹ ਐਂ ਕਿਉਂ ਗੱਲ ਕਰਦਾ ਹੈ ਤਾਂ ਉਹਦੇ ਹੋ ਸਕਦਾ ਤਾਂ ਇੰਟਰਵਿਊ ਤੋਂ ਬਾਅਦ ਗੱਲ ਕਹਿਣ ਇਹ ਦਲਜੀਤ ਸਿੰਘ ਬਿੱਟੂ ਦੇ ਨੇੜੇ ਰਿਹਾ ਇਹ ਤਾਂ ਉਹਦੇ ਹੱਕ ਦੀ ਗੱਲ ਕਰਦਾ ਐਂ ਕਿਉਂ ਕਰਦੇ ਆ ਨਹੀਂ ਮੈਂ ਦਲਜੀਤ ਸਿੰਘ ਦੇ ਰਾਮ ਤੇ ਰਾਮ ਅਲੱਗ ਅਲੱਗ ਹੋ ਜਾਂਦੀਆਂ ਨਾ ਦੇਖੋ ਮੈਂ ਦਲਜੀਤ ਸਿੰਘ ਦੇ ਨੇੜੇ ਰਿਹਾ ਇਹ ਗੱਲ ਠੀਕ ਹੈ ਪਰ ਮੈਂ KLFC ਦੇ ਵਿੱਚ ਸੀਗਾ ਪਰ ਅਸੀਂ ਜਦੋਂ ਇਕੱਠੇ ਰਹਿੰਦੇ ਸੀ ਉਸ ਟਾਈਮ ਦੇ ਵਿੱਚ ਅਸੀਂ ਭਰਾ ਸੀਗੇ ਨਾ ਫੈਡਰੇਸ਼ਨ ਸੀ ਨਾ KLFC ਸਾਡੇ ਮਨ 'ਚ ਇਹੋ ਜਿਹਾ ਇੰਨਾ ਕਮਾਂਡੋ ਫੋਰਸ ਸੀਗੀ ਜਦੋਂ ਅਸੀਂ ਪੰਜ ਵਾਰਡ ਮਹਿਲ ਸਿੰਘ ਜਾਂ ਐਨੀਥਿੰਗ ਸਾਰੇ ਇਕੱਠੇ ਹੁੰਦੇ ਸੀਗੇ ਉਦੋਂ ਸਿਰਫ ਅਸੀਂ ਭਰਾ ਸੀਗੇ ਸਾਡਾ ਕੌਮੀ ਨਿਸ਼ਾਨਾ ਇੱਕ ਸੀਗਾ ਹੈ ਉਹ ਤਾਂ ਅਸੀਂ ਜਿਹੜਾ ਕਹਿੰਦਾ ਵੀ ਫੋਰਸਾਂ ਕਿਉਂ ਬਣਾਈਆਂ ਐਂ ਕਿਉਂ ਬਣਾਇਆ ਕਿਉਂਕਿ ਇਹ ਜਿਹੜੀਆਂ ਫੋਰਸਾਂ ਬਣਾਈਆਂ ਜਾਂਦੀਆਂ ਨੇ ਛੋਟੇ ਛੋਟੇ ਗਰੁੱਪ ਬਣਾਏ ਜਾਂਦੇ ਆ ਉਹ ਇਹ ਹੁੰਦਾ ਜੇ ਕੱਲ੍ਹ ਨੂੰ ਇੱਕ ਬੰਦਾ ਫੜਿਆ ਜਾਵੇ ਉਹਦੀ ਲੈਣ ਕਿੱਥੇ ਕੁ ਤੱਕ ਚੱਲੇ ਜੇ ਅਸੀਂ ਇੱਕੋ ਹੀ ਸਾਰਾ ਸਿਸਟਮ ਇਕੱਠਾ ਕਰ ਲਾਂਗੇ ਜੇ ਇੱਕ ਬੰਦਾ ਫੜਿਆ ਗਿਆ ਥੱਲੇ ਤੋਂ ਲਾ ਕੇ ਉੱਪਰ ਤੱਕ ਵੀ ਉਹ ਕਰਵਾ ਸਕਦਾ ਨੁਕਸਾਨ ਕਰਵਾ ਸਕਦਾ ਇੱਕ ਬਲਵੰਤ ਸਿੰਘ ਦਾ ਕਤਲ ਹੁੰਦਾ ਸ਼ਾਇਦ ਮੈਂ ਗਲਤ ਨਾ ਹੋਵਾਂ ਜਿਹੜਾ ਬਰਨਾਲੇ ਦੀ ਸਰਕਾਰ ਦੇ ਵਿੱਚ ਮੰਤਰੀ ਸੀਗਾ ਉਹਦੇ 'ਚ ਵੀ ਨਾਮ ਆਉਂਦਾ ਤੁਹਾਡਾ ਕਿ ਨਹੀਂ ਆਉਂਦਾ ਹਾਂ ਆਉਂਦਾ ਉਹਦੇ ਵਿੱਚ ਕੇਸ ਚੱਲਿਆ ਨਹੀਂ ਕੋਈ ਕੇਸ ਨਹੀਂ ਚੱਲਿਆ ਉਹ ਮੇਰੇ 'ਤੇ ਕੇਸ ਨਹੀਂ ਪਾਇਆ ਇਹਨਾਂ ਨੇ ਅੱਛਾ ਕਿਉਂਕਿ ਮੇਰੇ 'ਤੇ ਇਹਨਾਂ ਨੇ ਕੇਸ ਕੀ ਸੀ ਨਾ ਮੈਂ ਤੁਹਾਨੂੰ ਗੱਲ ਦੱਸਦਾ ਮੇਰੇ 'ਤੇ ਇਹਨਾਂ ਨੇ ਕਿਹਾ ਸੀ ਵੀ ਤੇਰੇ 'ਤੇ ਆਹ 32 ਕੇਸ ਹੀ ਨੇ ਅੱਛਾ ਬਾਕੀ ਤੇਰੇ ਕੇਸ ਆਹ ਹੈ ਨਹੀਂਗੇ ਜਿਵੇਂ ਟੋੜੇ ਵਾਲਾ ਨਹੀਂ ਸੀ ਕੇਸ ਮੇਰੇ 'ਤੇ ਬਲਵੰਤ ਵਾਲਾ ਨਹੀਂ ਸੀ ਗੋਵਿੰਦ ਰਾਮ ਵਾਲਾ ਨਹੀਂ ਸੀਗਾ ਹੋਰ ਅਨੇਕਾਂ ਕੇਸ ਨੇਗੇ ਜਿਨ੍ਹਾਂ 'ਚ ਮੇਰਾ FIR 'ਚ ਨਾਂ ਨਹੀਂ ਸੀ ਇਹਨਾਂ ਨੇ ਮੇਰੇ ਨਾਲ ਪਾਏ ਨਹੀਂ ਸੀ ਮੇਰੇ 'ਤੇ ਜਿਹੜਾ ਉਹਦੀ ਜ਼ਿੰਮੇਵਾਰੀ ਚੱਕ ਗਿਆ ਉਸੇ ਦਾ ਨਾਮ ਹੀ ਰਹਿ ਗਿਆ ਹਾਂ ਕਿਸੇ ਦਾ ਨਾਂ ਪਾਤਾ ਬਸ ਕਦੇ ਕਿਸੇ ਦਾ ਪਾਤਾ ਕੋ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਜਿਵੇਂ DGP ਵਾਲਾ ਵੀ ਆ ਸੋਢੇ ਵਾਲਾ ਵੀ ਆ ਇਹ ਪਹਿਲਾਂ ਮੇਰਾ ਨਾਂ ਨਹੀਂ ਸੀ ਪਾਇਆ ਇਹਦਾ 3-3, 4-4 ਸਾਲਾਂ ਬਾਅਦ ਫਿਰ ਜਦ ਪਤਾ ਲੱਗਿਆ ਨਹੀਂ ਇਹਨੇ ਕੀਤਾ ਫਿਰ ਬਾਅਦ 'ਚ ਨਾਂ ਮੇਰਾ ਪਾਤਾ ਐਂ ਜਿਹੜੇ ਮੇਰੇ ਨਾਂ ਵੀ ਪਾਇਆ ਹੋਇਆ ਉਹ ਐਂ ਪਾਇਆ ਹੋਇਆ ਕਿਉਂਕਿ ਜਦ ਮੇਰਾ ਪਹਿਲਾਂ ਕਲੀਅਰ ਹੀ ਨਹੀਂ ਸੀਗਾ ਭੂਸਨ ਅਤੇ ਹੋਰ ਉਹ ਜਦ ਮੇਰਾ ਕਲੀਅਰ ਨਹੀਂ ਸੀਗਾ ਉਹ ਨਾਂ ਮੇਰਾ ਨਹੀਂ ਸੀ ਕਿਸੇ ਕੇਸ ਦੇ ਵਿੱਚ ਪਾਇਆ ਇਹਨਾਂ ਦਾ ਹਰੇਕ ਕੇਸ ਤੋਂ 3-4 ਸਾਲਾਂ ਬਾਅਦ ਹੀ ਮੇਰਾ ਕੋਈ ਨਾ ਕੋਈ ਉਹਦਾ ਬਿਆਨ ਦੇ ਕੇ ਕਾਰਡ ਦਾ ਉਹਦਾ ਦੇ ਕੇ ਐਂ ਕਰਕੇ ਪਾਇਆ ਹੋਇਆ ਨੇ ਬੁੱਧ ਸਿੰਘ ਵਾਲਾ ਗੁਰਜੰਟ ਸਿੰਘ ਤੁਹਾਡੀ ਕਾਫੀ ਨਜ਼ਦੀਕ ਹੀ ਰਹੇ ਨੇ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਤੁਹਾਡੀ ਗ੍ਰਿਫਤਾਰੀ ਫਿਰ ਕਦੋਂ ਹੁੰਦੀ ਹੈ ਉਹਦੀ ਸ਼ਹਾਦਤ ਤਾਂ ਹੋ ਜਾਂਦੀ ਹੈ 92 ਦੇ ਵਿੱਚ ਜੁਲਾਈ 92 ਦੇ ਵਿੱਚ ਕਿਉਂਕਿ ਜਦ ਉਹਦੀ ਸ਼ਹਾਦਤ ਹੋ ਜਾਂਦੀ ਆ ਉਦੋਂ ਪਹਿਲਾਂ ਮੈਂ ਸੰਘਰਸ਼ ਛੱਡ ਕੇ ਚਲਿਆ ਗਿਆ ਸੀ ਥੋੜ੍ਹਾ ਜਿਹਾ ਚਿਰ ਪਹਿਲਾਂ ਉਦੋਂ ਮੈਂ ਸੰਘਰਸ਼ ਛੱਡ ਕੇ ਕਿਉਂਕਿ ਮੈਂ ਭਾਈ ਦਲਜੀਤ ਸਿੰਘ ਨੂੰ ਲੈ ਕੇ ਆਇਆ ਜਦੋਂ ਬਾਰਡਰ ਪਾਰੋਂ ਲਿਆ ਕੇ ਉਰੇ ਛੱਡਿਆ ਮੈਂ ਇਹਦੇ ਨਾਲ ਸਾਰੀ ਗੱਲਬਾਤ ਕਿਉਂਕਿ ਅਸੀਂ ਗੁਜਰਾਤ ਤੋਂ ਅਹਿਮਦਾਬਾਦ ਤੋਂ ਲਾ ਕੇ ਪੰਜਾਬ ਤੱਕ ਇਕੱਠੇ ਟਰੱਕ 'ਚ ਆਏ ਹਾਂ ਮੈਂ ਟਰੱਕ ਚਲਾਉਂਦਾ ਸੀ ਮੇਰੇ ਨਾਲ ਸੀ ਦੋ ਹੀ ਜਾਣੇ ਸੀ ਅਸੀਂ ਇਕੱਠੇ ਰਹੇ ਰਾਤ ਨੂੰ ਵੀ ਦਿਨ ਨੂੰ ਵੀ ਅਸੀਂ ਗੱਲਾਂ ਕਰੀਆਂ ਜਾਂ ਅਸੀਂ ਗੱਲਾਂ ਕਰੀਆਂ ਇਹ ਕਹਿੰਦਾ ਵੀ ਮੈਂ ਤਾਂ ਆਪ ਬੈਠ ਦਾਂਗਾ ਮੈਂ ਕਿਹਾ ਵੀ ਮੈਂ ਤਾਂ ਆਪ ਜਾਣਾਂਗਾ
ਰਹਿ ਗਿਆ ਸੀ ਗਰਜੰਟ। ਅੱਛਾ, ਗਰਜੰਟ ਟਰੇਸ ਹੋ ਗਿਆ ਸੀ। ਗਰਜੰਟ ਜਦੋਂ ਟਰੇਸ ਹੋ ਗਿਆ, ਸਾਨੂੰ ਪਤਾ ਲੱਗਿਆ, ਇਹਨੂੰ ਵੀ ਪਤਾ ਲੱਗਿਆ ਭਾਈ ਦਲਜੀਤ ਸਿੰਘ ਨੂੰ, ਇਹਨੇ ਵੀ ਉਹਨੂੰ ਕੱਢਣ ਦੀ ਕੋਸ਼ਿਸ਼ ਕਰੀ। ਮੈਂ ਤਾਂ ਉਹਨੂੰ ਲੈ ਹੀ ਗਿਆ ਸੀ ਗਰਜੰਟ ਨੂੰ ਆ ਕੇ, ਜਦ ਮੈਨੂੰ ਪਤਾ ਲੱਗਿਆ। ਮੈਂ ਗਰਜੰਟ ਨੂੰ ਇੱਥੋਂ ਲੈ ਗਿਆ ਲੁਧਿਆਣੇ ਤੋਂ, ਲੁਧਿਆਣੇ ਲੈ ਕੇ ਮੈਂ ਦਿੱਲੀ ਲੈ ਗਿਆ। ਅੱਛਾ, ਦਿੱਲੀ ਇੱਕ ਮੇਰੀ ਠਹਿਰ ਹੁੰਦੀ ਸੀਗੀ, ਬਲਦੇਵ ਸਿੰਘ ਸੀਗਾ ਉੱਥੇ, ਦੁਰਗਾਪੁਰੀ 'ਚ ਰਹਿੰਦਾ ਸੀਗਾ ਉੱਥੇ ਦਿੱਲੀ, ਵਧੀਆ ਬੰਦਾ ਮੈਂ ਹੀ ਜਾਣਦਾ ਸੀ। ਜਾਂ ਉਹ ਮੈਨੂੰ ਠਹਿਰ ਦਿੱਤੀ ਸੀ ਭਾਈ ਜਗਜੀਤ ਸਿੰਘ ਯੂਪੇ ਨੇ, ਜਗਦੀਤਪੁਰ ਵਾਲੇ ਨੇ, ਜਗਰੂਪ ਸਿੰਘ ਯੂਪਾ ਜਗਜੀਤਪੁਰ ਵਾਲੇ ਨੇ। ਉੱਥੇ ਮੈਂ ਉਹਨੂੰ ਛੱਡ ਗਿਆ ਗਰਜੰਟ ਨੂੰ, ਵੀ ਮੈਂ ਗਾਹਾਂ ਜਗਾੜ ਕੋਈ ਹੋਰ ਬਣਾਉਣਾ, ਆਪਾਂ ਇੱਥੇ ਨਹੀਂ ਰਹਿੰਦੇ, ਤੂੰ ਟਰੇਸ ਹੋ ਗਿਆ, ਤੇਰਾ ਨੁਕਸਾਨ ਹੋ ਜੇ ਤੂੰ ਪੰਜਾਬ 'ਚ ਲੁਧਿਆਣੇ ਰਿਹਾ ਖਾਸ ਕਰਕੇ। ਚੱਲ ਮੈਂ ਉੱਥੇ ਛੱਡ ਗਿਆ, ਮੈਂ ਗਾਹਾਂ ਚਲਿਆ ਗਿਆ, ਜਿੱਥੇ ਮੈਂ ਬਾਅਦ 'ਚ 8 ਸਾਲ ਰਿਹਾ ਜਬਲਪੁਰ, ਮੈਂ ਉਹ ਜਗਾੜ ਬਣਾਉਣ ਚਲਿਆ ਗਿਆ। ਉੱਥੇ ਮੈਨੂੰ ਥੋੜ੍ਹੇ ਜਿਹੇ ਦਿਨ ਵੱਧ ਲੱਗ ਗਏ, ਮੈਨੂੰ ਉੱਥੇ 10 ਕੁ ਦਿਨ ਲੱਗ ਗਏ। ਇਹ ਉੱਥੇ ਹਫ਼ਤਾ ਰਿਹਾ, ਹਫ਼ਤੇ ਬਾਅਦ ਆ ਗਿਆ ਫਿਰ ਲੁਧਿਆਣੇ, ਲੁਧਿਆਣੇ ਆ ਗਿਆ। ਜਦ ਮੈਂ ਵਾਪਸੀ ਦਿੱਲੀ ਆਇਆ, ਜਦ ਮੈਂ ਉਹਦੇ ਕੋਲ ਆਇਆ ਬਲਦੇਵ ਸਿੰਘ ਕੋਲ, ਉਹ ਕਹਿੰਦਾ ਯਾਰ ਉਹ ਤਾਂ ਚਲਿਆ ਗਿਆ। ਮੈਂ ਯਾਰ ਤੂੰ ਕਿਉਂ ਛੱਡ ਗਿਆ, ਤੈਨੂੰ ਕਿਹਾ ਸੀ ਉਹਨੂੰ ਜਾਣ ਨਹੀਂ ਦੇਣਾ ਇੱਥੋਂ। ਫਿਰ ਮੈਂ ਇਹ ਦਿਆਲ ਸਿੰਘ ਲਾਹੌਰੀਆ ਅਤੇ ਭੁੱਲਰ ਦਵਿੰਦਰ ਬਾਲਪੁਰ, ਇਹ ਦੇਹਰਾਦੂਨ ਰਹਿੰਦੇ ਹੁੰਦੇ ਸੀ। ਫਿਰ ਮੈਂ ਦਿੱਲੀਓਂ ਬੱਸ ਚੜ੍ਹ ਕੇ ਦੇਹਰਾਦੂਨ ਚਲਿਆ ਗਿਆ। ਜਾਂ ਦੇਹਰਾਦੂਨ ਮੈਂ ਦਿਆਲ ਸਿੰਘ ਲਾਹੌਰੀਆ ਨੂੰ, ਹਲੇ ਸ਼ਾਮ ਨੂੰ ਅਸੀਂ ਗੱਲਾਂ ਕਰਕੇ ਪਏ ਹਾਂ ਇਸ ਟਾਈਮ 3-4 ਕੁ ਵਜੇ, ਵੀ ਤੁਸੀਂ ਦੋਵੇਂ ਜਾਣੇ ਜਾਓ, ਮੀਆਂ ਬੀਬੀ ਗਰਜੰਟ ਨੂੰ ਲੈ ਕੇ ਆਓ, ਮੈਂ ਲੈ ਜਾਂਦਾ ਉਹਨੂੰ ਇੱਥੋਂ, ਵੀ ਮੈਂ ਗਾਹਾਂ ਜਗਾੜ ਆਪਦਾ ਸੈੱਟ ਕਰ ਲਿਆ। ਚਲੇ ਕਹਿੰਦੇ ਅਸੀਂ ਸਵੇਰੇ ਚਲੇ ਜਾਵਾਂਗੇ, ਮੈਂ ਤੁਸੀਂ ਸਵੇਰੇ ਚਲੇ ਜਾ, ਨਿਕਲਿਓ ਉਹਨੂੰ ਲਿਆਓ ਮੇਰੇ ਕੋਲ, ਮੈਂ ਉਹਨੂੰ ਗਾਹਾਂ ਆਪੇ ਲੈ ਜੂੰਗਾ। ਅਸੀਂ ਰਾਤ ਨੂੰ ਗੱਲਾਂ 9:30 ਵਾਲੀਆਂ ਖ਼ਬਰਾਂ 'ਚ ਉਹਦਾ ਸ਼ਹੀਦੀ ਦਾ ਹੋਈ ਆ ਗਿਆ, 9:30 ਵਾਲੀਆਂ ਖ਼ਬਰਾਂ 'ਚ ਵੀ ਸ਼ਹੀਦ ਹੋ ਗਿਆ। ਫਿਰ ਤੁਹਾਡੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਤੁਸੀਂ? ਤਾਂ ਫਿਰ ਉੱਧਰ ਨਾਲੇ ਠਹਿਰ ਸੈੱਟ ਕਰਕੇ ਆਏ ਸੀ। ਮੈਂ ਉੱਥੋਂ ਫਿਰ 92 ਤੋਂ ਲਾ ਕੇ ਠਹਿਰ ਸੈੱਟ ਕਰਕੇ ਮੈਂ ਉੱਥੇ ਜਬਲਪੁਰ ਚਲਿਆ ਗਿਆ। 92 ਤੋਂ 99 ਤੱਕ ਮੈਂ ਉੱਥੇ ਹੀ ਰਿਹਾ। 99 'ਚ ਮੈਂ ਪੰਜਾਬ ਆਇਆ, ਆ ਕੇ ਉਦੋਂ ਭਾਈ ਦਲਜੀਤ ਸਿੰਘ ਫੜੇ ਗਏ ਸੀ, ਭੁੱਲਰ ਵੀ ਫੜੇ ਗਏ, ਸਾਰੇ ਫੜੇ ਗਏ ਸੀਗੇ। ਚੱਲ ਮੈਂ ਇਹਨਾਂ ਨੂੰ ਥੋੜ੍ਹੀ ਜਿਹੀ ਮਿਲਣ ਦੀ ਕੋਸ਼ਿਸ਼ ਕਰੀ, ਮੈਨੂੰ ਨਹੀਂ ਮਿਲਾਇਆ ਕਿਸੇ ਨੇ। ਜਿਹੜੇ ਬੰਦਿਆਂ ਨੂੰ ਮੈਂ ਕਹਿੰਦਾ ਸੀ, ਸਾਡੇ ਰਿਲੇਸ਼ਨ ਸੀਗੇ ਵਿੱਚ, ਠਹਿਰਾਂ ਵਾਲੇ ਸੀਗੇ, ਉਹਨਾਂ ਨੇ ਮੈਸੇਜ ਨਹੀਂ ਦਿੱਤਾ। ਚੱਲ ਫਿਰ ਮੈਂ ਫੇਸ ਹੋ ਗਿਆ ਖੁਦ ਆਪ, ਜਦ ਮੇਰਾ ਕੋਈ ਵੀ ਨਹੀਂ ਉਸ ਤਰ੍ਹਾਂ ਦਾ ਸਿਸਟਮ ਹੋਇਆ, ਕਿਉਂਕਿ ਜਿਹੜਾ ਮੈਂ ਸਿਸਟਮ ਖੜਾ ਕਰਕੇ ਗਿਆ ਸੀ ਉਹ ਸਾਰਾ ਕੁਛ ਤਹਿਸ ਨਹਿਸ ਹੋ ਗਿਆ ਸੀਗਾ। ਅੱਛਾ, ਕਿਉਂਕਿ ਇਹ ਹੈ ਨਹੀਂ ਸੀਗੇ, ਸਮਾਨ ਸਮੂਨ ਫੜਿਆ ਗਿਆ, ਸਭ ਕੁਛ ਹੋਰ ਤਰ੍ਹਾਂ ਦਾ ਸਿਸਟਮ ਹੋ ਗਿਆ। ਉਦੋਂ ਮੁੜ ਕੇ ਬਸ ਫਿਰ ਮੈਂ ਪੇਸ ਹੋ ਗਿਆ 99 ਦੇ ਵਿੱਚ। 99 ਦੇ ਵਿੱਚ ਚੱਲ ਪੇਸ ਹੋ ਗਿਆ। ਜਿਹੜੀਆਂ ਗੱਲਾਂ ਮੈਂ ਹੁਣ ਤੁਹਾਡੇ ਨਾਲ ਕਰੀਆਂ ਨੇ, ਇਹ ਉਦੋਂ ਸਰਬਜੀਤ ਵਿਰਕ ਉਦੋਂ DGP ਸੀਗਾ, ਉਹਦੇ ਨਾਲ ਵੀ ਮੈਂ ਗੱਲੀਆਂ, RP ਸਿੰਘ ਵੀ ਸੀਗਾ, ਹੋਰ ਵੀ ਜਿਹੜੇ ਮੇਨ ਅਫਸਰ ਸੀ, ਮੇਨ DGP ਵਗੈਰਾ, ਸਾਰਿਆਂ ਨਾਲ ਮੈਂ ਗੱਲਾਂ ਇਸ ਤਰ੍ਹਾਂ ਹੀ ਕਰੀਆਂ, ਵੀ ਆਹ ਗੱਲਾਂ ਨੇ ਤੁਸੀਂ ਮੇਰੇ ਨਾਲ ਓਪਨ ਹੀ ਕਰਨੀਆਂ, ਗੱਲ ਓਪਨ ਕਰ ਸਕਦੇ ਹੋ, ਪ੍ਰੈਸ ਸੱਦ ਲਓ, ਤੁਸੀਂ ਜਿਹੜੇ ਵੀ ਦੂਸਣਬਾਜ਼ੀ ਲਾਉਂਦੇ ਹੋ ਸਾਰੇ ਆਪਾਂ ਬੈਠ ਕੇ ਕਲੀਅਰ ਕਰ ਲੈਂਦੇ। ਫਿਰ ਕਹਿੰਦੇ ਵੀ ਨਹੀਂ ਅਸੀਂ ਨਹੀਂ ਕਰਦੇ, ਫਿਰ ਬਸ ਤੂੰ ਐਂ ਕਰ ਮੋਟੇ ਮੋਟੇ ਜੇ ਦੱਸ ਦੇ, ਅਸੀਂ ਤੇਰੀ ਗ੍ਰਿਫਤਾਰੀ ਪਾ ਦਿੰਦੇ ਹਾਂ ਬਸ। ਫਿਰ ਉਹਨਾਂ ਨੇ ਮੇਰੀ ਗ੍ਰਿਫਤਾਰੀ ਪਾ ਦੇ, ਮੇਰੇ ਕੇਸ ਚੱਲੇ। ਜੋ ਗ੍ਰਿਫਤਾਰੀ ਹੁੰਦੀ ਹੈ ਤਸ਼ੱਦਦ ਹੁੰਦਾ ਫਿਰ ਉਸ ਤੋਂ ਬਾਅਦ ਮਨਾਉਣ ਲਈ, ਜਾਂ ਕਈ ਹੁੰਦਾ ਵੀ ਠਹਿਰਾਂ ਦੱਸ ਕਿੱਥੇ ਕਿੱਥੇ, ਜਾਂ ਕੋਈ ਸੰਘਰਸ਼ ਹੋ, ਤੋਂ ਕਹਿੰਦੇ ਆ ਕਿ ਸੰਘਰਸ਼ ਖਤਮ ਹੋਣ ਦੇ ਰਾਹ 'ਤੇ ਸੀਗਾ, ਜਾਂ ਕੋਈ ਬਚਿਆ ਤਾਂ ਨਹੀਂ ਉਹਦੇ ਤੱਕ ਪਹੁੰਚ ਕਰਨ ਲਈ? ਨਹੀਂ, ਇਹ ਗੱਲ ਕੋਈ ਨਹੀਂ ਹੋਈ, ਕਿਸੇ ਠਹਿਰ ਬਾਰੇ ਨਹੀਂ ਪੁੱਛਿਆ ਐਵੇਂ, ਮੈਂ ਕਿਹਾ ਨਾ ਮੈਨੂੰ ਬਾਅਦ 'ਚ ਕੋਈ ਤਸ਼ੱਦਦ ਕੀਤਾ, ਕਿਸੇ ਨੇ ਜਾਣੇ ਦੀ ਉਹ ਤੱਕਰ ਵੀ ਨਹੀਂ ਕਿਹਾ ਹੈਗਾ। 99 ਦੇ ਵਿੱਚ ਕਿਸੇ ਨੇ ਮੇਰੇ ਨਾਲ ਕੋਈ ਤਸ਼ੱਦਦ ਨਹੀਂ ਕੀਤਾ, ਨਾ ਮੈਨੂੰ ਕਿਸੇ ਨੇ ਠਹਿਰ ਬਾਰੇ ਪੁੱਛਿਆ, ਕੋਈ ਗੱਲ ਨਹੀਂ ਹੋਈ। ਸਿਰਫ ਇੱਕ ਵਾਰੀ ਗੱਲ ਹੋਈ ਸੀਗੀ ਮਾੜੀ ਜੀ, ਉਹ ਵੀ ਮੈਂ ਚੰਡੀਗੜ੍ਹ ਸੀਗਾ, ਉਹ ਵੀ ਕੋਈ ਦਿੱਲੀਓਂ ਬੰਦੇ ਆਏ ਸੀਗੇ, ਅਸੀਂ ਬੈਠੇ ਸੀ ਕੁਰਸੀਆਂ 'ਤੇ ਗੱਲਾਂ ਕਰਦੇ ਸੀ ਜਿਵੇਂ ਆਪਾਂ ਰੂਟੀਨ 'ਚ ਕਰਦੇ ਹਾਂ। DGP ਸਰਬਜੀਤ ਵੀ ਸੀ, ਹੋਰ DGP ਲੈਵਲ ਦੇ ਸਾਰੇ ਬੰਦੇ ਸੀਗੇ, SSP ਤੋਂ ਉੱਪਰ ਉੱਪਰ ਵਾਲੇ ਬੰਦੇ ਸੀਗੇ, ਥੱਲੇ ਕੋਈ ਬੰਦਾ ਨਹੀਂ ਸੀ। ਅੱਛਾ ਜੀ, ਬੈਠੇ ਗੱਲਾਂ ਕਰਦੇ ਹਾਂ, ਦਿੱਲੀ ਤੋਂ ਕੋਈ ਦੋ ਬੰਦੇ ਆਏ, ਉਹਨਾਂ ਨੇ ਗੱਲ ਕਹੀ ਵੀ
लातों के बूत बातों से नहीं मानते। चल मैं उतो कुर्सी तो उठ के मैं उत्थे कोठी का हाल जैसे अंदर चलिया गया, मैं कपड़े लाहन लग गया। ये डी जी पी तो एक होर बंदा सी, मैं जानता नहीं कोई अफसर ही सीगा, वो आ गया मनजिंदर तू ये क्यों कर रहा। मैं यार हूँ मैं सुनू कहा भी आ मैं एक्शन करे आ किया, चल हूँ मैं तो दुबारे पुछ के दिखाओ तुसी तशद्दुद करना। फिर मैथों वध घट बोलिया गया इन्होंने सारे नू, पर इन्हों ने नहीं मेरे ते कोई गल करी है, मैं कहा गुस्से नहीं हुए। मैं इन्होंने काफ़ी वध घट कहा गया मैथों, मैं कहा तुसी जला दो ਸੋਡੇ ਨੂੰ ਮੁਗਲ ਚੰਗੇ ਸੋਡੇ ਨੂੰ ਅੰਗਰੇਜ਼ ਚੰਗੇ ਸੀਗੇ ਜਿਹੜੇ ਜਿਹੜੇ ਸਾਨੂੰ ਚੌਂਕ 'ਚ ਜਾ ਕੇ ਬੰਦੇ ਨੂੰ ਫਾਂਸੀ ਦਿੰਦੇ ਸੀ, ਚੌਂਕ ਜਾ ਕੇ ਕੁੱਟਦੇ ਮਾਰਦੇ ਸੀ। ਤੁਸੀਂ ਜਲਾਦ ਉਹਨਾਂ ਨੂੰ ਗਿਰੇ ਹੋਏ ਹੋ, ਤੁਸੀਂ ਸਾਨੂੰ ਥਾਣਿਆਂ ਦੇ ਅੰਦਰ ਬੰਦ ਕਰ ਗਏ। ਜੇ ਤੁਸੀਂ ਅਸਲੀ ਔਰੰਗਜ਼ੇਬ ਦੀ ਲਾ ਦੀ ਹੋ ਮਖਿਆ, ਤੁਸੀਂ ਮੈਨੂੰ ਚੌਂਕ 'ਚ ਲੈ ਗਏ ਇੰਨਾ ਕਰਕੇ ਵੱਢੋ ਜਿਵੇਂ ਅਸੀਂ ਮੰਗਲ ਵੱਢਿਆ ਸੀ। ਫਿਰ ਮੈਨੂੰ ਪੁੱਛੋ ਕੀ ਗੱਲ, ਮੈਂ ਇਹੋ ਜਿਹੀਆਂ ਗੱਲਾਂ ਬਹੁਤ ਕਹਿ ਦਿੱਤੀਆਂ ਸੀ, ਪਰ ਇਹਨਾਂ ਨੇ ਕੋਈ ਮੈਨੂੰ ਵੱਧ ਘੱਟ ਗੱਲ ਨਹੀਂ ਕਹੀ, ਪੂਰਾ ਸਹਿਜ ਰੱਖਿਆ ਇਹਨਾਂ ਨੇ। ਇਹ ਫਿਰ ਮੈਨੂੰ ਜੱਫੀ 'ਚ ਲੈ ਕੇ ਡੀ ਜੀ ਪੀ ਆਪ ਮੈਨੂੰ ਕਹਿੰਦਾ ਮਨਜਿੰਦਰ ਗੁੱਸੇ ਨਾ ਹੋ, ਤੂੰ ਰਿਲੈਕਸ ਹੋ ਜਾ, ਅਸੀਂ ਤੈਨੂੰ ਘਰੇ ਵਸਾਉਣਾ ਚਾਹੁੰਦੇ ਹਾਂ, ਅਸੀਂ ਤੈਨੂੰ ਇਹੋ ਜਿਹੀ ਗੱਲ ਨਹੀਂ ਕਰਨੀ। ਹਾਲਾਂਕਿ ਮੈਂ ਕਾਫੀ ਕੁਛ ਕਹਿ ਦਿੱਤਾ ਸੀ। ਮੈਨੂੰ ਸੰਗਰੂਰ ਜੇਲ੍ਹ ਭੇਜਤਾ, ਸੰਗਰੂਰ 'ਚੋਂ ਮੈਂ ਦਿੱਲੀ ਚਲਿਆ ਗਿਆ। ਦਿੱਲੀ ਵਾਲਾ ਕੇਸ ਮੈਂ 6 ਮਹੀਨਿਆਂ 'ਚ ਬਰੀ ਹੋ ਗਿਆ ਸੀ। ਫਿਰ ਮੈਂ ਨਾਭਾ ਜੇਲ੍ਹ 'ਚ ਆ ਗਿਆ ਅਤੇ 3.5 ਸਾਲ ਮੈਂ ਨਾਭਾ ਜੇਲ੍ਹ 'ਚ ਇਕੱਠੇ ਰਿਹਾ। ਮੈਂ ਦਲਜੀਤ ਸਿੰਘ ਬਿੱਟੂ ਨੇ ਸਾਰੇ ਭਾਈ ਲਾਲ ਸਿੰਘ ਸਾਰੇ ਇਕੱਠੇ ਰਹੇ, ਇਕੱਠੇ ਹੋਣ ਦੇ ਦਿੰਦੇ ਇਕੱਠੇ ਇੱਕ ਜਗ੍ਹਾ ਸੀਗੇ, ਇਕੱਠੇ ਹੀ ਸੀਗੇ। ਪਹਿਲਾਂ ਵੀ ਇਕੱਠੇ ਸੀ, ਲਾਲ ਸਿੰਘ ਵੀ ਇਕੱਠੇ ਸੀ, ਸੰਘਰਸ਼ ਤੋਂ ਸ਼ੁਰੂ ਤੋਂ ਲਾ ਕੇ ਇੱਥੇ ਵੀ ਇਕੱਠੇ ਸੀ। ਵਧੀਆ ਪਤਾ ਹੀ ਨਹੀਂ ਲੱਗਿਆ ਕਦੋਂ ਦੇ। ਤੁਸੀਂ ਸੰਘਰਸ਼ ਦੇ ਰਾਹ ਤੁਰੇ ਸੀ, ਉਦੋਂ ਭੂਸ਼ਣ ਨਾਮ ਕਲੀਨ ਸ਼ੇਪ ਹੁੰਦਾ ਸੀ, ਫਿਰ ਕਦੋਂ ਸਿੰਘ ਸਜਦਾ? ਇਹ ਜਦੋਂ ਮੈਂ ਪੇਸ਼ ਹੋਇਆ ਬੂਆ, ਉਦੋਂ ਬਾਅਦ 'ਚ ਪੇਸ਼ ਹੋਣ ਤੱਕ ਕਲੀਨ ਸ਼ੇਪ ਹੀ ਰਹੇ? ਹਾਂ ਨਹੀਂ, ਮੈਂ ਦਾੜੀ ਰੱਖੀ ਹੋਈ ਸੀ ਜਾਣ ਦੀ, ਕਲੀਨ ਸ਼ੇਪ ਨਹੀਂ ਸੀ, ਥੋੜ੍ਹੀ ਥੋੜ੍ਹੀ ਦਾੜੀ ਰੱਖੀ ਹੋਈ ਸੀ ਜਿਵੇਂ ਆਪਾਂ ਆਮ ਰੱਖਦੇ। ਬਸ ਜਿੱਦਣ ਮੈਂ ਪੇਸ਼ ਹੋ ਗਿਆ ਉਦੋਂ ਮੁੜ ਕੇ ਕਦੇ ਨਹੀਂ। ਫਿਰ ਮੈਰਿਜ ਬਾਅਦ 'ਚ ਆਉਂਦੀ? ਹਾਂ ਮੈਰਿਜ ਬਾਅਦ 'ਚ ਆਉਂਦੀ, ਜੇਲ੍ਹ 'ਚੋਂ ਬਾਅਦ 'ਚ। ਜੋ ਕੁਛ ਹੋਇਆ ਫਿਰ ਇਹ ਸਿਸਟਮ ਬਣਿਆ, ਖੇਤੀਬਾੜੀ ਫਿਰ ਕੌਣ ਸਾਂਭਦਾ ਰਿਹਾ, ਕਿਵੇਂ ਬਹਾਲ ਕੀਤਾ ਸਭ ਕੁਛ? ਬ੍ਰਦਰ ਨੇ ਸੰਭਾਲਿਆ 4 ਸਾਲ ਜਿੰਨਾ ਚਿਰ ਮੈਂ ਜੇਲ੍ਹ 'ਚ ਰਿਹਾ ਗਾ, ਬ੍ਰਦਰ ਨੇ ਸੰਭਾਲਿਆ, ਫਿਰ ਹੁਣ ਮੈਂ ਸੰਭਾਲ ਲਾਂਗਾ। ਜਦੋਂ ਤੁਸੀਂ ਭਗੌੜੇ ਸੀ ਫਿਰ ਪਰਿਵਾਰ ਨੂੰ ਮਿਲਦੇ ਗਿਲਦੇ ਸੀ ਕਦੇ? ਨਹੀਂ, ਮੈਂ ਕਦੇ ਨਹੀਂ ਮਿਲਿਆ ਪਰਿਵਾਰ ਨੂੰ। ਜੋ 85-86 ਤੋਂ ਬਾਅਦ ਘਰੇ ਜਾਂਦੇ? ਨਹੀਂ, ਮੈਂ ਜਾਣੀ 87 ਤੋਂ ਬਾਅਦ 2003 'ਚ ਹੀ ਘਰੇ ਆਇਆ ਬਸ। ਅੱਛਾ। ਮੈਨੂੰ ਕਿਹਾ ਸੀ ਪੁਲਿਸ ਵਾਲਿਆਂ ਨੇ ਵੀ ਕਿਹਾ ਸੀ ਵੀ ਚੱਲ ਤੈਨੂੰ ਪਿੰਡ ਲੈ ਜਾਂਦੇ, ਮੈਂ ਮੈਂ ਨਹੀਂ, ਜਦੋਂ ਰਿਹਾ ਹੋ ਮੰਗਦੀ ਮੈਂ ਰਿਹਾ ਹੋ ਕੀ ਕਰਿਆ, ਵਿੱਚ ਦੀ ਨਹੀਂ ਕਦੇ ਆ। ਇਹ ਸੰਘਰਸ਼ ਬੜਾ ਲੰਮਾ ਸੀਗਾ ਨਾ, ਉਹਦੇ ਵਿੱਚੋਂ ਜੋ ਸਫਲਤਾ ਆਈ ਸਾਰਿਆਂ ਦੇ ਸਾਹਮਣੇ ਹੀ ਹੈ, ਚਲੋ ਠੀਕ ਹੈ ਕੁਛ ਮਿਲਿਆ ਕੁਛ ਨਹੀਂ ਮਿਲਿਆ, ਚਾਹੇ ਅਧੂਰਾ ਰਹਿ ਗਿਆ, ਵਿੱਚ ਬੜੇ ਗਦਾਰ ਆਏ ਹੈ ਨਾ। ਹੁਣ ਕੀ ਲੱਗਦਾ ਕੀ ਹੈ, ਫਿਰ ਬੜੀਆਂ ਔਕੜਾਂ ਆਉਂਦੀਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਉਹ ਹੈ ਸਭ ਕੁਛ? ਅਸਲ ਦੇ ਵਿੱਚ ਕੀ ਹੈ ਨਾ, ਜਦੋਂ ਇਹ ਸੰਘਰਸ਼ ਹੋ ਗਿਆ, ਸੰਘਰਸ਼ ਦੇ ਵਿੱਚ ਕੁਛ ਲੋਕ ਸੋਚਦੇ ਆ ਵੀ ਪਤਾ ਨਹੀਂ ਅਸੀਂ ਕੋਈ ਬਿਜ਼ਨਸ ਕਰਨ ਲਈ ਕੀ ਖੱਟਿਆ, ਤੁਸੀਂ ਕਹਿਣਗੇ ਅਸੀਂ ਕੋਈ ਬਿਜ਼ਨਸ ਕਰਨ ਗਏ ਸੀ ਖੱਟਣ ਨੂੰ। ਖੱਟਣਾ ਗਵਾਉਣਾ ਤਾਂ ਬਿਜ਼ਨਸ 'ਚ ਹੁੰਦਾ ਗਾ, ਸੰਘਰਸ਼ਾਂ 'ਚ ਤਾਂ ਆਜ਼ਾਦੀ ਮਿਲਦੀ ਆ ਜਾਂ ਨਹੀਂ ਮਿਲਦੀ, ਸਿਰਫ ਇਹੀ ਹੁੰਦਾ। ਠੀਕ ਆ, ਸਾਨੂੰ ਆਜ਼ਾਦੀ, ਅਸੀਂ ਕੌਮ ਨੂੰ ਆਜ਼ਾਦੀ ਨਹੀਂ ਦਵਾ ਸਕਦੇ ਹੈਗੇ, ਅਫਸੋਸ ਹੈ ਸਾਨੂੰ ਇਸ ਗੱਲ ਦਾ, ਲੇਕਿਨ ਪਰ ਖੱਟਣਾ ਗਵਾਉਣ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ, ਇਹ ਬਿਜ਼ਨਸ ਥੋੜ੍ਹੀ ਹੈ, ਮੈਂ ਇਸ ਬਿਜ਼ਨਸ ਕਰਨ ਗਏ ਸੀਗੇ। ਬਾਕੀ ਜਿਹੜੇ ਤੁਹਾਡੇ ਨਾਲ ਦੇ ਸਾਥੀ ਕੋਈ ਉਰਾਂ ਪਰਾਂ ਦੇਸ਼ਾਂ 'ਚ ਟੱਪ ਗਏ, ਕੀ ਉਹ ਇਸ ਚੀਜ਼ ਤੋਂ ਫਿਰ ਸਿਸਟਮ ਤੋਂ ਦੂਰ ਹਟ ਗਏ ਨੇ, ਕੀ ਬਣਿਆ? ਨਹੀਂ, ਸਾਰੇ ਕੋਈ ਦੂਰ ਨਹੀਂ ਹਟਿਆ ਹੈਗਾ, ਸਾਰੇ ਫੋਨ ਕਰਦੇ ਆ, ਮਿਲਦੇ ਆ ਆਪਸ ਵਿੱਚ, ਚਾਹੇ ਉਹ ਬਾਹਰ ਬੈਠੇ ਚਾਹੇ ਗੱਲ ਕਰਦੇ ਆ, ਟੀਮ 'ਚ ਗੱਲ ਕਰਦੇ, ਚਾਹੇ ਭਾਈ ਦਲਜੀਤ ਸਿੰਘ ਬਿੱਟੂ ਹੈ, ਲਾਲ ਸਿੰਘ ਹੈ, ਉਹ ਹੈ, ਆਮ ਜਾਂਦੇ ਹੁੰਦੇ ਹਾਂ, ਮਿਲਦੇ ਹਾਂ, ਬੈਠਦੇ ਹਾਂ, ਕਈ ਵਾਰੀ ਜਿਹੜੀਆਂ ਸਾਡੇ ਤੋਂ ਕੁਛ ਗਲਤੀਆਂ ਵੀ ਹੋ ਗਈਆਂ ਉਹਨਾਂ ਨੂੰ ਵਿਚਾਰਦੇ ਹਾਂ ਵੀ ਨਹੀਂ ਸੀ ਹੋਣੀਆਂ ਚਾਹੀਦੀਆਂ। ਉਹ ਤੋਂ ਸ਼ਰਿਆਮ ਐਕਸ਼ਨ ਹੁੰਦੇ, ਉਸ ਤੋਂ ਬਾਅਦ ਗਰੀਲਾ ਐਕਸ਼ਨ ਹੋਣ ਲੱਗ ਗਏ, ਉਹਨੂੰ ਕਿਵੇਂ ਦੇਖਦੇ? ਅਸਲ ਦੇ ਵਿੱਚ ਤਾਂ ਜਦੋਂ ਮੂਵਮੈਂਟ ਲੜੀ ਜਾਂਦੀ ਹੈ ਜੇ ਗਰੀਲਾ ਐਕਸ਼ਨ ਹੀ ਹੁੰਦੇ ਆ,
ਗਰੀਲਾ ਐਕਸ਼ਨ ਤਾਂ ਬਸ ਹੁਣ ਉਹਦਾ ਤਾਂ ਕੋਈ ਤੋੜ ਹੈ ਨਹੀਂ ਗਾ, ਉਹ ਤਾਂ ਗੁਰੂ ਸਾਹਿਬ ਦੀ ਦੇਣ ਹੈ। ਜਿਹੜਾ ਗਰੀਲਾ ਐਕਸ਼ਨ ਕਰਨਾ ਉਹ ਗੁਰੂ ਸਾਹਿਬ ਦੀ ਦੇਣ ਹੈ, ਉਹਦਾ ਕੋਈ ਤੋੜ ਹੈ ਨਹੀਂ ਗਾ। ਉਹ ਤਾਂ ਚਲੋ ਠੀਕ ਹੈ, ਜਿਵੇਂ ਵੀ ਹੈਗਾ ਸਾਡਾ ਨਹੀਂ ਸਾਥ ਹੋਇਆ, ਕਿਵੇਂ ਆ, ਬੈਠਾਂਗੇ, ਵਿਚਾਰਾਂਗੇ, ਸੋਚਾਂਗੇ, ਜੇ ਕੋਈ ਨਵੀਂ ਪੀੜ੍ਹੀ ਕਰਨੀ ਚਾਹੂ ਉਹਨੂੰ ਸੇਧ ਦੇ ਦਿਆਂਗੇ। ਜੇ ਕੋਈ ਕਰਦਾ ਸਭ ਕੁਛ ਖੜਾ ਹੋਊਗਾ ਦੁਆਰਾ ਜਾਂ ਲੋੜ ਹੈਗੀ ਆ ਕਰਨ, ਨਹੀਂ ਇਹ ਗੱਲ ਤਾਂ ਮੈਂ ਤੁਹਾਨੂੰ ਗੱਲ ਦੱਸਿਆ, ਜਦ ਮੈਂ ਪੇਸ ਹੋਇਆ ਡੀ ਜੀ ਪੀ ਨੇ ਵੀ ਮੇਰੇ 'ਤੇ ਸਵਾਲ ਕਰਤਾ ਸੀ, ਆਹੀ ਜਿਹੜਾ ਤੁਸੀਂ ਕੀਤਾ। ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ, ਮੈਂ ਹੁਣ ਤੁਹਾਡੇ ਕੋਲ ਪੇਸ ਹੋ ਗਿਆ, ਚੰਗਾ ਮੈਨੂੰ ਛੱਡ ਦਿਓ, ਪਰ ਜਿੰਨੇ ਮੈਂ ਕੇਸ ਕਰੂੰ ਮੇਰੇ 'ਤੇ ਕੇਸ ਪਾਇਓ ਨਾ, 6 ਮਹੀਨਿਆਂ ਬਾਅਦ ਮੈਂ ਆਪੇ ਤੁਹਾਡੇ ਕੋਲ ਆਜੂ। ਤੁਸੀਂ 6 ਮਹੀਨੇ ਦਾ ਮੌਕਾ ਮੰਗ ਲਿਆ ਉਹਨਾਂ ਦਾ? ਹਾਂ, ਮੈਂ 6 ਮਹੀਨੇ ਦਾ ਮੌਕਾ, ਮੈਂ ਦੇਖ ਤੁਹਾਨੂੰ ਪਤਾ ਲੱਗ ਜੂ ਮੂਵਮੈਂਟ ਖੜੀ ਹੁੰਦੀ ਹੈ ਕਿ ਨਹੀਂ। ਡੀ ਜੀ ਪੀ ਬਿਰਕ ਹਲੇ ਵੀ ਹੈਗਾ, ਯਾਦ ਹੋਵੇ ਉਹਦੇ ਸਿਰ, ਮੈਂ ਮੈਨੂੰ 6 ਮਹੀਨੇ ਦਾ ਮੌਕਾ ਦੇ ਦਿਓ, ਪਰ ਮੇਰੇ 'ਤੇ ਕੇਸ ਨਾ ਪਾਇਓ ਜੋ ਕੁਛ, ਜਿਹੜਾ ਕੁਛ ਮੈਂ ਕਰੂੰ। ਸਰ ਮੈਨੂੰ ਉਹਨੇ ਜਫੀ ਜਿਹੀ ਲੱਗੇ, ਕਹਿੰਦਾ ਸਾਡੇ ਮਨਜਿੰਦਰ ਸਿੰਘ। ਚਲੋ ਠੀਕ ਹੈ, ਜੋ ਠੀਕ ਹੋ ਗਿਆ ਜੋ ਕੁਛ ਹੋ ਗਿਆ। ਹਾਂ ਜਾਨੀ ਜੀ, ਮੈਨੂੰ ਇਹ ਗੱਲ ਹੈ ਵੀ ਜੋ ਵੀ ਮੈਂ ਕੀਤਾ ਕੋਈ ਅਫਸੋਸ ਨਹੀਂ ਹੈਗਾ। ਦੋਸ਼ੀ ਨੂੰ ਸਜ਼ਾ ਦਿੱਤੀ ਹੈ, ਦੋਸ਼ੀ ਨੂੰ ਸਜ਼ਾ ਦੇਣਾ ਕੋਈ ਪਾਪ ਨਹੀਂ। ਕੋਈ ਨਜਾਇਜ਼ ਕੋਈ ਕੀਤਾ ਹੋਵੇ ਮੈਨੂੰ ਦੱਸ ਦਿਓ ਵੀ ਆਹ ਤੂੰ ਨਜਾਇਜ਼ ਕਰ, ਆਪਾਂ ਦੇਣ ਗਲਤੀ ਮੰਨਣ ਨੂੰ ਵੀ ਤਿਆਰ ਹਾਂ, ਪਰ ਆਪਾਂ ਨੇ ਕੋਈ ਗਲਤੀ ਨਹੀਂ ਕਰੀ। ਕਿਉਂਕਿ ਇਹ ਮੈਨੂੰ ਜਦੋਂ ਮੈਂ ਜੇਲ੍ਹ 'ਚ ਆਇਆਂਗਾ, ਇੱਥੇ ਸੁਪਰਡੈਂਟ ਵੀ ਬਖਸ਼ੀਸ਼ ਹੋਣੀ ਵੀ ਇੱਥੇ ਜੇਲ੍ਹ 'ਚ ਆਇਆ ਕਿ ਮੈਂ ਵੀ ਜੇਲ੍ਹ 'ਚ ਆਇਆਂਗਾ, ਬਖਸ਼ੀਸ਼ ਹੋਣੀ ਆ, ਮਗਰ ਸੁਪਰਡੈਂਟ ਪੈ ਗਿਆ, ਉਹ ਬਖਸ਼ੀਸ਼ ਦੱਸ ਸਕਦਾ, ਚਲੋ ਮੈਂ ਤਾਂ ਕੀ ਦੱਸਣਾ ਉਸ ਚੀਜ਼ ਦਾ, ਹੈ ਉਦੋਂ ਕਹਾਂ ਮੇਰਾ ਨੰਬਰ ਸੀ। ਅੱਛਾ, ਮੇਰਾ ਨੰਬਰ ਮੈਨੂੰ ਸੁਪਰਡੈਂਟ ਕਹਿੰਦਾ, ਹਾਂ ਵੀ ਕਿਵੇਂ ਆ, ਮੈਂ ਜੀ ਚਲੋ ਮੇਰੀ ਉੱਧਰ ਪਾ ਦਿੰਦੇ ਗਿਣਤੀ। ਸੁਪਰਡੈਂਟ ਕਹਿੰਦਾ, ਤੈਨੂੰ ਨਹੀਂ ਪਾਉਣਾ, ਤੂੰ ਤਾਂ ਸਾਰੇ ਮੁਲਾਜ਼ਮ ਹੀ ਮਾਰੇ ਆ, ਵੀ ਤੂੰ ਸਿਵਲ 'ਚ ਤਾਂ ਕੋਈ ਬੰਦਾ ਹੀ ਨਹੀਂ ਮਾਰਿਆ। ਮੈਂ ਕਿਹਾ ਜੀ ਮਾਰੇ ਆ, ਝੂਠੇ ਨਹੀਂ ਪਏ ਹੈਗੇ, ਇਹ ਤਾਂ ਮੈਂ ਸੁਪਰਡੈਂਟ ਨੂੰ ਵੀ ਕਹਿ ਤਾ। ਅੱਛਾ, ਇੱਕ ਬੰਦਾ ਵੀ ਮੈਨੂੰ ਦੱਸ ਦੇ ਵੀ ਆਹ ਤੂੰ ਸਿਵਲ 'ਚ ਮਾਰਤਾ, ਠੀਕ ਹੈ, ਜਿਹੜੇ ਤਸ਼ੱਦਦ ਕਰਦੇ ਸੀ ਮੁੰਡਿਆਂ ਨੂੰ ਸ਼ਹੀਦ ਕਰਤੇ, ਮਾਰਤੇ ਕੀ ਗੁਨਾਹ ਕਰਤਾ, ਹੈਂ, ਕੋਈ ਗੁਨਾਹ ਨਹੀਂ ਕੀਤਾ। ਜੇ ਦੋਸ਼ੀ ਨੂੰ ਮਾਰਨਾ ਗੁਨਾਹ ਹੈ, ਚਲੋ ਫਿਰ। ਇੱਕ ਸਵਾਲ ਲਾਸਟ ਹੈ ਯਾਰ, ਡਕੈਤੀ ਵਾਲੇ ਪੈਸੇ ਬਾਰੇ ਹੈ ਜਾਣਕਾਰੀ ਕੋਈ? ਉਹਦੇ ਬਾਰੇ ਹਜੇ ਤੱਕ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ, ਜਿਹਦੇ ਕੋਲ ਗਿਆ ਕਿੱਥੇ ਰਿਹਾ? ਨਹੀਂ, ਉਹਦੀ ਸਾਰੀ ਜਾਣਕਾਰੀ ਹੈਗੀ ਹੈ, ਉਹ ਕੋਈ ਪੈਸਾ ਨਜਾਇਜ਼ ਨਹੀਂ ਖਰਚਿਆ ਗਿਆ, ਪੁਖਤਾ ਜਾਣਕਾਰੀ ਕੀ ਸਾਰਾ ਕੁਛ ਪਤਾ। ਪਰ ਉਹਦੀ ਜੇ ਇਕੱਲੀ ਇਕੱਲੀ ਜਾਣਕਾਰੀ ਕਹਿੰਦੇ, ਭਾਈ ਦਲਜੀਤ ਸਿੰਘ ਨੂੰ ਲੱਗ ਸਾਰੀ ਦੇ ਦਿਆਂਗੇ ਜਾਣਕਾਰੀ, ਬੈਠੇ ਇਕੱਲੇ ਇਕੱਲੇ ਪੈਸੇ ਹੀ ਦੇ ਦੇ, ਪਰ ਕੋਈ ਪੈਸਾ ਨਜਾਇਜ਼ ਨਹੀਂ ਖਰਚਿਆ ਗਿਆ, ਜਿੰਨਾ ਵੀ ਪੈਸਾ ਹੋਇਆ ਪੰਥ ਦੇ ਲੇਖੇ ਲਾਇਆ, ਉਹ ਸਾਰੀਆਂ ਗੱਲਾਂ ਨੇਗੀਆਂ। ਜਿਨ੍ਹਾਂ ਨੂੰ ਪਤਾ ਨਹੀਂ ਉਹ ਰੌਲਾ ਪਾਈ ਜਾਂਦੇ ਆ, ਕਿਉਂਕਿ ਇਹ ਤਾਂ ਭਾਈ ਦਲੀਪ ਸਿੰਘ ਜਾਣਦੇ, ਉਹਨਾਂ 'ਚੋਂ ਮੈਂ ਵੀ ਬੈਠਾਂਗਾ, ਚਲੋ ਹੋਰ ਵੀ ਬੈਠੇ ਹੋਣੇ ਆ ਕੋਈ ਲੋਕ, ਹੈਂ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ। ਬਾਹਲੇ ਟਾਈਮ ਹੀ ਕਹਿ ਦਿੰਦੇ, ਜਿਹੜੇ ਬਚ ਗਏ ਸੈਟਿੰਗ ਦੇ ਅਧੀਨ ਸੀ ਚੱਲਦੇ ਤਾਂ ਬਚ ਗਏ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਯਾਰ, ਇੱਕ ਕਿਸਮਤ ਹੁੰਦੀ ਆ, ਮੈਂ ਇੱਕ ਨਹੀਂ ਗੱਲ ਕਰਦਾ, ਜਿਹੜਾ ਬਚ ਗਿਆ ਕਈ ਵਾਰੀ ਉਹਨਾਂ 'ਤੇ ਦੂਸ਼ਣਬਾਜ਼ੀ ਵੀ ਹੁੰਦੀ ਆ, ਵੀ ਪਤਾ ਨਹੀਂ ਇਹ ਮਿਲੇ ਹੋਏ ਆਏ ਆ ਫਲਾਣਾ ਤਿਮਕਾ, ਪਰ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ। ਇਹ ਤਾਂ ਸਮਾਂ ਸਮਾਂ ਸਮਰੱਥ ਹੈ, ਉਹੀ ਅਰਜਨ ਦੇ ਬਾਣ, ਉਹੀ ਅਰਜਨ ਦੇ ਹੱਥ ਹੈ, ਇੱਕ ਕਹਾਵਤ ਰਹੀ ਹੈ, ਇੱਕ ਅਰਜਨ ਦਾ ਸਾਰਾ ਚੱਲਦਾ ਸੀ, ਇੱਕ ਵਾਰੀ ਉਹ ਪੀਲਾ ਨੇ ਵੀ ਕੁੱਟਿਆ, ਹੈਂ, ਇਹ ਸਮਾਂ ਦੀ ਗੱਲ ਹੁੰਦੀ ਹੈ। ਸਮਾਂ ਚਲੋ ਉਦੋਂ ਸਾਡੇ ਹੱਥ 'ਚ ਪਾਵਰ ਸੀ, ਉਦੋਂ ਸਮਾਂ ਹੋ ਗਿਆ ਸੀ, ਅੱਜ ਦਾ ਸਮਾਂ ਅੱਜ ਦਾ ਸੀ, ਸਮਾਂ ਸਮਾਂ ਸਮਰੱਥ ਹੈ। ਪਰ ਜੇ ਇਹਦੇ ਨਾਲ ਕਹਿਣਾ ਵੀ ਨਹੀਂ ਉਹ ਗਲਤ, ਇਹ ਗਲਤ ਗੱਲ ਹੈ, ਕੋਈ ਗਲਤ ਨਹੀਂ ਸੀਗਾ ਜੀ। ਤਾਂ ਹੀ ਮੈਂ ਉਹ ਪਹਿਲਾਂ ਵੀ ਗੱਲ ਇਹ ਕਹੀ ਆ, ਗਲਤੀ ਹੋ ਸਕਦੀ ਹੈ ਕਿਸੇ ਤੋਂ ਵੀ ਹੋ ਸਕਦੀ ਹੈ, ਪਰ ਸਾਡਾ ਕੋਈ ਬੰਦਾ ਗਲਤ ਨਹੀਂ ਸੀਗਾ। ਠੀਕ ਹੈ, ਗਲਤ ਹੋਣਾ ਹੋਰ ਗੱਲ ਹੈ, ਗਲਤੀ ਹੋਣਾ ਹੋਰ ਗੱਲ ਹੈ। ਜਿਹੜੇ ਵਿੱਚ ਇੱਕ ਸਵਾਲ ਕਰ ਹੀ ਲੈਂਦੇ ਹਾਂ ਲਾਸਟ 'ਤੇ, ਵੈਸੇ ਸਮਾਂ ਬਹੁਤ ਹੋ ਗਿਆ, ਜਿਹੜੇ ਵਿੱਚ ਕੁਛ ਜਿਹੜੇ ਬੰਦੇ ਵਾੜੇ ਸੀ ਉਹ ਵੀ ਸਿੱਖੀ ਰੂਪ 'ਚ ਹੁੰਦੇ ਸੀ, ਹੈ ਨਾ, ਉਹ ਵੀ ਖਾੜਕੂ ਦੇ ਤੌਰ 'ਤੇ ਜਾਂਦੇ ਸੀ, ਕਈਆਂ ਦੇ ਘਰਾਂ ਦੇ ਵਿੱਚ ਤਸ਼ੱਦਦ ਵੀ ਕਰਵਾਇਆ, ਉਹ ਕਿਉਂ ਸੀ ਫਿਰ? ਇੱਦਾਂ ਦਾ ਬੰਦੇ ਦੀ ਪਰਖ ਨਹੀਂ ਹੋ ਪਾਈ? ਨਹੀਂ, ਉਹਦੀ ਬਹੁਤ ਪਰਖ ਕਰੀ ਆਪਾਂ ਨੇ ਤਾਂ, ਜਿਵੇਂ ਟਹਿਲੇ ਦੀ ਕਰੀ ਆ, ਮੰਗਲ ਦੀ ਕੀਤੀ, ਹਰੀ ਬਹੁਤ ਹੀ ਕਰੀ ਆ, ਮੈਂ ਤਾਂ ਮੈਂ ਤੁਹਾਨੂੰ ਗੜਾ ਨਹੀਂ ਸਕਦਾ ਕਈ ਨੇ,
नहीं है नहीं अपा ने जेड़े जेड़े आए गां गए बस आए गए करते सारे सारे किए जमेद ही सी टहले की करिए टहले ही करिए सोडे चाचन चेत लै गए क्योंकि वो पुलिस का बंदा सी ओनू सी एस्टा पेंकी आप ही दसदा गा मैं फट के लै गया फिर छड के आया फिर मैं धीरे नूं कहा मैं इहदा कर दे कम ਜਿਹੜਾ ਬੰਦਾ ਸਾਡੇ ਨਾਲ ਇੰਸਪੈਕਟਰ ਮਾਰਦਾ ਸਵੇਰ ਨੂੰ ਸੀ ਸਟਾਫ ਚਲਾਇਆ ਜਾਵੇ ਜੋ ਪਿੰਕੀ ਬੋਲਦਾ ਉਹ ਠੀਕ ਬੋਲ ਰਿਹਾ ਸਭ ਕੋ ਗੱਲਾਂ ਸੱਚੀਆਂ ਬੜੀਆਂ ਸਟੇਟਮੈਂਟਾਂ ਵੱਡੀਆਂ ਵੱਡੀਆਂ ਦੇ ਰਿਹਾ ਨਹੀਂ ਨਹੀਂ ਪਿੰਕੀ ਸਹੀ ਨਹੀਂ ਬੋਲਦਾ ਹੈਗਾ ਠੀਕ ਆ ਕੁਛ ਗੱਲਾਂ ਉਹ ਚ ਸਹੀ ਨੇ ਕੁਛ ਗੱਲਾਂ ਉਹ ਚ ਸਹੀ ਨੇਗੀਆਂ ਪਰ ਉਹ ਨਾ ਆਪਦਾ ਪੱਖ ਰੱਖ ਕੇ ਬੋਲ ਰਿਹਾ ਪਰ ਉਹ ਗੱਲਾਂ ਸਹੀ ਨਹੀਂ ਹੈਗੀਆਂ ਜਿਵੇਂ ਟਹਿਲੇ ਵਾਲੀ ਗੱਲ ਕਹੀ ਤਾਂ ਮੇਰੇ ਜਿਹੜਾ ਮਨਜਿੰਦਰ ਨੇ ਮਾਰਤਾ ਟਹਿਲਾ ਮੈਂ ਨਹੀਂ ਮਾਰਿਆ ਧੀਰੇ ਨੇ ਮਾਰਿਆ मारना धीरे ने भी नहीं मारिया असल बंदा मनजीत सिंह गोली मारी धीरे मैं भेजता भी मार दे धीरा कहना लै गया पर करता बहुत बहुत धन्यवाद मनजिंदर सिंह ईसी पिंड का नाम है मनजिंदर सिंह का नाम है पर इन्हां दा नाम पहला हुंदा सी भूषण भूषण तो मनजिंदर सिंह ईसी मनजिंदर सिंह ईसी तो भूषण का की कुछ रोल रहा उस तो बाद फिर मनजिंदर सिंह ईसी फिर क्लीन शेप तो किमें फिर इस दुनिया के आते हैं की कुछ होंगे जेल का सफर रमानिया का राजदूत उन्होंने गिरफ्तार करना नंजा दिन के करीब उन्होंने आपकी हिरासत च रखना किमें उनकी सेवा भावना ना जी सेवा की गई है जो कुछ भी मंगता सी हाजिर किया गया इस तहत ब्लास्ट होने है ना उस तो बाद जोड़े जोड़े सके टॉट उन्होंने जोड़े सौ सौदे लाए गए हैं इन्हों के जोड़े काफ़ी हिस्से आया इन्हें जिंदगी अज बतीत कर रहे हैं आपके पिंड ईसी ईसी हैगा धूरी के नज़दीक हुण मंगदे आ इजाजत दिओ इजाजत वाहिगुरू जी का खालसा वाहिगुरू जी की फतह।